ਪ੍ਰਾਈਮ ਏਸ਼ੀਆ ਟੀ ਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਗੁਰਪ੍ਰੀਤ ਸੰਧਾਵਾਲੀਆ ਸਵਾਗਤ ਕਰਦਾ ਜੀ ਪ੍ਰੋਗਰਾਮ ਪ੍ਰਾਈਮ ਫੋਕਸ ਦੇ ਵਿੱਚ। ਅਤੇ ਇੱਕ ਗੱਲ ਮੈਂ ਦੱਸਦਿਆਂ ਕਿ ਅੱਜ ਮੈਂ ਥੋੜ੍ਹਾ ਜਿਹਾ ਜ਼ਿਆਦਾ ਐਕਸਾਈਟਡ ਜੇ ਮਿਲਾਂ ਤੁਹਾਨੂੰ ਤਾਂ ਉਹਦੇ ਪਿੱਛੇ ਕਾਰਨ ਇਹ ਹੈ ਕਿ ਮੈਂ ਆਪਣੇ ਆਪ ਨੂੰ ਬੜਾ ਵਡਭਾਗਾ ਸਮਝ ਰਿਹਾ ਕਿ ਜਿਸ ਇੰਸੀਡੈਂਟ ਨੂੰ ਅੱਜ ਮੈਂ ਤੁਹਾਡੇ ਨਾਲ ਸਾਂਝਾ ਕਰਾਂਗਾ ਅਤੇ ਜਿਸ ਸ਼ਖਸੀਅਤ ਦੇ ਨਾਲ ਮਿਲਾਵਾਂਗਾ ਉਹਨਾਂ ਬਾਰੇ ਸੁਣਨਾ ਐਂਡ ਉਸ ਪੂਰੀ ਕਹਾਣੀ ਨੂੰ ਜੇ ਤੁਸੀਂ ਇੱਕ ਵਾਰ ਸ਼ੁਰੂ ਕਰ ਲਿਆ ਸੁਣਨਾ ਤਾਂ ਐਂਡ ਤੱਕ ਖਤਮ ਨਹੀਂ ਕਰ ਪਾਓਗੇ, ਇਹ ਮੇਰਾ ਦਾਅਵਾ। ਹਾਂ, ਜੇ ਤੁਹਾਡੇ ਜ਼ਿਹਨ 'ਚ ਫਿਰ ਵੀ ਕੋਈ ਸਵਾਲ ਆ ਜਾਵੇ, ਮੈਨੂੰ ਆਸ ਨਹੀਂ ਹੈਗੀ ਕਿ ਕੋਈ ਆਏਗਾ, ਪਰ ਫਿਰ ਵੀ ਜੇ ਆਵੇ ਤਾਂ ਤੁਸੀਂ ਵਟਸਐਪ ਦੇ ਜ਼ਰੀਏ ਜਾਂ ਫਿਰ ਟੋਲ ਫ੍ਰੀ ਨੰਬਰ 'ਤੇ ਫੋਨ ਕਰਕੇ ਜਾਂ ਚੱਲ ਰਹੇ ਵੀਡੀਓ ਦੇ ਥੱਲੇ ਕਮੈਂਟ ਦੇ ਰੂਪ ਵਿੱਚ ਜ਼ਰੂਰ ਪੁੱਛ ਲੈਣਾ। ਅੱਜ ਜਿਹੜੀ ਕਹਾਣੀ ਹੈ ਇਹ 1989 ਨਾਲ ਸੰਬੰਧਿਤ ਹੈ। 1989 ਨੂੰ ਰਾਣੀਗੰਜ ਦੇ ਵਿੱਚ ਕੋਲ ਮਾਈਨ ਦੇ ਵਿੱਚ ਇੱਕ ਬਹੁਤ ਵੱਡਾ ਐਕਸੀਡੈਂਟ ਹੋਇਆ ਸੀ ਜਿਹਦਾ ਕਰਕੇ 230 ਦੇ ਕਰੀਬ ਜਿਹੜੇ ਬੰਦੇ ਸੀ ਉਹ ਥੱਲੇ ਫਸ ਗਏ ਸੀ ਕਿਉਂਕਿ ਉਸ ਕੋਲ ਮਾਈਨ ਦੇ ਵਿੱਚ ਪਾਣੀ ਆ ਗਿਆ ਸੀ। ਉਹਦੇ ਵਿੱਚੋਂ 149 ਦੇ ਕਰੀਬ ਨਿਕਲ ਗਏ ਸੀ, ਪਰ ਫਿਰ ਵੀ ਬਹੁਤ ਸਾਰੀਆਂ ਜਾਨਾਂ ਉਸ ਕੋਲ ਮਾਈਨ ਦੇ ਵਿੱਚ ਫਸ ਗਈਆਂ ਸੀ। ਐਂਡ ਜਦੋਂ ਇਹ ਫਸ ਗਈਆਂ ਸੀ ਤਾਂ ਉਦੋਂ ਬਹੁਤ ਸਾਰੇ ਲੋਕ ਇਹ ਸਮਝ ਚੁੱਕੇ ਸੀ ਕਿ ਸ਼ਾਇਦ ਹੁਣ ਉਹ ਨਹੀਂ ਬਚ ਸਕਣਗੇ। ਰੀਜ਼ਨ ਬੀਇੰਗ ਕਿ ਇੱਕ ਬਹੁਤ ਜ਼ੋਰਦਾਰ ਤਰੀਕੇ ਨਾਲ ਪਾਣੀ ਪੱਥਰ ਉਸ ਕੋਲ ਮਾਈਨ ਦੇ ਵਿੱਚ ਭਰ ਰਹੇ ਆ, ਜਿਸ ਰਸਤੇ ਤੋਂ ਭਰ ਰਹੇ ਆ ਉਹੀ ਰਸਤਾ ਬਾਹਰ ਆਉਣ ਦਾ ਜ਼ਰੀਆ ਸੀਗਾ। ਹੁਣ ਉਹੋ ਜਿਹੇ ਹਾਲਾਤਾਂ ਦੇ ਵਿੱਚ ਇੱਕ ਸ਼ਖਸ ਜਿਹਦਾ ਉਸ ਕੋਲ ਮਾਈਨ ਨਾਲ ਕੋਈ ਸੰਬੰਧ ਨਹੀਂ ਹੈ, ਕੋਈ ਡਿਊਟੀ ਨਹੀਂ ਆ ਉੱਥੇ, ਕੋਈ ਲੈਣਾ ਦੇਣਾ ਨਹੀਂ ਹੈਗਾ, ਪਰ ਫਿਰ ਵੀ ਉਹ ਉੱਥੇ ਕਿਉਂ ਪਹੁੰਚਿਆ ਐਂਡ ਦੁਨੀਆ ਦੇ ਹੁਣ ਤੱਕ ਤਾਂ ਵੈਸੇ ਤਕਨੀਕ ਨਾਸਾ ਵਾਲੇ ਵੀ ਦਾਅਵਾ ਕਰ ਹਟੇ ਪਈ ਅਸੀਂ ਉਹ ਬਣਾਈ ਸੀਗੀ 2011 'ਚ, ਪਰ ਉਹਨਾਂ ਨੇ ਉਹਨਾਂ ਨੂੰ ਦੱਸਿਆ ਸੀ ਕਿ 1999 ਦੇ ਵਿੱਚ ਦੁਨੀਆ ਦੇ ਵਿੱਚ ਉਹ ਪਹਿਲੀ ਵਾਰ ਉਹ ਟੈਕਨੀਕ ਉਸ ਸਰਦਾਰ ਨੇ ਇਜਾਦ ਕੀਤੀ ਸੀ, ਜਿਸ ਕਰਕੇ ਉਸ ਸਰਦਾਰ ਨੂੰ ਹੀਰੋ ਆਫ ਰਾਣੀਗੰਜ ਕਿਹਾ ਜਾਂਦਾ। ਅਤੇ ਉਸ ਸਰਦਾਰ ਨੇ ਸਰਦਾਰ ਜਸਵੰਤ ਸਿੰਘ ਗਿੱਲ ਫੋਰਮਰ ਇੰਜੀਨੀਅਰ ਇਨ ਚੀਫ ਸਰਵੋਤਮ ਜੀਵਨ ਰਕਸ਼ਕ ਪਦਕ ਉਹਨਾਂ ਦੇ ਕੋਲ ਹੈ ਹੀਰੋ ਆਫ ਰਾਣੀਗੰਜ। ਸਵਾਗਤ ਕਰਦੇ ਹਾਂ ਆਪਾਂ ਉਹਨਾਂ ਦਾ, ਬਹੁਤ ਬਹੁਤ ਸਵਾਗਤ ਗਿੱਲ ਸਾਹਿਬ ਤੁਹਾਡਾ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਅਤੇ ਗਿੱਲ ਸਾਹਿਬ, ਪਹਿਲੀ ਗੱਲ ਤਾਂ ਮੈਂ ਇੱਕ ਵਾਰ ਫਿਰ ਕਹਿ ਦਿਆਂ ਕਿ ਵੀ ਮੈਨੂੰ ਵੈਸੇ ਧਰਮੀ ਗੱਲ ਮੈਂ ਆਪਣੇ ਆਪ ਨੂੰ ਬੜਾ ਭਾਗਾਣਾ ਸਮਝਦਾ ਵੀ ਚਲੋ ਤੁਹਾਡੇ ਦਰਸ਼ਨ ਹੋ ਗਏ, ਤੁਹਾਡੀਆਂ ਗੱਲਾਂ ਸੁਣ ਲਈਆਂ, ਨਹੀਂ ਤਾਂ ਆਮ ਤੌਰ 'ਤੇ ਜਿਹੜੀਆਂ ਚੀਜ਼ਾਂ ਤੁਸੀਂ ਕਿਤਾਬਾਂ 'ਚ ਪੜ੍ਹਦੇ ਹੋ ਜਾਂ ਇੱਧਰੋਂ ਉੱਧਰੋਂ ਸੁਣਦੇ ਹੋ ਤਾਂ ਫਿਰ ਤੁਸੀਂ ਸੋਚਦੇ ਹੋ ਵੀ ਅੱਛਾ ਯਾਰ ਇਸ ਲੈਵਲ ਦੀ ਬਹਾਦਰੀ, ਅਤੇ ਅਖੀਰ ਮੈਂ ਵਡਭਾਗਾ ਸਮਝ ਰਿਹਾ ਕਿ ਵੀ ਉਸ ਬਹਾਦਰ ਇਨਸਾਨ ਨੂੰ ਮੈਂ ਆਪਣੇ ਸਾਹਮਣੇ ਦੇਖ ਰਿਹਾ। ਅਤੇ ਗਿੱਲ ਸਾਹਿਬ, ਸਭ ਤੋਂ ਪਹਿਲਾਂ ਮੈਨੂੰ ਤੁਸੀਂ ਥੋੜ੍ਹੀ ਜਿਹੀ ਆਪਣੀ ਬੈਕਗਰਾਊਂਡ ਬਾਰੇ ਦੱਸੋ ਕਿ ਤੁਸੀਂ ਕਿਸ ਸ਼ਹਿਰ ਨੂੰ ਬਿਲੋਂਗ ਕਰਦੇ ਹੋ ਅਤੇ ਪੰਜਾਬ ਨਾਲ ਕਿੱਦਾਂ ਦਾ ਵਾਸਤਾ। ਮੈਂ ਅੰਮ੍ਰਿਤਸਰ ਦਾ ਹੈਗਾ ਜੀ, ਜੰਮਪਲ। 13 ਅਪ੍ਰੈਲ 1940 ਨੂੰ ਮੈਂ ਪੈਦਾ ਹੋਇਆ ਸੀ ਜੀ। ਔਰ ਇਸ ਦਿਨ ਪੈਦਾ ਹੋਣ ਦਾ ਇੱਕ ਫਾਇਦਾ ਬੜਾ ਵਾ। ਅੱਛਾ ਜੀ। ਕਿ ਤੁਹਾਨੂੰ ਆਪਣਾ ਬਰਥਡੇ ਨਹੀਂ ਮਨਾਉਣਾ ਪੈਂਦਾ, ਆਮ ਵਿਸਾਖੀ ਵਾਲਾ ਦਿਨ ਹੁੰਦਾ ਜੀ, ਲੋਕ ਹੀ ਮਨਾਈ ਜਾਂਦੇ, ਦੁਨੀਆ ਮਨਾਉਂਦੀ ਆ, ਤੁਹਾਡਾ ਹੀ ਵਿੱਚ ਬਣ ਜਾਂਦਾ ਜੀ। ਜੀ। ਅਤੇ ਬੁੱਢਲੀ ਜਿਹੜੀ ਇੱਕ ਹੈਗੀ ਮੇਰੀ ਸਿੱਖਿਆ, ਉਹ ਖਾਲਸਾ ਕਾਲਜ 1945 ਸ਼ੁਰੂ ਕੀਤੀ। ਅੱਛਾ। ਅਤੇ 1959 ਦੇ ਵਿੱਚ ਮੈਂ BSC ਕੀਤੀ, ਅਤੇ ਉਸ ਤੋਂ ਬਾਅਦ ਮੈਂ ਫਿਰ ਇੰਡੀਅਨ ਸਕੂਲ ਆਫ ਮਾਈਨਸ, ਜਿਹੜਾ ਕਿ ਅੱਜ ਕੱਲ੍ਹ IIT ਜਿਹਨੂੰ ਕਹਿੰਦੇ ਆ, ਉਹਦਾ ਆਲ ਇੰਡੀਆ ਕੰਪੀਟੀਸ਼ਨ ਸੀਗਾ, ਉਹ ਦਿੱਤਾ, ਉੱਥੇ ਮੈਂ ਸਿਲੈਕਟ ਹੋ ਗਿਆ ਅਤੇ ਮਾਈਨਿੰਗ ਇੰਜੀਨੀਅਰ ਬਣ ਗਿਆ ਜੀ। ਇਹ ਮਾਈਨਿੰਗ ਇੰਜੀਨੀਅਰ ਕਰਨ ਤੋਂ ਬਾਅਦ ਗਵਰਨਮੈਂਟ ਆਫ ਇੰਡੀਆ ਦੇ ਦੋ ਇਗਜ਼ਾਮ ਹੁੰਦੇ ਆ, ਸੈਕਿੰਡ ਕਲਾਸ ਮਾਈਨ ਮੈਨੇਜਰਸ਼ਿਪ ਔਰ ਫਸਟ ਕਲਾਸ ਮਾਈਨ ਮੈਨੇਜਰਸ਼ਿਪ ਜੀ। ਸੈਕਿੰਡ ਕਲਾਸ 'ਚ 10% ਲੋਕ ਪਾਸ ਹੁੰਦੇ ਆ, ਟੋਟਲ ਜਿੰਨੇ ਦਿੰਦੇ ਆ ਅਤੇ ਫਸਟ ਕਲਾਸ 'ਚ 5-6% ਪਾਸ ਹੁੰਦੇ ਆ, ਯਾਨੀ ਕਿ 100 ਮਗਰ 5 ਬਣੇ। ਬਾਈ ਚਾਂਸ ਮੈਂ ਦੋਨੋਂ ਇਗਜ਼ਾਮ ਪਾਸ ਕਰ ਗਿਆ ਜੀ। ਕੀ ਬਾਤ ਹੈ ਜੀ। ਪਾਸ ਕਰ ਗਿਆ ਅਤੇ ਫਿਰ ਮੈਂ ਨੌਕਰੀ 'ਤੇ ਲੱਗ ਗਿਆ। ਨੌਕਰੀ ਮੈਂ ਅਪਲਾਈ ਨਹੀਂ ਕਦੇ ਕੀਤਾ। ਅੱਛਾ ਜੀ। ਮੈਨੂੰ ਮੈਂ ਜਿੰਨੀ ਨੌਕਰੀ ਕੀਤੀ, ਮੈਂ ਕਦੇ ਇੰਟਰਵਿਊ ਨਹੀਂ ਦਿੱਤੀ, ਕਦੇ ਅਪਲਾਈ ਨਹੀਂ ਕੀਤਾ। ਅੱਛਾ ਜੀ। ਕਿਉਂਕਿ ਜਦੋਂ ਮੈਂ ਕਾਲਜ 'ਚ ਪੜ੍ਹਦਾ ਸੀਗਾ, ਮੈਂ ਐਥਲੀਟ ਵੀ ਅੱਛਾ ਸੀਗਾ, ਪੜ੍ਹਨ 'ਚ ਵੀ ਠੀਕ ਸੀਗਾ ਅਤੇ ਬੋਡੀ ਵੀ ਫਿੱਟ ਸੀਗੀ, ਅਤੇ ਇੱਕ ਰੈਸਕਿਊ ਟੀਮ ਹੁੰਦੀ ਆ ਜਿਹੜੀ ਕੰਪਨੀਆਂ ਬਣਾਉਂਦੀਆਂ ਨੇ ਜੀ, ਉਹਨਾਂ ਵਾਸਤੇ ਉਹਨਾਂ ਨੂੰ ਇਹੋ ਜਿਹੇ ਬੰਦੇ ਚਾਹੀਦੇ ਆ ਜੀ। ਉਹਨਾਂ ਮੈਨੂੰ ਕਿਹਾ ਕਿ ਤੁਹਾਡੀ ਕੰਪਨੀ 'ਚ ਆ ਜਾ। ਅੱਛਾ ਜੀ। ਜਿਹੜੇ ਬਾਕੀ ਜਿੰਨੇ ਪੈਸੇ ਦੇਣਗੇ ਤੈਨੂੰ 50 ਰੁਪਈਏ ਵੱਧ ਦੇ ਦਾਂਗੇ। ਅੱਛਾ ਜੀ। ਮੈਂ ਉੱਥੇ ਚਲਾ ਗਿਆ ਜੀ। ਜੀ। ਉਹਨਾਂ ਨੇ ਸੌਦਾ ਇਹੀ ਸੀਗਾ ਕਿ ਸਾਡੀ ਜਿਹੜੀ ਟੀਮ ਹੈ ਨਾ, ਇਹ ਆਲ ਇੰਡੀਆ ਲੈਵਲ ਤੱਕ ਜਾਣੀ ਚਾਹੀਦੀ ਆ। ਅੱਛਾ ਜੀ। ਅਤੇ ਆਲ ਇੰਡੀਆ ਲੈਵਲ ਤੱਕ ਤਾਂ ਗਈ, ਫਸਟ ਵੀ ਆਏ। ਅੱਛਾ। ਮੈਂ ਆਲ ਇੰਡੀਆ ਬੈਸਟ ਕੈਪਟਨ ਵੀ ਬਣਿਆ। ਹਾਂਜੀ। ਅਤੇ ਫਿਰ ਇੱਦਾਂ ਹੀ ਕਰਦੇ ਕਰਦੇ ਮੈਂ ਜਿੱਦਾਂ ਹੁੰਦਾ ਨਾ, SDO ਤੋਂ ਲੱਗ ਕੇ ਅਡੀਸ਼ਨਲ ਚੀਫ ਇੰਜੀਨੀਅਰ ਹੋ ਗਿਆ, ਚੀਫ ਇੰਜੀਨੀਅਰ ਹੋ ਗਿਆ, ਇੰਜੀਨੀਅਰਿੰਗ ਚੀਫ ਹੋ ਗਿਆ ਜੀ। ਉਮਰ ਲੰਘ ਗਈ 1998 'ਚ, ਉਹਨਾਂ ਕਿਹਾ ਜੀ 58 ਸਾਲ ਦੇ ਹੋ ਗਏ, ਕਰ ਜਾਓ, ਵਾਪਸ ਆ ਗਏ। ਕਿਆ ਬਾਤ ਹੈ। ਤੁਸੀਂ ਦੇਖੋ ਜੀ, ਜ਼ਿੰਦਾ ਦਿਲ ਇਨਸਾਨ, ਪਹਿਲੀ ਗੱਲ ਤਾਂ ਇਹ ਵੀ ਚਿਹਰੇ 'ਤੇ ਮੁਸਕਾਨ ਦੇਖੋ, ਐਂਡ ਜਦੋਂ ਉਹ ਘਟਨਾ ਵਾਪਰੀ ਸੀ ਉਦੋਂ ਇਹਨਾਂ ਦੀ ਏਜ 49 ਸਾਲ ਸੀ, 1-50, ਅਤੇ ਉਸ ਏਜ ਦੇ ਵਿੱਚ ਮੋਸਟਲੀ ਬੰਦੇ ਇਹ ਕਹਿੰਦੇ ਵੀ ਹੁਣ ਤਾਂ ਅੱਧੀ ਲੰਘ ਗਈ, ਪਰ ਉਦੋਂ ਉਹ ਬਹਾਦਰੀ ਵਾਲਾ ਕਾਰਨਾਮਾ ਇਹਨਾਂ ਨੇ ਕੀਤਾ ਸੀਗਾ। ਅੱਛਾ, ਆਪਾਂ ਹੁਣ ਕਹਾਣੀ ਵਾਲੇ ਪਾਸੇ ਤੁਰਦੇ ਹਾਂ ਗਿੱਲ ਸਾਹਿਬ, ਕੀ ਵਾਪਰਿਆ ਸੀ ਉਸ ਕੋਲ ਮਾਈਨ ਦੇ ਵਿੱਚ? ਪਰ ਉਸ ਤੋਂ ਪਹਿਲਾਂ ਜੇ ਤੁਸੀਂ ਮੈਨੂੰ ਕੋਲ ਮਾਈਨ ਨੂੰ ਸਮਝਾਉਣਾ ਚਾਹੋ ਤਾਂ ਸਮਝਾ ਸਕਦੇ। ਦੇਖੋ ਜੀ, ਕੋਲ ਮਾਈਨ ਆਮ ਬੰਦੇ ਨੂੰ ਪਤਾ ਨਹੀਂ,
ਜਿਹੜਾ ਕੋਲਾ ਹੁੰਦਾ ਨਾ ਇਹ ਲੇਅਰ ਦੇ ਵਿੱਚ ਹੁੰਦਾ। ਅੱਛਾ ਜੀ। ਹੋ ਸਕਦਾ ਕਿ ਇੱਕ ਜਿੱਥੇ ਜੇ ਕੋਲਾ ਹੋਏਗਾ ਹੋ ਸਕਦਾ ਉੱਥੇ ਇੱਕ ਹੀ ਲੇਅਰ ਹੋਵੇ। ਅੱਛਾ ਜੀ। ਹੋ ਸਕਦਾ ਇੱਕ ਤੋਂ ਵੱਧ ਹੋਣ। ਕਈ ਥਾਵਾਂ ਹੈਗੀਆਂ ਕਿ ਜਿੱਥੇ 20-20 ਲੇਅਰ 'ਤੇ ਹੈਗੀਆਂ ਨੇ। ਅੱਛਾ, ਕੋਲੇ ਦੀਆਂ। ਕੋਲੇ ਦੀਆਂ ਮਤਲਬ ਇੱਕ ਸਮਝੋ 100 ਫੁੱਟ 'ਤੇ ਆ, ਦੂਜੀ 150 ਫੁੱਟ 'ਤੇ ਆ, ਤੀਜੀ 400 ਫੁੱਟ 'ਤੇ ਆ, ਪੰਜਵੀਂ 600 ਫੁੱਟ 'ਤੇ ਆ, ਜ਼ੀਰੋ ਤੋਂ ਲੱਗ ਕੇ 25-100 ਫੁੱਟ ਤੱਕ, ਮਤਲਬ 30-25 ਲੇਅਰ 'ਤੇ ਹੁੰਦੀਆਂ ਨੇ। ਅੱਛਾ ਜੀ, 2500 ਫੁੱਟ ਥੱਲੇ ਜ਼ਮੀਨ 'ਚ। ਹਾਂਜੀ ਹਾਂਜੀ ਹਾਂਜੀ। ਅੱਛਾ ਜੀ। ਹਾਂਜੀ, ਅਸੀਂ ਮਤਲਬ ਕਿ ਹਿੰਦੁਸਤਾਨ 'ਚ 2200-2300 ਫੁੱਟ ਥੱਲੇ ਤੱਕ ਕੰਮ ਕਰ ਰਹੇ ਹਾਂ। ਅੱਛਾ ਜੀ। ਹਾਂਜੀ। ਅਤੇ ਇਹ ਜਿਹੜੀ ਮਾਈਨ ਸੀਗੀ ਇਹ 2 ਲੇਅਰ ਸੀਗੀਆਂ ਜੀ। ਇਹਨੂੰ ਮਹਾਂਵੀਰ ਕੋਲਰੀ ਕਹਿੰਦੇ ਸੀ। ਇਹ ਰਾਣੀਗੰਜ ਜਿਹੜਾ ਸਟੇਸ਼ਨ ਆ ਉਹਦੇ ਬਿਲਕੁਲ ਲਾਗੇ ਸੀ। ਅੱਛਾ ਜੀ। ਹਾਂਜੀ, ਇਹਦੀਆਂ 2 ਲੇਅਰ ਸੀ, ਇੱਕ ਉੱਤੇ ਸੀ ਇੱਕ ਥੱਲੇ ਸੀ। ਅਤੇ ਉਤਲੀ ਜਿਹੜੀ ਲੇਅਰ ਸੀ ਇਹ 'ਚ ਕੰਮ ਕਰ ਚੁੱਕੇ ਸੀਗੇ ਜੀ। ਕੰਮ ਜਦੋਂ ਕਰ ਲਿਆ ਤਾਂ ਜਿੱਦਾਂ ਹੁਣ ਸਬ ਸੋਇਲ ਵਾਟਰ ਹੈਗਾ, ਪਾਣੀ ਭਰ ਜਾਂਦਾ ਜੀ ਜੀ, ਉਹ 'ਚ ਪੂਰਾ ਪਾਣੀ ਭਰਿਆ ਸੀਗਾ। ਅੱਛਾ, ਇਹ ਡੂੰਘਾਈ ਕਿੰਨੀ ਸੀ ਇਹਦੀ? ਇਹਦੀ ਡੂੰਘਾਈ ਸੀ ਜੀ 330 ਫੁੱਟ। 330 ਫੁੱਟ। 330 ਫੁੱਟ। ਅਤੇ ਐਕਚੁਅਲੀ ਹੋਇਆ ਕੀ ਸੀਗਾ ਕਿ 2 ਪਿੱਟ ਜਿਹਨੂੰ ਕਹਿੰਦੇ ਸ਼ਾਫਟ ਕਹਿੰਦੇ ਆ, ਜਿਹਦੇ 'ਚ ਲਿਫਟਾਂ ਚੱਲਦੀਆਂ ਨੇ, ਜੇ ਆਦਮੀ ਜਾਂਦੇ ਨੇ ਮਟੀਰੀਅਲ ਉੱਠਦਾ ਜੀ ਜੀ, ਉਹ ਜਿਹੜੇ 330 ਫੁੱਟ 'ਤੇ ਸੀਗੇ। ਅਤੇ ਇੱਕ ਹੋਰ ਸ਼ਾਫਟ ਸੀਗਾ ਜਿਹੜਾ ਕਿ ਥੱਲੇ ਤੱਕ ਗਿਆ ਸੀਗਾ, ਲੇਕਿਨ ਜਿਹੜੀ ਕੋਲ ਸੀਮ ਸੀਗੀ, ਕੋਲ ਜਿਹੜੀ ਲੇਅਰ ਹੁੰਦੀ ਨਾ ਜੀ, ਉਹਨੂੰ ਕੋਲ ਸੀਮ ਕਹਿੰਦੇ ਆ, ਅਤੇ ਉਹਦੇ ਵਿੱਚ ਪਹੁੰਚਿਆ ਸੀ, ਲੇਕਿਨ ਉਹਦਾ ਕਨੈਕਸ਼ਨ ਕੋਈ ਨਹੀਂ ਸੀਗਾ। ਅੱਛਾ, ਆਪਸ ਜੋੜਿਆ ਨਹੀਂ? ਆਪਸ ਜੋੜਿਆ ਨਹੀਂ, ਪਰ ਉੱਤੇ ਉਹਦੇ ਪਾਣੀ ਆ, ਜਿਹੜਾ ਕੋਲਮ ਆ ਪਿੱਟ ਦਾ ਉਹਦੇ 'ਚ ਵੀ ਪਾਣੀ ਆ, ਥੱਲੇ ਲੇਅਰ ਤੱਕ ਪਾਣੀ ਆ, ਲੇਕਿਨ ਲੇਅਰ ਕਿਤੇ ਕਨੈਕਟਡ ਨੇ। ਅੱਛਾ, ਅਤੇ ਉਹ ਜਿਹੜਾ ਸੀਗਾ ਉੱਥੋਂ ਪਾਣੀ ਆਇਆ ਸੀਗਾ। ਐਕਚੁਅਲੀ ਇਸ ਮਾਈਨ ਨਾਲ ਮੇਰਾ ਕੋਈ ਕੰਸਰਨ ਨਹੀਂ ਸੀ, ਮੈਂ ਇੱਕ ਦੂਜਾ ਏਰੀਆ ਸੀ ਜਦੋਂ ਮੈਂ ਜਨਰਲ ਮੈਨੇਜਰ ਸੀਗਾ ਜੀ। ਮੈਂ ਸਵੇਰੇ ਆਪਣਾ ਉਹੀ 7:30 ਵਜੇ ਘਰੋਂ ਚੱਲਿਆ, ਆਪਣੇ ਆਫਿਸ ਜਾਣਾ ਸੀਗਾ ਜੀ। ਬਾਈ ਚਾਂਸ ਇਹ 12 ਔਰ 13 ਤਰੀਕ ਨਵੰਬਰ ਦੀ 1999 ਦੀ ਗੱਲ ਆ, 13 ਤਰੀਕ ਨੂੰ ਗੁਰੂ ਨਾਨਕ ਦੇਵ ਬਰਥਡੇ ਸੀ। ਅੱਛਾ ਜੀ। ਵੈਸੇ ਤਾਂ ਮੈਂ ਗੁਰਦੁਆਰੇ ਸਾਲ 'ਚ ਮੈਂ ਹੀ ਜਾਂਦਾ, ਉਸ ਦਿਨ ਮੈਂ ਸੋਚਿਆ ਵੀ ਅੱਜ ਮੱਥਾ ਟੇਕਾਂਗੇ ਗੁਰਦੁਆਰੇ ਜਾ ਕੇ। ਅਤੇ ਜਦੋਂ ਮੈਂ ਜਾ ਰਿਹਾ GT ਰੋਡ 'ਤੇ ਅਤੇ ਵੇਖਿਆ ਤਾਂ ਇੱਕ ਜਾਮ ਲੱਗਾ ਬੜਾ ਤਗੜਾ। ਉੱਥੇ ਇੱਕ ਬ੍ਰਿਜ ਸੀਗਾ ਪੁਰਾਣਾ, 100 ਸਾਲ ਪੁਰਾਣਾ, ਉਹਨੂੰ ਨੂਨੀਆ ਬ੍ਰਿਜ ਕਹਿੰਦੇ ਆ। ਅਤੇ ਉਹਦੇ 'ਚ ਇੱਕ ਗੱਡੀ ਨੰਘ ਸਕਦੀ ਆ ਐਟ ਏ ਟਾਈਮ। ਅੱਛਾ ਜੀ। ਅਤੇ ਉੱਧਰੋਂ ਵੀ ਟਰੱਕ ਆ ਗਏ, ਇੱਧਰੋਂ ਵੀ ਬੱਸਾਂ ਆ ਗਈਆਂ, ਉਹ ਕਰ ਕਰਾ ਕੇ ਜਾਮ ਲੱਗਾ ਤੇ ਮੇਰੀ ਗੱਡੀ ਵੀ ਆ ਕੇ ਉੱਥੇ ਰੁਕ ਗਈ। ਰੁਕ ਗਈ ਅਤੇ ਮੈਂ ਬੈਠਾ ਸੀਗਾ। ਅੱਛਾ, ਬੈਠਾ ਸੀ ਅਤੇ ਮੈਂ ਸਾਹਮਣੇ ਸੁਣਿਆ ਕਿ ਜਿਹੜਾ ਰੈਸਕਿਊ ਸਟੇਸ਼ਨ ਦੀ ਵੈਨ ਹੈ ਨਾ, ਉਹਦਾ ਹੌਰਨ ਆ ਰਿਹਾ, ਹੂਟਰ ਆ ਰਿਹਾ ਜੀ ਜੀ। ਉਹਦਾ ਮਤਲਬ ਕਿਤੇ ਐਮਰਜੈਂਸੀ ਆ। ਅਤੇ 5 ਕੁ ਮਿੰਟ ਬਾਅਦ ਵੇਖਿਆ ਕਲੀਅਰ ਨਹੀਂ ਹੋ ਗਿਆ ਅਤੇ ਮੈਂ ਉਹਦੇ ਕੋਲ ਚਲਾ ਗਿਆ। ਅੱਛਾ, ਵੈਨ ਵਾਲੇ ਕੋਲ। ਮੈਂ ਕੀ ਹੋਇਆ ਬਈ? ਉਹ ਕਹਿੰਦਾ ਜੀ ਇੱਦਾਂ ਇੱਦਾਂ ਮਹਾਂਵੀਰ ਕੋਲਰੀ ਆ ਅਤੇ ਉਹਦੇ 'ਚ ਪਾਣੀ ਆ ਗਿਆ। ਅੱਛਾ ਜੀ, ਪਾਣੀ ਆ ਗਿਆ। ਅਤੇ ਹੁਣ ਜਾਂ ਕਾਫੀ ਪੰਜਾਬੀ ਡਰਾਈਵਰ ਵੀ ਹੁੰਦੇ ਆ ਹਰ ਥਾਂ 'ਤੇ ਜੀ ਜੀ, ਅਤੇ ਸਰਦਾਰ ਦਿਨ ਵੇਖ ਕੇ ਥੋੜ੍ਹਾ ਜਿਹਾ ਉਹ ਲਿਹਾਜ ਵੀ ਕਰਦੇ ਆ ਜੀ। ਅਤੇ ਉਹਨਾਂ ਨੂੰ ਮੈਂ ਕਿਹਾ ਵੀ ਇੱਦਾਂ ਇੱਦਾਂ ਐਕਸੀਡੈਂਟ ਹੋਇਆ ਵਾ, ਅਤੇ ਤੁਸੀਂ ਇੱਦਾਂ ਕਰੋ ਵੀ ਥੋੜ੍ਹੀਆਂ ਗੱਡੀਆਂ ਪਾਸੇ ਕਰੋ, ਅਤੇ ਕਮ ਸੇ ਕਮ ਇਹ ਵੈਨ ਨੂੰ ਲੰਘਣ ਦਿਓ ਜੀ ਜੀ। ਦੇਖੋ ਯਾਰ ਏ ਐੱਸ ਆਈ ਲੱਗਾ ਸੀ, ਉਹਦੀ ਗੱਲ ਹੀ ਨਹੀਂ ਕੋਈ ਸੁਣ ਰਿਹਾ। ਅੱਛਾ, ਪੁਲਿਸ ਵਾਲੇ ਦੀ ਕੋਈ ਨਹੀਂ ਸੁਣ, ਕੋਈ ਨਹੀਂ ਸੁਣ ਰਿਹਾ ਹੈਗਾ ਜੀ। ਬੰਗਾਲ 'ਚ ਵੈਸੇ ਥੋੜ੍ਹੇ ਜਿਹੇ ਆਪਣੇ ਬੰਦੇ ਪੱਕੇ ਹੁੰਦੇ ਆ ਨਾ। ਅੱਛਾ ਅੱਛਾ ਜੀ। ਅਤੇ ਖੈਰ ਉਹਨਾਂ ਨੇ ਉਹਨੂੰ ਲੰਘਣ ਦਿੱਤਾ, ਉਹ ਲੰਘਣ ਦਿੱਤਾ। ਮੈਂ ਫਿਰ ਸੋਚਿਆ, ਮੈਂ ਕਿਹਾ ਆਫਿਸ 'ਚ ਕੀ ਜਾਣਾ, ਮੈਂ ਵੀ ਜਲਦਾ ਉੱਥੇ ਹੀ ਵੀ ਵੇਖ ਆਈਏ ਕੀ ਹੋਇਆ ਹੋਇਆ ਕੀ ਆ। ਉੱਥੇ ਆਇਆ ਅਤੇ ਮੈਂ ਕਿਹਾ ਮਸਲਾ ਹੀ ਬੜਾ ਗੜਬੜਿਆ। ਅੱਛਾ ਜੀ। ਇੰਨੇ ਬੰਦੇ ਫਸੇ ਨੇ, ਨਿਕਲਣ ਨੂੰ ਰਸਤਾ ਕੋਈ ਨਹੀਂ ਗਾ। ਅਤੇ ਫਿਰ ਤਾਂ ਹੁੰਦਾ ਨਾ, ਪਹਿਲਾਂ ਦਿਮਾਗ 'ਚ ਆਉਂਦਾ ਵਾ ਕਿ ਫਟਾਫਟ ਆਪਣੀਆਂ ਉੱਥੇ ਟੀਮਾਂ ਬਣਾਤੀਆਂ ਰੈਸਕਿਊ ਦੀਆਂ ਜੀ ਜੀ, 3-4। ਇਹ ਆਇਆ ਵੀ ਚਲੋ ਜੀ ਇੱਦਾਂ ਕਰੋ ਕਿ ਜਿਹੜੇ ਪਾਣੀ ਗਿਆ ਨਾ, ਜਿਹੜੇ ਅਸੀਂ ਪਿੱਟ 'ਚ ਥੱਲੇ ਜਾਂਦੇ ਹਾਂ ਉੱਤੇ ਆਉਂਦੇ ਹਾਂ, ਇਹਦੀਆਂ ਲਿਫਟਾਂ ਜਿਹੜੀਆਂ ਨੇ ਉਹ ਬੰਦ ਕਰ ਦਿਓ। ਅੱਛਾ, ਲਿਫਟਾਂ ਖੋਲ੍ਹ ਦਿਓ, ਕਿਉਂਕਿ ਉੱਥੇ ਵਿੱਚ 30-40 ਫੁੱਟ ਪਾਣੀ ਆ ਗਿਆ ਸੀ। ਅੱਛਾ, ਲਿਫਟਾਂ ਬੰਦ ਹੋ ਗਈਆਂ। ਅਤੇ ਇਹਦੇ ਉੱਤੇ ਗਡਰ ਰੱਖੋ ਜੀ, ਗਡਰ ਰੱਖੋ ਅਤੇ ਇਹਦੇ ਵਿੱਚ ਸਮਰਸੀਬਲ ਪੰਪ ਲਾ ਦਿਓ ਪਾਣੀ ਕੱਢਣ ਲਈ, ਪਾਣੀ ਕੱਢਣ ਲਈ ਜਿੰਨੇ ਲੱਗ ਸਕਦੇ ਆ ਜੀ। ਉਹ ਜਿੰਨੇ ਲੱਗ ਸਕਦੇ ਸੀ 12 ਘੰਟਿਆਂ ਦੇ ਵਿੱਚ ਉੱਥੇ ਇੰਨੇ ਕੁ ਲਾ ਤੇ ਵੀ 23,000 ਲੀਟਰ ਪਰ ਮਿੰਟ ਦੇ ਹਿਸਾਬ ਨਾਲ ਪਾਣੀ ਕੱਢਣਾ ਸ਼ੁਰੂ ਕੀਤਾ। ਉਹ ਤਾਂ ਬਹੁਤ ਜ਼ਿਆਦਾ ਹੋ ਗਿਆ ਜੀ, ਬਲ ਵੱਡੀ ਨਹਿਰ ਜਿੱਡਾ। ਅੱਛਾ ਜੀ, ਵੱਡੀ ਨਹਿਰ ਮਤਲਬ ਆਪਾਂ ਪਾਣੀ ਦੀ ਜ਼ਮੀਨ ਚੋਂ ਕੱਢ ਰਹੇ ਅਤੇ ਉਹ ਜਾਂਦਾ ਕਿੱਥੇ ਸੀ ਪਾਣੀ? ਪਾਣੀ ਫਿਰ ਦਰਿਆ 'ਚ। ਅੱਛਾ, ਦਮੋਦਰ ਦਰਿਆ 'ਚ ਹੀ ਲੱਗੇ ਉਹਦੇ ਜਾ ਰਿਹਾ ਸੀ। ਅੱਛਾ ਜੀ। ਅਤੇ ਹੁਣ ਜਦੋਂ ਇੰਨਾ ਪਾਣੀ ਕੱਢ ਰਹੇ ਸੀਗੇ ਅਤੇ ਵੇਖਿਆ ਕਿ ਪਾਣੀ ਦਾ ਲੈਵਲ ਫਿਰ ਵਧਣ ਰਿਹਾ ਜੀ। ਅੱਛਾ, ਜ਼ਮੀਨ ਦਾ ਪਾਣੀ ਇੰਨਾ ਜ਼ਿਆਦਾ ਆ ਰਿਹਾ ਸੀ, ਕਿਉਂਕਿ ਅੰਦਰ ਪੂਰੀ ਮਾਈਨ ਦਾ ਪਾਣੀ ਸੀਗਾ, ਉਸਲੇ ਜਿਹੜੇ ਤਲਾਅ ਸੀਗੇ ਉਹ ਵੀ ਫਟ ਗਏ, ਉਹਨਾਂ ਦਾ ਸਾਰਾ ਪਾਣੀ ਚਲਾ ਗਿਆ ਜੀ ਜੀ। ਉਹ ਇੰਨਾ ਪਾਣੀ ਸੀ ਕਿ ਪਾਣੀ ਵਧਣ ਰਿਹਾ ਸੀਗਾ ਜੀ। ਫਿਰ ਜਦੋਂ ਕੈਲਕੂਲੇਟ ਕੀਤਾ
ਵੀ ਇਹ ਡੇਢ ਮਹੀਨੇ ਤੋਂ ਦੋ ਮਹੀਨੇ ਲੱਗ ਜਾਣਗੇ ਪਾਣੀ ਕੱਢਣ ਦੇ, ਪਾਣੀ ਕੱਢਣ 'ਚ, ਅਤੇ ਜੇ ਪਾਣੀ ਕੱਢਣ ਡੇਢ ਦੋ ਮਹੀਨੇ ਲੱਗਣਗੇ, ਜੇ ਕੋਈ ਬੰਦਾ ਥੱਲੇ ਹੋਏਗਾ ਉਹਨੇ ਬਚਣਾ, ਬਚ ਨਹੀਂ ਸਕਦਾ। ਫਿਰ ਕੀ ਸੋਚਿਆ ਵੀ ਇੱਕ ਟੀਮ ਹੋਰ ਬਣਾਓ। ਅੱਛਾ ਜੀ। ਉਹਨੂੰ ਕਹੋ ਵੀ ਇੱਕ ਨਵਾਂ ਇੱਕ ਪਿੱਟ ਬਣਾ ਦਿਓ। ਅੱਛਾ ਜੀ। ਅੱਛਾ, ਉਹ ਪਿੱਟ ਬਣਾਉਣਾ ਸ਼ੁਰੂ ਤਾਂ ਕਰਤਾ, ਉਹ ਜਦੋਂ ਸਾਰਾ ਉਹਦਾ ਐਕਸਕੇਵੇਸ਼ਨ ਵਾਲਾ ਵੇਖਿਆ, ਇਹਨੂੰ 6 ਮਹੀਨੇ ਲੱਗਦੇ ਆ, ਅਤੇ 6 ਮਹੀਨੇ ਪਤਾ ਕੋਈ ਨਹੀਂ ਬਚਣਾ। ਸਹੀ ਗੱਲ ਹੈ, ਖੂਹ ਬਣਾਉਣ 'ਤੇ। ਫਿਰ ਇੱਕ ਟੀਮ ਹੋਰ ਬਣਾਈ ਕਿ ਉਹ ਜਿਹੜੇ ਪਿੱਟ 'ਚੋਂ ਪਾਣੀ ਗਿਆ ਸੀ ਨਾ, ਉਹਦੇ 'ਚ ਜਾਇਆ ਜਾਏ। ਅੱਛਾ ਜੀ। ਉਹ ਜਦੋਂ ਉਹਦੇ 'ਚ ਕੋਸ਼ਿਸ਼ ਕੀਤੀ ਅਤੇ ਉਹਨੂੰ ਥੱਲੋਂ 150 ਫੁੱਟ 'ਤੇ ਜਿਹੜੀ ਸੀਮ 'ਚੋਂ ਪਾਣੀ ਆ ਰਿਹਾ ਸੀ, ਜੀ ਜੀ ਜੀ, ਉੱਥੇ ਜਦੋਂ ਬਕਟ ਜਾਵੇ ਤਾਂ ਉਹ ਪਾਣੀ ਐਡੀ ਜ਼ੋਰ ਦੀ ਉਹਨੂੰ ਬਕਟ ਨੂੰ ਮਾਰੇ ਕਿ ਉਹ ਜਾ ਕੇ ਸਾਈਡ ਨੂੰ ਵੱਜੇ, ਉਹ ਤੋਂ ਥੱਲੇ ਜਾ ਹੀ ਨਹੀਂ ਸਕਦੇ। ਤੁਹਾਡਾ ਰਾਦਾ ਸੀ ਜਿੱਥੋਂ ਪਾਣੀ ਪੈ ਰਿਹਾ, ਹਾਂ ਬੰਦ ਕਰ ਦਈਏ, ਉਹ 'ਚ ਨਹੀਂ, ਉਹ 'ਚ ਵੜ ਜਾਓ ਥੱਲੇ। ਅੱਛਾ ਜੀ। ਪਰ ਉਹ ਨਿਕਲ, ਬੰਦ ਨਹੀਂ ਕਰ ਸਕਦੇ। ਅੱਛਾ, ਵੜਿਆ ਵੀ ਨਹੀਂ ਜਾ ਸਕਦਾ, ਵੜਿਆ ਨਹੀਂ ਜਾ ਸਕਦਾ ਜੀ, ਮਤਲਬ ਇੰਨੀ ਜ਼ੋਰ ਦੇ ਪੱਥਰ ਵੱਜ ਰਹੇ ਸੀ, ਇੰਨਾ ਜ਼ਿਆਦਾ ਪਾਣੀ ਆ ਰਿਹਾ ਕਿ ਬਕਟ ਉੱਥੇ ਥੱਲੇ ਜਾਂਦੀ ਨਹੀਂ ਸੀ। ਉਹ ਅੱਛਾ ਜੀ। ਅੱਛਾ, ਇਹ ਨਹੀਂ, ਇਹ 3 ਟੀਮਾਂ ਲੱਗ ਗਈਆਂ ਅਤੇ ਹੁਣ ਇਹ ਹੋਇਆ ਇਹ ਇਹ ਜਦੋਂ ਵਾਪਰ ਰਿਹਾ ਸੀ, ਹਾਂਜੀ, ਇਹ ਇਦੋਂ ਕਿੰਨ ਟਾਈਮ ਕੀ ਹੋਊਗਾ ਜੀ ਉਦੋਂ ਦਿਨ ਦਾ? ਇਹ ਐਕਸੀਡੈਂਟ ਹੋਏਗਾ ਸਵੇਰੇ 4:30 ਵਜੇ ਤੜਕੇ। ਤੜਕੇ ਤੁਸੀਂ ਕਿੰਨੇ ਵਜੇ ਪਹੁੰਚੇ? ਮੈਂ ਉੱਥੇ ਪਹੁੰਚਿਆ ਜੀ 8:30। ਅੱਛਾ, 8:30 ਦਾ ਟਾਈਮ ਹੋਣਾ ਜਦੋਂ ਪਹੁੰਚਿਆ ਉੱਥੇ। ਅਤੇ ਉਦੋਂ ਤੱਕ ਜਿਹੜੇ ਲੋਕ ਇਹ ਸਾਰਾ ਕੁਛ ਕਰ ਰਹੇ ਸੀ, ਅਜੇ ਕੁਛ ਨਹੀਂ ਸੀ ਕਰ ਰਹੇ, ਕੁਛ ਵੀ ਨਹੀਂ ਸੀ ਕਰ ਰਹੇ ਉਸ ਟਾਈਮ ਤੱਕ, ਕੁਛ ਨਹੀਂ ਸੀ ਕਰ ਰਹੇ, ਕਿਉਂਕਿ ਸਭ ਨੂੰ ਇਹ ਸਮਝ ਨਹੀਂ ਆ ਰਹੀ ਵੀ ਕਰਨਾ ਕੀ ਆ, ਵੀ ਕੱਢੀਏ ਕਿਵੇਂ, ਕੀ ਕਰਨਾ ਕੀ ਆ, ਮਤਲਬ ਕਿ ਪਾਣੀ ਮਤਲਬ ਕੱਢੀਏ ਕਿੱਦਾਂ, ਆਹ ਸ਼ਾਰਟ ਬਣਾਉਣਾ ਕਿ ਨਹੀਂ, ਕਿਹਦੇ ਆਈਡੀਆ ਨਹੀਂ ਸੀ ਇਹ। ਤਾਂ ਫਿਰ ਸਾਰੇ ਜੋ ਇਕੱਠੇ ਹੋ ਗਏ ਜੀ ਜੀ, ਫਿਰ ਜਾ ਕੇ ਡਿਸਕਸ਼ਨ ਕੀਤੀ ਵੀ ਕੀ ਹੋ ਸਕਦਾ। ਆਹ 3 ਕੰਮ ਤਾਂ ਸ਼ੁਰੂ ਕਰਤੇ ਜੀ, ਇਹ ਜੋ 3 ਕੰਮ ਸ਼ੁਰੂ ਕੀਤੇ ਤਾਂ ਮੈਂ ਵੇਖਿਆ, ਮੈਂ ਕਿਹਾ ਤਾਂ ਕੰਮ ਲੰਬਾ ਵਾ ਜੀ ਜੀ, ਜੇ ਇੱਕ ਵੀ ਬੰਦਾ ਥੱਲੇ ਹੈਗਾ ਵਾ ਤਾਂ ਉਹਨੇ ਚਿਰ ਤਾਂ ਮਰ ਜਾਏਗਾ, ਉਹ ਤਾਂ ਫਾਇਦਾ ਕੀ ਫਿਰ। ਉਹ ਜਿਹੜੇ ਬੰਦੇ ਬਚ ਗਏ ਸੀ ਉਹਨਾਂ ਦੀ ਗਿਣਤੀ ਦਾ ਪਤਾ ਲੱਗ ਗਿਆ? ਬਿਲਕੁਲ ਕੁਛ ਪਤਾ ਨਹੀਂ ਵੀ ਕਿੰਨੇ ਨਿਕਲੇ ਆ, ਕਿੰਨੇ ਜਿਉਂਦੇ ਆ, ਕਿੰਨੇ ਮਰ ਗਏ। ਜਿੰਨੇ ਨਿਕਲੇ ਉਹ ਪਤਾ। ਅੱਛਾ ਜੀ। ਜਿਹੜੇ ਥੱਲੇ ਆ ਜਿਉਂਦੇ ਆ ਕਿ ਮਰ ਗਏ ਇਹ ਵੀ ਨਹੀਂ ਪਤਾ, ਇਹ ਨਹੀਂ ਪਤਾ, ਕਿਉਂਕਿ ਲਾਸਟ ਇੱਕ ਬੰਦੇ ਨੇ ਟੈਲੀਫੋਨ ਥੱਲੇ ਕੀਤਾ, ਹਮ ਹੈ, ਆ ਹਮ ਇੱਕ ਹੈ ਕਿ ਹਮ 100 ਹੈ, ਇਹ ਵੀ ਪਤਾ ਨਹੀਂ। ਅਤੇ ਜਦੋਂ ਵੇਖਿਆ ਕਿ 149 ਨਿਕਲੇ ਆ, ਇਹਦਾ ਮਤਲਬ 71 ਆਦਮੀ ਥੱਲੇ ਹੈਗੇ ਨੇ। ਉਸ ਲਾਸਟ ਫੋਨ ਕਾਲ ਦਾ ਕਰਕੇ ਤੁਸੀਂ ਯਕੀਨ ਕੀਤਾ ਕਿ ਕੋਈ ਹੈ, ਔਰ ਹੁਣ ਉਹ ਤੋਂ ਬਾਅਦ ਪਤਾ ਲੱਗਾ ਕਿ ਉਹਨੇ 6 ਬੰਦੇ ਡੁੱਬ ਗਏ। ਅੱਛਾ ਜੀ। 6 ਬੰਦੇ ਮਰ ਗਏ, ਇਹ ਬਾਅਦ 'ਚ ਨਿਕਲੇ ਹੋ ਗਏ, ਬਾਅਦ 'ਚ ਪਤਾ ਲੱਗਾ ਜੀ ਜੀ। ਹਾਂ, ਉਹਦੇ ਬਾਅਦ ਪਤਾ ਲੱਗਾ ਜੀ 65 ਜਿੰਦੇ ਨੇ। ਅੱਛਾ, ਆਪਾਂ ਉਸ ਤੋਂ ਬਾਅਦ ਅੱਗੇ ਚੱਲਦੇ ਹਾਂ ਕਿ ਵੀ ਇੱਕ ਗੱਲ ਤਾਂ ਮੈਨੂੰ ਇਹ ਸਮਝਾਓ ਕਿ ਜਿਵੇਂ ਆਪਾਂ ਕੋਲ ਮਾਈਨਿੰਗ ਦੀ ਗੱਲ ਕਰਦੇ, ਮੈਂ ਆਪਣੇ ਦਰਸ਼ਕਾਂ ਲਈ ਵੀ ਇਹ ਪੁੱਛਣ ਦੀ ਕੋਸ਼ਿਸ਼ ਕਰ ਰਹੇ ਹਾਂ ਜੀ ਵੀ ਆਪਾਂ ਇਹ ਜ਼ਰੂਰ ਕਿਤੇ ਤੁਸੀਂ ਜੇ ਕਦੇ ਇੰਡੀਆ ਦੇ ਵਿੱਚ ਦੇਖੋ ਤਾਂ ਮਾਮੂਲੀ ਸਟੇਸ਼ਨ ਤੋਂ 2 ਰੁਪਈਆਂ ਦਾ ਚਾਹ ਦਾ ਕੱਪ ਵੀ ਪੀ ਲੈਂਦੇ ਹਾਂ ਤਾਂ ਉਹਨੇ ਵੀ ਉਹ ਕੋਲੇ ਵਾਲੀ ਭੱਠੀ ਜੀ ਰੱਖੀ ਹੁੰਦੀ ਹੈ ਅਤੇ ਆਪਾਂ ਨੂੰ ਉੱਥੇ ਪਿਆ ਕੋਲਾ ਬੜਾ ਮਾਮੂਲੀ ਚੀਜ਼ ਲੱਗਦਾ, ਪਰ ਉਸ ਕੋਲੇ ਨੂੰ ਕੱਢਣ ਦੇ ਲਈ ਕਿਸ ਤਰ੍ਹਾਂ ਦੀ ਟੈਕਨੀਕ, ਕਿਸ ਤਰ੍ਹਾਂ ਦੀ ਇੰਜੀਨੀਅਰਿੰਗ ਅਤੇ ਕਿਸ ਤਰ੍ਹਾਂ ਦੀ ਬਹਾਦਰੀ ਦੀ ਲੋੜ ਹੁੰਦੀ ਹੈ, ਇਹ ਮੇਰਾ ਖਿਆਲ ਤੁਸੀਂ ਅੱਜ ਮਹਿਸੂਸ ਕਰ ਰਹੇ ਹੋਵੋਗੇ। ਜੇ ਆਪਾਂ ਕੋਲ ਮਾਈਨਿੰਗ ਦੀ ਗੱਲ ਕਰੀਏ ਸਰ, ਕੋਲਾ ਜਿਹੜਾ ਹੈ ਜੀ ਉਹ ਲੇਅਰਸ ਦੇ ਵਿੱਚ ਪਿਆ ਹੋਇਆ, ਤਾਂ ਜਿਹੜਾ ਉਹ ਖੂਹ ਹੈ ਆਈ ਥਿੰਕ ਉਹਨੂੰ ਟੇਢਾ ਪੱਟਿਆ ਜਾਂਦਾ? ਨਹੀਂ, ਡਿਪੈਂਡ ਕਰਦਾ। ਅੱਛਾ ਜੀ। ਜੇ ਤਾਂ ਲੇਅਰ ਤਕਰੀਬਨ ਸਰਫਸ ਤੱਕ ਆਉਂਦੀ ਆ, ਅੱਛਾ ਜੀ, ਫਿਰ ਤਾਂ ਟੇਢਾ ਪੁੱਟ ਕੇ ਵੱਟ ਜਾਓ ਜੀ, ਅਤੇ ਜੇ ਥੱਲੇ ਆ ਬਹੁਤ ਜੀ ਤਾਂ ਫਿਰ ਉਹਨੂੰ ਵਰਟੀਕਲ ਪੁੱਟਦੇ। ਅਤੇ ਇਹ ਕਿੱਦਾਂ ਸੀ, ਇਹ ਟੇਢੀ ਸੀ? ਵਰਟੀਕਲ ਸੀ, ਬਿਲਕੁਲ ਸਿੱਧੀ ਜਾਂਦੀ ਸੀ, ਬਿਲਕੁਲ ਸਿੱਧੀ ਜਾਂਦੀ, ਜਿੱਦਾਂ ਆਪਾਂ ਬੋਰ ਜਾਂਦਾ ਥੱਲੇ, ਬਿਲਕੁਲ ਜਿੱਦਾਂ ਬੋਰ ਜਾਂਦਾ। ਓਏ ਹੋਏ ਹੋਏ। ਅੱਛਾ ਜੀ, ਇਹ ਵੀ ਇੱਕ ਪੰਗਾ ਸੀਗਾ, ਕਿਉਂਕਿ ਜੇ ਉਹ ਟੇਢੀ ਬਾਹਰ ਆਉਂਦੀ ਹੁੰਦੀ ਫਿਰ ਤਾਂ ਸ਼ਾਇਦ ਕੋਈ ਰਸਤਾ ਹੁੰਦਾ। ਰਸਤਾ ਤਾਂ ਮਤਲਬ ਕਿ ਜੇ ਪਾਣੀ ਆ ਗਿਆ ਉਹ ਤਾਂ ਰਸਤਾ ਹੋਣਾ ਹੀ ਨਹੀਂ ਸੀ, ਹੋਣਾ ਹੀ ਨਹੀਂ ਸੀਗਾ। ਉਹਨਾਂ ਵੀ ਜਿਹੜੇ ਥੱਲੇ ਵੀ ਸੀਗੇ ਅਤੇ ਬਾਅਦ 'ਚ ਪਤਾ ਲੱਗਣਾ ਹੈਗੇ ਸੀਗੇ ਜੀ ਜੀ, ਉਹਨਾਂ ਵੀ ਇਹ ਕੋਸ਼ਿਸ਼ ਕੀਤੀ ਕਿ ਰਾਈਦਵਾਲ ਚੱਲਦੇ ਸ਼ਾਇਦ ਕੋਈ ਰਸਤਾ ਮਿਲ ਜੇ, ਪਰ ਰਸਤਾ ਬੰਦ, ਰਸਤਾ ਬੰਦ, ਰਸਤਾ ਹੈ ਹੀ ਨਹੀਂ ਸੀ ਕੋਈ। ਇਹ ਥੱਲਿਓਂ ਕੋਲ ਮਾਈਨਿੰਗ ਜਿਹੜੀਆਂ ਹੁੰਦੀਆਂ ਨੇ ਵੈਸੇ ਤਾਂ ਉਹ ਬਾਅਦ ਦੇ ਵਿੱਚ ਤਾਂ ਬਹੁਤ ਵੱਡੀਆਂ ਵੱਡੀਆਂ ਸ਼ਾਇਦ ਕਿਲੋਮੀਟਰਸ ਦੇ ਵਿੱਚ ਚਲੇ ਜਾਂਦੀਆਂ ਨੇ, ਇਹ ਕਿੱਡੀ ਕੁ ਚੌੜੀ ਸੀ ਥੱਲਿਓਂ? ਇਹ ਤਕਰੀਬਨ 1 ਕਿਲੋਮੀਟਰ ਬਾਈ 1 ਕਿਲੋਮੀਟਰ ਹੋਏਗੀ। ਅੱਛਾ ਜੀ, ਏਡੀ ਵੱਡੀ ਇੰਨੀ ਜਗ੍ਹਾ ਸੀਗੀ, ਇੰਨੀ ਮਾਈਂਡ ਹੋਏਗਾ ਅਦਰਵਾਈਜ਼ ਵਾਇਬਲ ਨਹੀਂ ਗੀ। ਅੱਛਾ ਜੀ। ਜੇ ਤੁਸੀਂ ਇੰਨਾ ਪੈਰਾ ਨਲੀਆ ਲਾਉਣਾ, ਇੰਨੇ ਸਟਰਕਚਰ ਲਾਉਣੇ ਆ, ਇਹ ਤੋਂ ਛੋਟੀ ਹੋਏਗੀ ਤਾਂ ਵਾਇਬਲ ਹੀ ਨਹੀਂ ਹੈਗੀ। ਬਿਲਕੁਲ ਸਹੀ ਗੱਲ, ਠੀਕ ਹੈ ਨਾ। ਇਹ ਖੂਹ 'ਚੋਂ ਮੰਨ ਲਿਆ 1000 ਟਨ ਕੱਢ ਸਕਦੇ ਸੀ ਜੀ ਜੀ, ਅਤੇ 1000 ਟਨ ਇੱਕ ਜਗ੍ਹਾ 'ਤੇ ਤਾਂ ਕੱਢਿਆ ਨਹੀਂ ਜਾ ਸਕਦਾ। ਬਿਲਕੁਲ ਸਹੀ। ਉਹਦੇ 10-5 ਸੈਕਸ਼ਨ ਚਾਹੀਦੇ ਆ, ਇੱਧਰੋਂ ਨਿਕਲ ਰਿਹਾ, ਇੱਧਰੋਂ ਨਿਕਲ ਰਿਹਾ, ਇੱਧਰੋਂ ਨਿਕਲ ਰਿਹਾ, ਉਹ ਕਰਕੇ ਇਕੱਠਾ ਕਰਕੇ ਤੁਹਾਨੂੰ ਕੱਢਦੇ ਆ। ਠੀਕ ਹੈ ਜੀ। ਜੇ ਉਹ ਨਾ ਹੋਏ ਤਾਂ ਵਾਇਬਲ ਨਹੀਂ ਹੈਗੀ। ਅੱਛਾ ਚਲੋ, ਆਪਾਂ ਹੁਣ ਦੁਬਾਰਾ ਕਹਾਣੀ 'ਤੇ ਆਉਂਦੇ ਹਾਂ। ਜਦੋਂ ਸਾਰਿਆਂ ਨੇ ਸਿਰ ਮਾਰਤਾ ਹਾਂਜੀ ਕਿ ਵੀ ਹੁਣ ਬੰਦੇ ਬਚ ਨਹੀਂ ਸਕਦੇ, ਖੂਹ ਪੱਟਦਿਆਂ ਵੀ 6 ਮਹੀਨੇ ਲੱਗਦੇ ਆ, ਪਾਣੀ ਕੱਢਦਿਆਂ ਵੀ 2-3 ਮਹੀਨੇ ਲੱਗਦੇ ਆ, ਅਤੇ ਫਿਰ ਤਰੀਕਾ ਕੀ, ਅਤੇ ਉਹ ਕਿੱਥੋਂ ਦਿਮਾਗ 'ਚ ਆਈ ਗੱਲ? ਫਿਰ ਐਵੇਂ ਦਿਮਾਗ 'ਚ ਆਈ ਵੀ ਜੇ ਇੱਕ ਹੋਲ ਕਰਕੇ ਜੀ ਇੱਕ ਬੰਦੇ ਨੂੰ ਮਤਲਬ ਕਿ ਸੇਫਟੀ ਬੈਲਟ ਬੰਨ ਲਈ ਜਾਏ ਜੀ, ਮਤਲਬ ਸੋਚਿਆ ਇਹ ਕਿਹਾ, ਮੈਂ ਕਿਹਾ ਇਹਨਾਂ ਨੇ। ਅੱਛਾ, ਆਪ ਸੋਚ ਰਹੇ, ਆਪ ਸੋਚ ਰਿਹਾ ਸੀ ਵੀ ਉਹਦੇ
ਪਹਿਲਾਂ ਸਟਾਰਟ ਇੱਥੋਂ ਹੋਇਆ, ਮੁੱਢਲਾ ਆਈਡੀਆ ਸੀ, ਹਾਂ ਵੀ ਇੱਦਾਂ ਕੱਢ ਲਓ। ਅਤੇ ਇਹ ਵੀ ਗੱਲ ਨਹੀਂ ਬਣ ਸਕਦੀ ਕਿਉਂਕਿ ਕਿੱਦਾਂ ਬੰਨ ਬੈਲਟ ਬੰਨ ਕੇ ਥੱਲੇ ਚੱਲ ਜੂ, ਬੰਦਾ ਉਂਝ ਹੀ ਮਰ ਜਾਏਗਾ। ਬਿਲਕੁਲ ਸਹੀ, ਨਾਲੇ ਇੰਨੇ ਫੁੱਟ ਡੂੰਘਾ ਹੋ, ਇੰਨਾ ਫੁੱਟ ਡੂੰਘਾ ਹੈ ਤਾਂ ਉਹ ਜਾਊ ਕਿੱਦਾਂ? ਫਿਰ ਦਿਮਾਗ 'ਚ ਆਇਆ ਵੀ ਇੱਦਾਂ ਕਰੀਏ ਕਿ ਇੱਕ ਲੋਹੇ ਦਾ ਪਿੰਜਰਾ ਜਿਹਾ ਜਿਹਨੂੰ ਕੈਪਸੂਲ ਕਿਉਂ ਕਹਿੰਦੇ ਆ, ਕਿ ਜਿੱਦਾਂ ਤੋਂ ਕੈਪਸੂਲ ਦਵਾਈ ਨਹੀਂ ਕਰਦੇ, ਉਸ ਸ਼ੇਪ ਦਾ ਬਣਾ ਦਿਓ। ਅੱਛਾ ਜੀ, ਉਹਦੇ 'ਚ ਇੱਕ ਬੰਦਾ ਖੜਾ ਹੋ ਜਾਵੇ, ਇੱਕ ਬੰਦਾ ਖੜਾ ਜੋ ਉਹ ਥੱਲੇ ਚੱਲ ਜਾਵੇ, ਇੱਕ ਇੱਕ ਬੰਦਾ ਕਰਕੇ ਕੱਢ ਲਓ। ਠੀਕ ਹੈ ਨਾ, ਇਹ ਸੋਚਿਆ, ਇਹ ਸੋਚਿਆ। ਅਤੇ ਹੁਣ ਇਹ ਸੀਗਾ ਕਿ ਬੰਦਾ ਜਿਹੜਾ ਵਾ ਉਹ ਥੱਲੇ ਜਾਏਗਾ ਅਤੇ ਘੱਟ ਤੋਂ ਘੱਟ ਹੋਲ ਜਿਹੜਾ ਵਾ ਉਹ 20-22 ਇੰਚ ਚਾਹੀਦਾ, ਜਿੱਥੋਂ ਛੋਟੇ ਤਾਂ ਬੰਦਾ ਵੜ ਹੀ ਨਹੀਂ ਸਕਦਾ। ਅਤੇ ਜੇ ਹੁਣ ਕਰਨਾ ਵਾ ਤਾਂ ਫਿਰ ਹੋਲ ਕਰੋ, ਅਤੇ ਹੋਲ ਕਰਕੇ ਉਹ 'ਚ ਵੜੋ। ਜੀ, ਪਹਿਲਾਂ ਤਾਂ ਅਸੀਂ ਸਰਵੇ ਕੀਤਾ ਉੱਤੇ। ਅੱਛਾ ਜੀ, ਵੀ ਬੰਦੇ ਕਿੱਥੇ ਹੋਣਗੇ ਅਤੇ ਹੋਲ ਕਿੱਥੇ ਹੋਊਗਾ, ਹੋਲ ਕਿੱਥੇ ਹੋਏਗਾ, ਇਹ ਵੀ ਇੱਕ ਵੱਡਾ ਕੰਮ ਆ। ਬਿਲਕੁਲ ਸਹੀ ਗੱਲ, ਕਿਉਂਕਿ ਉਹ ਥੱਲੇ ਤਾਂ ਤੁਹਾਨੂੰ ਪਤਾ ਨਹੀਂ ਕਿੱਥੇ ਆ, ਉਸ ਹਿਸਾਬ ਨਾਲ ਸਰਵੇ ਕਰਕੇ, ਮਤਲਬ ਕਿ ਪਹਿਲਾਂ 0 ਲਾਈਨ ਤੋਂ ਲਿਆ ਕੇ ਸਰਵੇ ਕੀਤਾ, ਉਸ ਪੁਆਇੰਟ ਨੂੰ ਪੁਆਇੰਟ ਕੀਤਾ, ਉੱਥੇ ਪਹਿਲਾਂ ਅਸੀਂ 2 ਇੰਚ ਹੋਲ ਕੀਤਾ, ਉਹਨੂੰ ਪਾਇਲਟ ਹੋਲ ਕਹਿੰਦੇ ਆ। ਅੱਛਾ ਜੀ, ਪਾਇਲਟ ਹੋਲ ਕੀਤਾ, ਉਹ ਜਾ ਕੇ ਥੱਲੇ ਗੈਲਰੀ 'ਚ ਚਲਾ ਗਿਆ। ਇਟ ਮੀਨਸ ਕਿ ਇਹ ਠੀਕ ਆ, ਇੱਥੇ ਕੀਤਾ ਜਾ, ਇੱਥੇ ਕੀਤਾ ਜਾਂਦਾ। ਮਤਲਬ ਅਜੇ ਤੁਹਾਨੂੰ ਇਹੀ ਅੰਦਾਜ਼ਾ ਸੀ ਵੀ ਇੱਥੇ ਅਜੇ ਜਗ੍ਹਾ ਖਾਲੀ ਆ, ਇੱਥੇ ਪਾਣੀ ਭਰ ਜਾਵੇ, ਕੁਛ ਕਹਿ ਨਹੀਂ ਸਕਦੇ? ਨਹੀਂ, ਐਕਚੁਅਲੀ ਹੈ ਕਿ ਸੀ, ਸਾਨੂੰ ਪਤਾ ਕਿ ਪਿੱਟ ਦੇ ਵਿੱਚ ਪਾਣੀ ਇੱਥੇ ਆ ਗਿਆ। ਜਦੋਂ ਪਾਣੀ ਪਿੱਟ ਦੇ ਇੱਥੇ ਆਇਆ ਵਾ, ਇਹਨੂੰ ਜੇ ਅਸੀਂ ਲੈਵਲ ਕਰਾਂਗੇ, ਪਾਣੀ ਤਾਂ ਲੈਵਲ 'ਚ ਹੀ ਆ, ਪਾਣੀ ਨੇ ਤਾਂ ਇੱਦਾਂ ਨਹੀਂ ਜਾਣਾ, ਅਤੇ ਕਿੱਥੋਂ ਤੱਕ ਪਾਣੀ ਆ ਇਹ ਪਤਾ ਲੱਗਾ ਕਿ ਪਾਣੀ ਇੱਥੇ ਤੱਕ ਆਇਆ, ਚਲਾ ਗਿਆ ਵਾ। ਅੱਛਾ, ਫਿਰ ਹੋਰ ਉੱਥੇ ਕਰਨਾ ਵਾ ਕਿ ਜੇ ਸਾਨੂੰ ਮਤਲਬ 2 ਦਿਨ ਲੱਗ ਜਾਣ ਹੋਲ ਕਰਨ 'ਚ, ਅਤੇ ਇਹ ਨਾ ਹੋਵੇ ਬਾਈ ਦਾ ਟਾਈਮ ਹੋਲ ਕਰੀਏ ਅਤੇ ਪਾਣੀ ਉੱਥੇ ਹੋਵੇ, ਇਹ ਵੀ ਅੰਦਾਜ਼ਾ ਲਾਉਣਾ ਸੀ, ਇਹ ਵੀ ਫਿੱਟ ਕਰਨਾ, ਅਤੇ ਪਾਣੀ ਕਿੰਨਾ ਐਕਸਟਰਾ ਜਾ ਰਿਹਾ ਵਾ ਉਹ ਕੈਲਕੂਲੇਟ ਕਰਕੇ ਉਸ ਹਿਸਾਬ ਨਾਲ ਉਹਨੇ ਦੂਰ ਡਿਸਟੈਂਸ 'ਤੇ ਜਾ ਕੇ ਹੋਲ ਕਰੋ। ਉਹ ਫਿਰ ਪਹਿਲਾਂ ਪਾਇਲਟ ਹੋਲ ਕੀਤਾ ਜੀ, 2 ਇੰਚ ਦਾ, ਫਿਰ 6 ਇੰਚ ਦਾ ਕੀਤਾ, ਫਿਰ 8 ਇੰਚ ਦਾ ਕਰ ਲਿਆ, ਇਹ ਤਾਂ ਹੋ ਗਿਆ। ਹੁਣ 8 ਇੰਚ ਤੋਂ ਬਾਅਦ ਉਹਨੂੰ 22 ਇੰਚ ਚਾਹੀਦਾ, ਅਤੇ ਡਰਿੱਲ ਬਿੱਟ ਜਿਹੜੀ ਆ 8 ਇੰਚ ਆ। ਅੱਛਾ, 8 ਇੰਚ ਤੋਂ ਵੱਡਾ ਆਪਾਂ ਹੋਰ ਸਾਡੇ ਕੋਲ ਡਰਿੱਲ ਬਿੱਟ ਹੈ ਹੀ ਨਹੀਂ। ਓਏ ਹੋਏ ਹੋਏ, ਅੱਛਾ ਜੀ, ਠੀਕ ਹੈ ਨਾ। ਅਤੇ ਜਦੋਂ ਇਹ ਡਰਿੱਲ ਬਿੱਟ ਨਹੀਂ ਹੈਗੀ, ਅਤੇ ਜੇ ਉਹਦੇ 4 ਬੰਨੇ 8 ਇੰਚ ਦੇ ਹੋਲ ਕਰੀਏ, ਤਾਂ ਹਰ ਇੱਕ ਕਲੈਪਸ ਕਰ ਜਾਏਗਾ। ਬਿਲਕੁਲ ਸਹੀ, ਉਹ ਕੱਟ ਨਹੀਂ ਕਰੇਗਾ, ਸ਼ੀਅਰ ਕਰੇਗਾ। ਬਿਲਕੁਲ ਸਹੀ, ਠੀਕ ਹੈ ਕਿ ਨਹੀਂ। ਫਿਰ ਇਹ ਦਿਮਾਗ 'ਚ ਆਇਆ ਕਿ ਇਹ ਜਿਹੜੀ ਡਰਿੱਲ ਬਿੱਟ ਆ ਨਾ, ਇਹਦੇ ਬਾਹਰ ਛੋਟੀਆਂ ਬਿੱਟਾਂ ਵੈਲਡਿੰਗ ਕਰੋ। ਅੱਛਾ ਜੀ, ਉਹ ਵੈਲਡਿੰਗ ਕੀਤੀਆਂ, ਵੈਲਡਿੰਗ ਕਰਕੇ ਉਹਨੂੰ ਵੱਡਾ ਕੀਤਾ, ਉਹ 16 ਇੰਚ ਆ ਗਿਆ, ਅਜੇ ਵੀ ਨਹੀਂ 22 ਇੰਚ ਹੋਇਆ। ਹੁਣ ਛੋਟੀਆਂ ਬਿੱਟਾਂ ਦੇ ਉੱਤੇ ਬਿੱਟਾਂ ਲੱਗ ਨਹੀਂ ਸਕਦੀਆਂ। ਫਿਰ ਇਹਦੇ ਉੱਤੇ ਫਿਰ ਸਟੀਲ ਪਲੇਟ ਲਗਾਈ। ਅੱਛਾ ਜੀ, ਸਟੀਲ ਪਲੇਟ ਲਗਾ ਕੇ ਉਹਦੀ ਉਹ ਸਮਝੋ ਇੱਕ ਡਰਿੱਲ ਵੱਡੀ ਬਿੱਟ ਬਣ ਗਈ ਜੀ ਜੀ, ਇਹਦੇ ਉੱਤੇ ਫਿਰ ਬਿੱਟਾਂ ਲਾਈਆਂ। ਪਰ ਇਹ ਸਾਰਾ ਕੁਛ ਕਰਦਿਆਂ ਹਾਂਜੀ, ਜਦੋਂ ਤੁਸੀਂ ਕਰ ਰਹੇ ਹੋਵੋਗੇ, ਇਹ ਤਾਂ ਹੈ ਨਹੀਂਗਾ ਵੀ ਇਹ ਚੁਟਕੀ 'ਚ ਬਣ ਗਿਆ, ਨਾ ਨਾ, ਇਹਦਾ ਮਤਲਬ ਇਹ 'ਤੇ ਟਾਈਮ ਲੱਗਿਆ, ਟਾਈਮ ਲੱਗਾ। ਅਤੇ ਇੰਨੇ ਦੌਰਾਨ ਤੁਹਾਨੂੰ ਡੀਮੋਰਲਾਈਜ਼ ਕਰਨ ਵਾਲੇ ਲੋਕ ਹੈ ਨਹੀਂ ਸੀ ਆਸ ਪਾਸ? ਬੜੇ ਜੀ, ਬੜੇ। ਸਭ ਤੋਂ ਪਹਿਲਾਂ ਤਾਂ ਜਿਹੜੇ ਮੈਂ ਸ਼ੁਰੂ ਹੀ ਕੀਤਾ ਨਾ, ਅਤੇ ਸਾਰੇ ਕਹਿੰਦੇ ਇਹ ਮਜ਼ਾਕ ਕਰ ਰਹੇ ਹੋ, ਇਹ ਕੀ ਹੋ ਸਕਦਾ, ਕਦੇ ਪੋਸੀਬਲ ਹੈ ਵਾ। ਉੱਥੇ ਜਦੋਂ ਮੈਂ ਇਹ ਬਣਾ ਵੀ ਲਿਆ, ਕੈਪਸੂਲ ਬਣਾ ਲਿਆ, ਅੱਛਾ ਜੀ, ਅਤੇ ਉੱਥੇ ਆ ਗਿਆ ਇੱਕ ਮਿਨਿਸਟਰ ਸੀਗਾ ਵੈਸਟ ਬੰਗਾਲ ਦਾ, ਅੱਛਾ ਜੀ, ਉਹ ਆ ਗਿਆ, ਅਤੇ ਬਾਕੀ ਜਗ੍ਹਾ ਤੋਂ ਉਹਨੇ ਵੇਖਿਆ ਪਾਣੀ ਨਿਕਲ ਰਿਹਾ, ਹਾਂ ਪਾਣੀ ਨਿਕਲ ਰਿਹਾ, ਬੜੀ ਵਧੀਆ ਗੱਲ ਹੈ, ਇੰਨਾ ਪਾਣੀ ਨਿਕਲਣ ਡਿਆ, ਅੱਛਾ, ਹੋਲ ਬਣ ਡਿਆ, ਮਤਲਬ ਪਿੱਟ ਬਣ ਡਿਆ, ਵੱਡੇ ਵੱਡੇ ਡੰਪਰ ਲੱਗੇ ਨੇ, ਵੱਡੀਆਂ ਮਸ਼ੀਨਾਂ ਲੱਗੀਆਂ ਨੇ, ਉਹੀ ਠੀਕ ਆ, ਮਤਲਬ ਹੁਣ ਕਰ ਰਿਹਾ ਵੱਡਾ ਕੰਮ, ਵੱਡਾ ਕੰਮ ਹੋ ਰਿਹਾ ਦਿਸ ਰਿਹਾ। ਅਤੇ ਜਿਹੜਾ ਜਿੱਥੇ ਪਾਣੀ ਜਿੱਥੇ ਗਿਆ ਉਹ 'ਚ ਜੋ ਗਿਆ, ਉੱਥੇ ਵੀ ਐਡੀ ਵੱਡੀ ਡਾਇਰੈਕਟ ਲਗਾ ਕੇ ਉਹਨਾਂ ਇੱਕ ਬੈਲਟ ਵਿੱਚ ਰੱਖੀ ਵੀ ਪਾਣੀ ਨੂੰ ਰੋਕਾਂਗੇ, ਉਹ ਵੀ ਦਿਸ ਰਿਹਾ ਸੀਗਾ। ਇੱਥੇ ਆਇਆ ਤਾਂ ਉਹਨੇ ਵੇਖਿਆ ਕਿ ਐਡਾ ਕਿ ਕੈਪਸੂਲ ਪਿਆ, ਅਤੇ ਮੈਨੂੰ ਕਹਿੰਦਾ ਆਹ ਕੀ ਆ? ਅੱਛਾ, ਮੈਂ ਕਿਹਾ ਜੀ ਇਹ 'ਚ ਇੱਕ ਬੰਦਾ ਜਾਏਗਾ। ਉਹ ਕਹਿੰਦਾ ਮਜ਼ਾਕ ਕਰਨ ਰਹੇ? ਅੱਛਾ, ਹਾਂ। ਅੱਛਾ, ਉਹਨੇ ਉੱਥੋਂ ਹੀ ਫੀਲਡ ਤੋਂ ਹੀ ਟੈਲੀਫੋਨ ਕੀਤਾ ਜੋਤੀ ਬਸੂ ਨੂੰ, ਅੱਛਾ, ਚੀਫ ਮਿਨਿਸਟਰ ਨੂੰ, ਕਿ ਇਹ ਮਜ਼ਾਕ ਕਰਨ ਡੇ ਨੇ, ਮਤਲਬ ਕਿ ਚਿੜੀਆ ਦਾ ਖਾਂਚਾ ਜਿਹਾ ਬਣਾਉਣ ਡੇ ਆ, ਅਤੇ ਇਹ ਬੰਦੇ ਨੇ ਮਾਰ ਦੇਣੇ। ਮੈਨੂੰ ਕਹਿੰਦਾ ਆਹ ਹੈਗਾ ਇਹ 'ਚ ਬੰਦਾ ਆ ਸਕਦਾ? ਮੈਂ ਕਿਹਾ ਜੀ ਮੈਂ ਬੂਟ ਪਾ ਕੇ ਤੇ ਪੱਗ ਬੰਨ ਕੇ 6'2" ਜੀ, ਤੇ ਮੈਂ 100 kg ਮੇਰਾ ਭਾਰ ਸੀ ਉਦੋਂ। ਅੱਛਾ ਜੀ, ਮੈਂ ਕਿਹਾ ਮੇਰੇ ਤੋਂ ਲੰਮਾ ਤੇ ਮੇਰੇ ਤੋਂ ਮੋਟਾ ਬੰਦਾ ਥੱਲੇ ਕੋਈ ਨਹੀਂ ਹੋ ਸਕਦਾ। ਬਿਲਕੁਲ ਸਹੀ ਗੱਲ, ਠੀਕ ਹੈ ਨਾ। ਅਤੇ ਮੈਂ ਇਹਦੇ 'ਚ ਆ ਸਕਦਾ? ਮੈਨੂੰ ਕਹਿੰਦਾ ਇਹਦੇ 'ਚ ਆ ਹੀ ਨਹੀਂ ਸਕਦਾ। ਅੱਛਾ ਜੀ, ਆਹ ਪਾਈਪ 'ਚ ਕਿੱਦਾਂ ਬੰਦਾ ਵੜ ਸਕਦਾ? ਯਕੀਨ ਨਹੀਂ ਆਇਆ, ਉਹਨੂੰ ਯਕੀਨ ਨਹੀਂ। ਮੈਂ ਫਿਰ ਆਪਣੇ ਵਰਕਰ ਨੂੰ ਕਿਹਾ, ਮੈਂ ਕਿਹਾ ਯਾਰ ਇਹਨੂੰ ਪਾਈਪ ਨੂੰ ਖੜਾ ਕਰੋ। ਉਹਨੂੰ ਪਾਈਪ ਖੜਾ ਕੀਤਾ, ਮੈਂ ਦਰਵਾਜ਼ਾ ਖੋਲ੍ਹਿਆ, ਮੈਂ ਉਹਦੇ ਵਿੱਚ ਵੜ ਕੇ ਇਹਨੂੰ ਬੰਦ ਕਰਕੇ ਦਰਵਾਜ਼ਾ ਦਿਖਾਤਾ। ਫਿਰ ਵੀ ਉਹਨੂੰ ਯਕੀਨ ਨਹੀਂ ਆਇਆ ਵੀ ਇੱਦਾਂ ਹੋਊਗਾ, ਇਹ ਬੰਦਾ ਜਾ ਸਕਦਾ। ਮੈਂ ਵੇਚਿਆ
ਤੇ ਫਿਰ ਉਹ ਸੋਚ ਰਹੇ ਵੀ ਇੰਨੀ ਜ਼ਿਆਦਾ ਉਹਦੇ ਬਾਰੇ ਨਾ। ਅੱਛਾ ਜੀ, ਮੈਂ ਸੋਚਿਆ ਮੈਂ ਗੋ ਟੂ ਹੈਲ, ਮੈਨੂੰ ਆਪਣਾ ਕੰਮ ਕਰਨ ਦੇ ਜੋ ਮੈਂ ਸੋਚਿਆ। ਜੀ ਜੀ, ਠੀਕ ਹੈ, ਤੁਹਾਡਾ ਆਪਣਾ ਕੰਮ ਆ, ਤੁਸੀਂ ਆਪਣਾ ਕੰਮ, ਤੁਸੀਂ ਰਾਜਨੀਤੀ ਕਰੋ, ਮੈਨੂੰ ਮੈਨੂੰ ਉਹਦਾ ਕੀ ਮਤਲਬ ਆ। ਬਿਲਕੁਲ ਸਹੀ ਗੱਲ। ਖੈਰ ਜੀ, ਉਹ ਹੋਲ ਕੀਤਾ। ਐਕਚੁਅਲੀ ਅਸੀਂ ਪਹਿਲਾਂ ਦੋ ਬੰਦੇ ਤਿਆਰ ਕੀਤੇ ਵੀ ਜਿਹੜੇ ਨਾਲ ਵਿੱਚ ਜਾਣਗੇ, ਜਿਹੜੇ ਵਿੱਚ ਜਾਣਗੇ। ਜਦੋਂ ਦੁਪਹਿਰ 15 ਤਰੀਕ 2 ਵੱਜ ਗਏ ਉਦੋਂ। ਅੱਛਾ, ਇਹ ਨੈਕਸਟ ਡੇ ਦੀ ਗੱਲ ਹੋ ਗਈ? ਹਾਂ, ਨੈਕਸਟ ਡੇ, ਥਰਡ ਡੇ ਹੋ ਗਿਆ, ਤੀਸਰਾ ਦਿਨ ਆ ਗਿਆ। ਉੱਥੇ ਹੀ ਬੈਠੇ ਅਸੀਂ, ਉੱਥੇ ਹੀ, ਨਾ ਰੋਟੀ ਨਾ ਪਾਣੀ ਨਾ ਕੁਛ। ਵੱਡਾ ਭੁਲਾ ਜੇ। ਅੱਛਾ ਜੀ, ਠੀਕ ਹੈ ਨਾ। ਮੈਨੂੰ ਇਹ ਸੀ ਵੀ ਸ਼ਾਇਦ ਰਾਤ ਨੂੰ ਕੰਮ ਬੰਦ ਕਰਕੇ ਬੰਦਾ ਜਾ ਕੇ ਸੌ ਜਾਂਦਾ। ਨਾ ਨਾ, ਇੱਕਦਮ ਰਾਊਂਡ ਦੀ ਕਲੋਕ, ਔਰ ਜਿਉਂ ਜਿਉਂ ਟਾਈਮ ਵੱਧ ਰਿਹਾ ਤੇ ਕੰਮ ਹੋਰ ਫਾਸਟ। ਜੋ ਬੰਦੇ ਮਰ ਜਾਣੇ, ਬੰਦੇ ਮਰ ਜਾਣੇ, ਕਿਉਂਕਿ ਦੇਖੋ ਜੀ, ਉੱਥੇ 1-1.5 ਲੱਖ ਬੰਦਾ ਉੱਤੇ ਖੜਾ ਵੇਖਣ ਵਾਲਾ, ਦੇਖਣ ਵਾਲਾ, ਪੂਰਾ ਰਾਣੀਗੰਜ ਵਾਲਾ ਖੜਾ, ਪੂਰੀ ਬੰਗਾਲ ਦੀ ਐਡਮਿਨਿਸਟ੍ਰੇਸ਼ਨ ਖੜੀ ਆ, ਮਾਈਨ ਡਿਪਾਰਟਮੈਂਟ ਦੇ ਜਿੰਨੇ ਅਫਸਰ ਨੇ ਉਹ ਖੜੇ ਆ, ਕੋਲ ਇੰਡੀਆ ਦੇ ਜਿੰਨੇ ਅਫਸਰ ਆ ਉਹ ਖੜੇ ਆ, ਔਰ ਉੱਥੇ ਰੌਲਾ ਪੈ ਰਿਹਾ ਕਿ ਨਾ ਮਾਰ ਦੇਣੇ ਬੰਦੇ। ਕੋਈ ਇਹ ਤਾਂ ਐਪਰੀਸ਼ੀਏਟ ਨਹੀਂ ਕਰਦਾ ਵੀ ਕੋਸ਼ਿਸ਼ ਕਰਨ ਰਹੇ ਆ। ਆਹੋ, ਉਹ ਜਿਹੜੇ ਬੰਦੇ ਅੰਦਰ ਸੀਗੇ ਉਹਨਾਂ ਦੇ ਫੈਮਿਲੀ ਮੈਂਬਰ ਵੀ ਆ ਗਏ ਹੋਣਗੇ, ਸਾਰੇ ਆ ਗਏ, ਬੁੜੀਆਂ ਦਾ ਰੋਣਾ ਧੋਣਾ ਬਿਲਕੁਲ ਸ਼ੁਰੂ ਹੋ ਗਿਆ। ਇੱਕੋ ਹੀ ਗੱਲ, ਵੀ ਨਾ ਮਾਰ ਦੇਣੇ, ਨਾ ਮਾਰ ਦੇਣੇ, ਜੇ ਕੋਈ ਜਿੰਦਾ ਵੀ ਤਾਂ ਨਾ ਮਾਰ ਦੇਣਾ, ਇਹ ਕੁਛ ਨਹੀਂ ਕਰ ਰਹੇ। ਕਿੰਨਾ ਪ੍ਰੈਸ਼ਰ ਹੋਊਗਾ, ਕਿੰਨਾ ਪ੍ਰੈਸ਼ਰ ਸੀਗਾ। ਅਤੇ ਦੋ ਬੰਦੇ ਤਿਆਰ ਕੀਤੇ, ਉਹ ਵੀ ਚੁੱਪ ਕਰਕੇ ਖਿਸ ਗਏ। ਅੱਛਾ, ਵੀ ਇਹ ਸਰਦਾਰ ਮਰਵਾਊ ਸਾਨੂੰ। ਅੱਛਾ ਜੀ, ਠੀਕ ਹੈ ਨਾ। ਅੱਛਾ ਜੀ, ਅਤੇ ਮੈਂ ਅਖੀਰ 'ਤੇ ਆਪਣੇ ਚੇਅਰਮੈਨ ਨਾਲ ਗੱਲ ਕੀਤੀ। ਮੈਂ ਇਹ ਨਹੀਂ ਕਿਹਾ ਵੀ ਉਹ ਖਿਸਕ ਗਏ ਆ, ਵੀ ਤੇਰੇ ਬੰਦੇ ਖਿਸਕ ਗਏ ਆ, ਕਿਉਂਕਿ ਮੇਰਾ ਤਾਂ ਕੰਸਰਨ ਨਹੀਂ ਸੀ ਕੋਈ, ਉਸ ਮਾਇੰਡ ਨਾਲ ਮੇਰਾ ਕੋਈ ਕੰਸਰਨ ਹੀ ਨਹੀਂ। ਅੱਛਾ, ਅਤੇ ਮੈਂ ਉਹਨੂੰ ਕਿਹਾ, ਮੈਂ ਕਿਹਾ ਜੀ ਉਹ ਤਾਂ ਗਏ ਭੱਜ। ਉਹਨੇ ਉਹਨੇ ਕਿਹਾ ਨਹੀਂ ਭੱਜ ਗਿਆ, ਮੈਂ ਚੁੱਪ ਹੋ ਗਿਆ। ਮੈਂ ਕਿਹਾ ਜੇ ਕਿਹਾ ਭੱਜ ਗਿਆ ਤਾਂ ਰੌਲਾ ਪੈ ਜਾਏਗਾ। ਬਿਲਕੁਲ ਸਹੀ ਗੱਲ, ਸਾਰੇ ਲੋਕਾਂ ਕੋਲ ਵੇਖਿਆ ਜਾਂਦਾ ਬੰਦਾ ਹੀ ਕੋਈ ਨਹੀਂ ਜਿਹੜਾ ਹੈਲਪ ਕਰ ਸਕਦਾ। ਮੈਂ ਚੇਅਰਮੈਨ ਨਾਲ ਗੱਲ ਕੀਤੀ, ਮੈਂ ਕਿਹਾ ਜੀ ਬੰਦਾ ਉਹ ਜਾਣਾ ਚਾਹੀਦਾ ਥੱਲੇ ਜਿਹੜਾ ਟੈਕਨੀਕਲੀ ਸਟਰੋਂਗ ਹੋਵੇ। ਕਹਿੰਦਾ ਯੈਸ। ਮੈਂ ਕਿਹਾ ਮੈਂਟਲੀ ਸਟਰੋਂਗ ਹੋਵੇ। ਕਹਿੰਦਾ ਯੈਸ। ਮੈਂ ਕਿਹਾ ਐਡਮਿਨਿਸਟ੍ਰੇਟਿਵਲੀ ਸਟਰੋਂਗ ਹੋਵੇ। ਕਹਿੰਦਾ ਯੈਸ। ਮੈਂ ਕਿਹਾ ਯੂ ਸ਼ੁੱਡ ਬੀ ਰੈਸਕਿਊ ਟ੍ਰੇਨਡ ਪਰਸਨ। ਕਹਿੰਦਾ ਯੈਸ। ਜਦੋਂ 6-7 ਯੈਸ ਹੋ ਗਈਆਂ ਨਾ, ਤੇ ਮੈਂ ਕਿਹਾ, ਮੈਂ ਕਿਹਾ ਸੋ ਆਈ ਵਿਲ ਬੀ ਗੋਇੰਗ ਡਾਊਨ। ਅੱਛਾ, ਜਦੋਂ ਮੈਂ ਕਿਹਾ ਨਾ ਆਈ ਵਿਲ ਬੀ ਗੋਇੰਗ ਡਾਊਨ, ਉਹ ਜਿੱਦਾਂ ਬੰਦਾ ਜੰਪ ਨਹੀਂ ਕਰ ਜਾਂਦਾ, ਨੋ 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 ਨੋ, ਆਈ ਕੈਨੋਟ ਸੈਕਰੀਫਾਈਸ ਸੱਚ ਏ ਸੀਨੀਅਰ ਆਫਸਰ। ਮੈਂ ਉਹਨੂੰ ਕਿਹਾ, ਮੈਂ ਕਿਹਾ ਇਟਸ ਨੋਟ ਦਾ ਕੁਐਸਚਨ ਆਫ ਸੀਨੀਅਰ ਔਰ ਜੂਨੀਅਰ ਆਫਸਰ, ਇਟਸ ਦਾ ਕੁਐਸਚਨ ਆਫ 65 ਲਾਈਵਸ, ਯੂ ਮੇ ਲਾਈਕ ਇਟ ਔਰ ਨੋਟ, ਆਈ ਐਮ ਗੋਇੰਗ ਡਾਊਨ, ਠੀਕ। ਐਂਡ ਸੈਕਿੰਡਲੀ, ਆਈ ਕੈਨ ਸੇ ਆਈ ਵਿਲ ਕਮ ਆਊਟ ਟੁਮਾਰੋ ਐਂਡ ਹੈਵ ਏ ਕੱਪ ਔਫ ਟੀ ਵਿਦ ਯੂ। ਅੱਛਾ, ਇਹ ਉਹਦੇ ਨਾਲ ਵਾਅਦਾ ਕਰਤਾ, ਮੈਂ ਕੱਲ੍ਹ ਚਾਹ ਪੀਊ ਤੂੰ ਫਿਰ। ਕਿਆ ਬਾਤ, ਇਹ ਮੈਨੂੰ ਕਈਆਂ ਨੇ ਪੁੱਛਿਆ ਕਿ ਆਹ ਤੂੰ ਕਿੱਦਾਂ ਕਹਿ ਦਿੱਤਾ। ਮੈਂ ਗੱਲ ਸੁਣੀ ਯਾਰ, ਜੇ ਤਾਂ ਮੈਂ ਉਠਾਊਂਗਾ ਤੇ ਚਾਹ ਪੀ ਲਾਂਗਾ, ਜੇ ਮੈਂ ਥੱਲੇ ਰਹਿ ਗਿਆ ਮੈਨੂੰ ਪੁੱਛਣਾ ਹੋਊਗਾ। ਕਿਆ ਬਾਤ, ਠੀਕ ਹੈ ਨਾ ਜੀ। ਖੈਰ ਜੀ, ਇਹ ਗੱਲਾਂ ਤਾਂ ਉੱਤੋਂ ਉੱਤੇ ਹੀ, ਅੰਦਰੋਂ ਤਾਂ ਹਾਲਤ ਖਰਾਬ ਸੀ। ਮੈਂ ਸਮਝ ਪਾ ਰਿਹਾ ਕਿ ਤੁਸੀਂ ਦੇਖੋ ਵੀ ਤੁਸੀਂ ਕਿਤੇ ਜਾ ਰਹੇ ਹੋ, ਅਚਾਨਕ ਤੁਸੀਂ ਕਿਸੇ ਇੰਸੀਡੈਂਟ 'ਤੇ ਪਹੁੰਚਦੇ ਹੋ ਅਤੇ ਉੱਥੇ ਜਾ ਕੇ ਐਸਾ ਪੇਚਾ ਪੈ ਜਾਂਦਾ ਵੀ 3 ਦਿਨ ਉੱਥੇ ਹੀ ਬੈਠੇ, ਠੀਕ ਹੈ ਨਾ ਜੀ। ਅਤੇ ਮੇਰੇ ਕੋਲ ਬੜੇ ਕੋਰਸਪੋਂਡੈਂਟ ਉੱਥੇ, ਦੁਨੀਆ ਭਰ ਦੇ ਕੋਰਸਪੋਂਡੈਂਟ, ਜੀ ਜੀ, ਕਦੋਂ ਜੰਮੇ ਸੀਗੇ, ਕਿੱਥੇ ਜੰਮੇ ਸੀਗੇ, ਕਿੱਥੇ ਪੜ੍ਹੇ ਸੀਗੇ, ਠੀਕ ਆ ਨਹੀਂ, ਸ਼ਾਦੀ ਹੋਈ ਕਿ ਨਹੀਂ ਹੋਈ, ਜੀ, ਬੱਚੇ ਹੈਗੇ ਕਿ ਨਹੀਂ ਹੈਗੇ, ਫਿਰ ਆਪਣੀ ਵਾਈਫ ਨੂੰ ਪੁੱਛਿਆ ਕਿ ਨਹੀਂ ਪੁੱਛਿਆ, ਆਪਣੀ ਮਾਂ ਨੂੰ ਪੁੱਛਿਆ ਕਿ ਨਹੀਂ ਪੁੱਛਿਆ। ਉਹ ਮੈਂ ਕਿਹਾ ਯਾਰ, ਜੇ ਬੰਦਾ ਬਾਰਡਰ 'ਤੇ ਜਾਏ ਅਤੇ ਮਾਂ ਨੂੰ ਪੁੱਛੇ ਵੀ ਗੋਲੀ ਚਲਾਵਾਂ ਕਿ ਨਾ ਚਲਾਵਾਂ, ਫਿਰ ਜਿੱਤ ਕੇ ਹਾਰ ਗਏ, ਇਹ ਥੋੜ੍ਹੇ ਪੁੱਛੀ ਦਿੰਦਾ। ਅੱਛਾ ਜੀ, ਕਹਿੰਦਾ ਵਾਈਫ ਨੂੰ ਪੁੱਛਿਆ। ਮੈਂ ਕਿਹਾ ਦੇਖ ਵੀ ਮੇਰੀ ਵਾਈਫ ਨਾਲ ਇੱਕ ਅੰਡਰਸਟੈਂਡਿੰਗ ਹੈ। ਮੈਂ ਉਹਨੂੰ ਕਿਹਾ ਕਿ ਮੈਂ ਤੇਰੇ ਕਿਚਨ ਦੇ ਵਿੱਚ ਬਿਲਕੁਲ ਇੰਟਰਫੇਅਰ ਨਹੀਂ ਕਰਾਂਗਾ ਜੀ, ਔਰ ਤੂੰ ਮੇਰੀ ਜੋਬ ਵਾਸਤੇ ਬਿਲਕੁਲ ਇੰਟਰਫੇਅਰ ਨਹੀਂ ਕਰੇਗੀ, ਇਹ ਸਾਡੀ ਅੰਡਰਸਟੈਂਡਿੰਗ ਹੈ। ਅਤੇ ਮੇਰੀ ਵਾਈਫ ਤਾਂ ਉੱਥੇ ਬਾਈ ਚਾਂਸ ਬੱਚੇ ਹੈ ਨਹੀਂ ਸੀ, ਛੁੱਟੀਆਂ ਸੀਗੇ, ਘਰ ਗਏ ਸੀਗੇ। ਅੱਛਾ, ਵਾਪਸ ਅੰਮ੍ਰਿਤਸਰ ਆਏ? ਅੰਮ੍ਰਿਤਸਰ ਆਏ ਸੀ। ਅੱਛਾ ਜੀ, ਅਤੇ ਮੈਂ ਕਿਸੇ ਨਾਲ ਗੱਲ ਨਹੀਂ ਕੀਤੀ ਕਿ ਮੈਂ ਥੱਲੇ ਜਾ ਰਿਹਾ ਕਿ ਨਹੀਂ ਜਾ ਰਿਹਾ। ਐਨੀਵੇ, ਇਹ ਜਦੋਂ ਹੋ ਗਿਆ ਸਾਰਾ, ਇੱਕ ਮੇਰੇ ਕੋਲ ਆ ਗਿਆ BBC ਦਾ ਕੋਰਸਪੋਂਡੈਂਟ, ਅਜੇ ਮੈਂ ਉੱਥੇ ਹੀ ਬੈਠਾ ਸੀ। ਅੱਛਾ, ਤਿਆਰੀ 'ਚ, ਅਤੇ ਉਹਨੇ ਬਾਕੀ ਦੀ ਜੋ ਜਿੰਨਾ ਗੱਲਾਂ ਸੀ ਪੁੱਛੀਆਂ, ਅਤੇ ਇੱਕ ਹੋਰ ਪਹਿਲਾਂ ਆਇਆ, ਉਹ ਜੋ ਲੱਗਾ ਪੁੱਛਣ, ਮੈਂ ਉਹਨੂੰ ਕਿਹਾ, ਮੈਂ ਕਿਹਾ ਯੂ ਵਾਂਟ ਟੂ ਰਾਈਟ ਮਾਈ ਓਪਰਚੁਨਿਟੀ ਟੁਮਾਰੋਜ਼ ਪੇਪਰ। ਕਹਿੰਦਾ ਨੋ ਨੋ, ਮੈਂ ਕਿਹਾ ਯਾਰ ਸਾਰਾ ਕੁਝ ਤਾਂ ਪੁੱਛ ਲਿਆ ਤੂੰ ਜੀ, ਸਵਾਏ ਇਸ ਤੋਂ ਵੀ ਕਿਉਂ ਜੰਮਿਆ ਸੀ, ਬਾਕੀ ਸਭ ਕੁਝ ਪੁੱਛ ਲਿਆ। ਮਤਲਬ ਜਦੋਂ ਕੱਲ੍ਹ ਨੂੰ ਇਹ ਸਰਦਾਰ ਆ ਕੇ ਵੀ ਇਹ ਵੀ ਨਹੀਂ ਆਇਆ, ਅਸੀਂ ਅਖਬਾਰ 'ਚ ਖਬਰ ਛਾਪ ਸਕੀ। ਅੱਛਾ, ਠੀਕ ਹੈ ਨਾ। ਖੈਰ ਨਹੀਂ, ਉਹ ਵੀ ਹੱਸ ਪਿਆ, ਮੈਂ ਵੀ ਹੱਸ ਪਿਆ। ਅਤੇ BBC ਵਾਲਾ ਆ ਗਿਆ, ਬਾਕੀ ਕੁਐਸਚਨ ਤਾਂ ਪੁੱਛੇ, ਮੈਨੂੰ ਕਹਿੰਦਾ ਵਟ ਦਾ ਰਿਸਕ ਰੇਟ। ਮੈਂ ਉਹਨਾਂ 'ਚ ਤੁਹਾਨੂੰ ਪਤਾ ਲੱਗੇ 65 ਬੰਦੇ ਥੱਲੇ ਹੈਗੇ ਆ। ਅੱਛਾ, ਉਹ ਹੋਲ ਤੋਂ ਤੁਹਾਨੂੰ ਪਤਾ ਲੱਗਿਆ ਹੋ ਗਿਆ? ਅੱਛਾ ਜੀ, ਮੈਂ ਕਿਹਾ ਇਫ ਆਮ ਸਕਸੈਸਫੁਲ ਆਈ ਗੇਨ 100% ਜੀ, ਐਂਡ ਇਫ ਆਈ ਫੇਲ ਆਈ ਲੂਜ਼ 1.5%। ਅੱਛਾ ਜੀ, ਮੈਨੂੰ ਕਹਿੰਦਾ
ਆਈ ਕੁਡਨਟ ਫੋਲੋ ਮੈਂ ਕਿਹਾ ਦੇਰ ਆਰ 65% ਡਾਊਨ ਦਾ ਪਿੱਟ ਆਈ ਗੋ ਦੇ ਵਿਲ ਬੀ 66 ਇਫ ਯੂ ਆਲ ਕਮ ਆਊਟ ਸੇਫਲੀ ਦਾ ਗੇਨ ਇਜ਼ 100% ਜੀ ਐਂਡ ਇਫ ਆਈ ਆਲਸੋ ਡਾਈ ਵਿਦ ਦੋ 65% ਇਟ ਇਜ਼ 1 out of 66 ਇਟ ਇਜ਼ 1.5% ਯੂ ਆਰ ਟੈਲਿੰਗ ਦਿਸ ਥਿੰਗ ਐਟ ਦਿਸ ਆਵਰ ਆਫ ਦਾ ਡੇ ਮੈਂ ਕਿਹਾ ਇਟ ਸਿੰਪਲ ਅਰਥਮੈਟਿਕ ਕੈਲਕੂਲੇਸ਼ਨ ਨਥਿੰਗ ਮੋਰ ਦੈਨ ਦੈਟ ਹਾਂਜੀ ਨਾ ਬਿਲਕੁਲ ਸਹੀ ਗੱਲ ਖੈਰ ਇਹ ਸਾਰਾ ਕੁਛ ਹੋ ਗਿਆ ਹੋ ਗਿਆ ਅਤੇ ਜੀ ਮਤਲਬ ਕਿ ਰਾਤ ਦੇ 15-16 ਤਰੀਕ ਦੀ ਰਾਤ 2:30 ਅੱਛਾ ਰਾਤ ਨੂੰ ਅੱਛਾ ਉੱਥੇ ਤਾਂ ਕੰਮ ਤਾਂ ਚੱਲ ਹੀ ਰਿਹਾ ਸੀ ਬਿਲਕੁਲ ਸਹੀ ਗੱਲ ਅਤੇ ਮੈਨੂੰ ਉਹਨਾਂ ਕਿਹਾ ਜੀ ਵੀ ਆ ਜਾਓ ਅੱਛਾ ਵੜੋ ਵਿੱਚ ਵੜੋ ਨਹੀਂ ਪਰ ਉਦੋਂ ਤਾਂ ਬੰਦਾ ਇਹ ਵੀ ਨਹੀਂ ਸੋਚਦਾ ਵੀ ਚੱਲ ਕੋਈ ਨਹੀਂ ਯਾਰ ਹੁਣ 2-3 ਘੰਟੇ ਰਹਿ ਗਏ ਚਾਹ ਚੂ ਪੀਂਦੇ ਹਾਂ ਸਵੇਰੇ ਤੜਕੇ 'ਚ ਵੜਾਂਗੇ ਇਹੋ ਜਿਹੀ ਸਲਾਹ ਦੇਣਾ ਨਾ ਨਾ ਐਵਰੀ ਸੈਕਿੰਡ ਕਾਊਂਟਡ ਅੱਛਾ ਜੀ ਕਿਉਂਕਿ ਜਿਹੜਾ ਤੁਸੀਂ ਹੋਲ ਕੀਤਾ ਵਾ ਉਹ 'ਚ ਪਾਣੀ ਜਾ ਰਿਹਾ ਵਾ ਬਿਲਕੁਲ ਸਹੀ ਆ ਜਦੋਂ ਪਾਣੀ ਜਾਏਗਾ ਇਹ ਬਲਜ ਕਰੇਗਾ ਜਦੋਂ ਬਲਜ ਕਰੇਗਾ ਇਹ ਕਲੈਪਸ ਕਰੇਗਾ ਔਰ ਸਾਨੂੰ ਇਹ ਪਤਾ ਹੈ ਕਿ ਇਹ ਹੋਲ 30 ਘੰਟੇ ਸਟੈਂਡ ਕਰ ਸਕਦਾ ਉਸ ਤੋਂ ਬਾਅਦ ਇਹ ਕਲੈਪਸ ਕਰ ਜਾਏਗਾ ਕਿਉਂਕਿ ਲਾਈਨ 'ਤੇ ਕੀਤਾ ਨਹੀਂ ਕੱਚਾ ਹੋ ਲਿਆ ਥੱਲੇ ਜਿਹੜਾ ਪਾਣੀ ਆ ਉਹ ਵਧਣ ਰਿਹਾ ਵਾ ਜੇ ਇੰਨੇ ਦੇਰ ਨਾ ਕੱਢਿਆ ਤਾਂ ਜਿੰਨੇ ਹੈਗੇ ਉਹ ਡੁੱਬ ਜਾਣਗੇ ਜਿਹੜਾ ਜਾਏਗਾ ਉਹ ਡੁੱਬੇਗਾ ਅੱਛਾ ਤਿੰਨ ਦਿਨਾਂ ਦੇ ਲਈ ਉਹ ਥੱਲੇ ਵਾਲੇ ਬੰਦਿਆਂ ਲਈ ਕੋਈ ਰਾਸ਼ਨ ਪਾਣੀ ਕੋਈ ਥੱਲੇ ਰੋਟੀ ਮਤਲਬ ਰੋਟੀ ਪਾਣੀ ਭੇਜਿਆ ਅੱਛਾ ਉਹਨਾਂ ਨੂੰ ਭੇਜਿਆ ਉਹਨਾਂ ਨੂੰ ਥੋੜ੍ਹੀ ਜਿਹੀ ਆਸ ਹੋ ਗਈ ਹੌਸਲਾ ਹੋ ਗਿਆ ਵੀ ਕੁਛ ਪਹਿਲਾਂ ਤਾਂ ਉਹਨਾਂ ਨੂੰ ਆਸ ਹੋ ਗਈ ਫਿਰ ਜਦੋਂ ਮਤਲਬ ਕਿ ਹੁਣ 8 ਇੰਚ ਤੋਂ ਵੱਡਾ ਹੋਲ ਨਹੀਂ ਹੋ ਰਿਹਾ ਜੀ ਜੀ ਥੋੜ੍ਹੀ ਦੇਰ 'ਤੇ ਇੱਕ ਹੁੰਦਾ ਨਾ ਟਾਈਮ ਦਾ ਵੈਕਿਊਮ ਹੋ ਜਾਂਦਾ ਬਿਲਕੁਲ ਸਹੀ ਗੱਲ ਹੁਣ ਕੀ ਕਰਨਾ ਸਾਡੇ ਕੋਲ ਬੇਟੀ ਨਹੀਂ ਹੈਗੀ ਫਿਰ ਉਹਨਾਂ ਨੂੰ ਬੇ ਆਸ ਹੋ ਗਏ ਉਹ ਹਾਂ ਵੀ ਯਾਰ ਇਹ ਤੋਂ ਚੌੜਾ ਹੋਲ ਇਹ ਹੁਣ ਇਹ ਐਵੇਂ ਡਰਾਮਾ ਇਹਦਾ ਮਾਰ ਦੇਣਾ ਸਾਨੂੰ ਫਿਰ ਉਹਨਾਂ ਨੇ ਕਿਹਾ ਅਸੀਂ ਰੋਟੀ ਨਹੀਂ ਖਾਣੀ ਅੱਛਾ ਜੀ ਅਸੀਂ ਭੁੱਖ ਹੜਤਾਲ ਕਰਨ ਰਹੇ ਹਾਂ ਅੱਛਾ ਜੀ ਵੈਸੇ ਵੀ ਤਾਂ ਮਰਨਾ ਹੀ ਆ ਅਸੀਂ ਇੰਨਾ ਮਰ ਜਾਂਗੇ ਠੀਕ ਹੈ ਕਿ ਨਹੀਂ ਉਹਨਾਂ ਨੂੰ ਵੀ ਮਤਲਬ ਕਿ ਦੱਸਣਾ ਕਿ ਫਿਕਰ ਨਾ ਕਰੋ ਅਤੇ ਇਹ ਇੱਧਰੋਂ ਹੀ ਨਾਲੇ ਵੀ ਹੁਣ ਕਰਨਾ ਕੀ ਕਿਉਂਕਿ ਯਾਦ ਆ ਨਾ ਕਿ ਪਹਿਲਾਂ ਕਦੇ ਟੈਕਨੀਕ ਲਾਈ ਹੋਵੇ ਫਿਰ ਤਾਂ ਪਤਾ ਨਾ ਵੀ ਆਹ ਕਰਕੇ ਇਹਦਾ ਕਰ ਲੈਣਾ ਉਹ ਜਿਉਂ ਜਿਉਂ ਅਗਲੀ ਪ੍ਰੋਬਲਮ ਆਏ ਫਿਰ ਉਹ ਪ੍ਰੋਬਲਮ ਨੂੰ ਸੋਚੋ ਫਿਰ ਉਹਦਾ ਸਲਿਊਸ਼ਨ ਸੋਚੋ ਫਿਰ ਉਹਦੇ ਵਾਸਤੇ ਜਿਹੜਾ ਜੋ ਬਣਾਉਣਾ ਉਹ ਬਣਾਓ ਫਿਰ ਜਾ ਕੇ ਕੰਮ ਕਰੋ ਇਹ ਵਰਕਸ਼ਾਪਸ ਤਾਂ ਮੇਰਾ ਖਿਆਲ ਵਰਕਸ਼ਾਪ ਸਾਡੀਆਂ ਬੜੀਆਂ ਆਲ ਇੰਡੀਆ ਦੀਆਂ ਹੈਗੀਆਂ ਬੜੀਆਂ ਤਰ੍ਹਾਂ ਦੀਆਂ ਮਤਲਬ ਇਹ ਆ ਤੁਹਾਨੂੰ ਆਈਡੀਆ ਦੇਣਾ ਵਾ ਵੀ ਆਹ ਕਰ ਦਿਓ ਜੀ ਠੀਕ ਹੈ ਕਿ ਨਹੀਂ ਹੁਣ ਜਿੱਦਾਂ ਪਹਿਲਾਂ ਅਸੀਂ ਬਣਾਇਆ ਉਹ ਕੈਪਸੂਲ ਜੀ ਉਹ ਰੋਡ ਦਾ ਬਣਾ ਲਿਆ ਅੱਛਾ ਜੀ ਰੋਡ ਦਾ ਬਣਾਇਆ ਫਿਰ ਵੇਖਿਆ ਇਹ ਨਹੀਂ ਚੱਲਣਾ ਫਿਰ ਇੱਕ ਹੋਰ ਬਣਾਇਆ ਉਹ ਟਾਰਪੀਡੋ ਟਾਈਪ ਬਣਿਆ ਅੱਛਾ ਜੀ ਫਿਰ ਹੁਣ ਇਹ ਵੀ ਜਾ ਕੇ ਫਸ ਗਿਆ ਫਿਰ ਮੌਕਾ ਫਿਰ ਤੀਜਾ ਬਣਾਇਆ ਮਤਲਬ ਇਹ ਇੱਕ ਗੱਲ ਦੱਸੋ ਫਟਾਫਟ ਬਣਦਾ ਸੀ ਅੱਛਾ ਜੀ ਹਾਂ ਮਤਲਬ ਇੰਨਾ ਕੁ ਆਪਣੇ ਕੋਲ ਉੱਥੇ ਮੈਨ ਪਾਵਰ ਹੈਗੀ ਸੀ ਸਾਰਾ ਕੁ ਮਟੀਰੀਅਲ ਹੈਗਾ ਵੇਖੋ ਜੀ ਸਾਡਾ ਉਸ ਵੇਲੇ ਮਤਲਬ ਕਿ ਇਹਦੇ 'ਚ 1,40,000 ਬੰਦਾ ਕੰਮ ਕਰਦਾ ਸੀਗਾ ਈਸਟਰਨ ਕੋਲ ਫੀਲਡ 'ਚ ਅੱਛਾ ਜੀ ਠੀਕ ਹੈ ਕਿ ਨਹੀਂ ਔਰ ਏਰੀਆ ਵੱਡੀ ਵੱਡੀ ਉਹ ਤੁਹਾਡੀ ਡਿਸਪੋਜ਼ਲ 'ਤੇ ਨੇ ਮਤਲਬ ਕਿ ਜੋ ਮਰਜ਼ੀ ਉਹਨਾਂ ਨੂੰ ਕਹੋ ਵੀ ਆਹ ਕਰਨਾ ਉਸੇ ਵੇਲੇ ਤਿਆਰ ਸਭ ਤੋਂ ਇੰਪੋਰਟੈਂਟ ਸੀ ਸਾਡੇ ਕੋਲ ਡਰਿੱਲ ਬਿੱਟ ਹੀ ਨਹੀਂ ਹੈਗੀ ਬਾਕੀ ਸਭ ਕੁਛ ਹੈ ਉਹ ਬਣਾਉਣੀ ਪਈ ਖੈਰ ਰਾਤ ਦੇ ਜਦੋਂ 2:30 ਉਹ ਕਹਿੰਦੇ ਜੀ ਆ ਜਾਓ ਜੀ ਮੈਂ ਗਿਆ ਅਤੇ ਉਹਦੇ ਜਿਹੜੇ ਬਣਾਇਆ ਸੀ ਕੈਪਸੂਲ ਜੀ ਉਹਦੇ 'ਚ ਐਂਟਰ ਕਰਨਾ ਵੀ ਇੱਕ ਜੋਬ ਆ ਅੱਛਾ ਜੀ ਕਿਉਂਕਿ ਜੇ ਤੁਸੀਂ ਪਹਿਲਾਂ ਪੈਰ ਅੰਦਰ ਕਰ ਲਓ ਤਾਂ ਸਿਰ ਜਾਏਗਾ ਹੀ ਨਹੀਂ ਠੀਕ ਹੈ ਕਿ ਨਹੀਂ ਜੀ ਉਹਦੇ 'ਚ ਇਹ ਸੀਗਾ ਪਹਿਲਾਂ ਅੰਦਰ ਸਿਰ ਕਰੋ ਅੱਛਾ ਫਿਰ ਆਪਣੇ ਨੂੰ ਉੱਤੇ ਚੁੱਕੋ ਫਿਰ ਉਹਦੇ ਅੰਦਰ ਪੈਰ ਪਾਓ ਅੱਛਾ ਜਦੋਂ ਕੈਪਸੂਲ 'ਚ ਬੰਦਾ ਵੜ ਗਿਆ ਤਾਂ ਬੰਦਾ ਇਹ ਐਂ ਹੋ ਜਾਂਦਾ ਇੱਥੋਂ ਮੂਵ ਹੀ ਨਹੀਂ ਕਰ ਸਕਦਾ ਅੱਛਾ ਕੋਈ ਲੱਤ ਬਾਂਹ ਕੁਛ ਨਹੀਂ ਹਿੱਲ ਸਕਦੀ ਕੁਛ ਨਹੀਂ ਹਿੱਲ ਸਕਦੀ ਅੱਛਾ ਅਸੀਂ ਕੈਪ ਲੈਂਪ ਬੰਨ੍ਹ ਕੇ ਜਾਂਦੇ ਹਾਂ ਜੀ ਜੀ ਉਹ ਕੈਪ ਲੈਂਪ ਬੰਨ੍ਹਣ ਨੂੰ ਜਗ੍ਹਾ ਹੀ ਕੋਈ ਨਹੀਂ ਕਿਉਂਕਿ ਜਦ ਚੌੜੀ ਹੋਵੇ ਨਾ ਤੁਸੀਂ ਕੈਪ ਲੈਂਪ ਬੰਨ੍ਹ ਲਓ ਬਿਲਕੁਲ ਸਹੀ ਜਾਂ ਇੱਧਰ ਬੰਨੋ ਜਾਂ ਇੱਧਰ ਬੰਨੋ ਜਾਂ ਕਿਸੇ 'ਤੇ ਬੰਨੋਗੇ ਅਤੇ ਕੋਈ ਜਗ੍ਹਾ ਨਹੀਂ ਉਹ ਫਿਰ ਕੈਪ ਲੈਂਪ ਦੀ ਜਿਹੜੀ ਬੈਟਰੀ ਸੀਗੀ ਉਹਨੂੰ ਬੱਟਾਂ 'ਚ ਰੱਖਿਆ ਅੱਛਾ ਜੀ ਅਤੇ ਜਿਹੜੇ ਉਹਦਾ ਹੈੱਡਲਾਈਟ ਸੀਗੀ ਉਹਨੂੰ ਇਸ ਹੱਥ 'ਚ ਫੜਿਆ ਇੰਨਾ ਕੁ ਮੂਵ ਕਰਦਾ ਸੀ ਅੱਛਾ ਜੀ ਅਤੇ ਇੱਕ ਐਡਾ ਕੁ ਹੈਮਰ ਲਿਆ ਜਿਹਨਾਂ ਸਿਗਨਲ ਦੇਣਾ ਅੱਛਾ ਜੀ 1 ਮੀਨਸ ਸਟੋਪ ਰੋਕ ਦਿਓ 2 ਮੀਨਸ ਲੋਰ ਕਰੋ 3 ਮੀਨਸ ਉਹਨੂੰ ਉੱਤੇ ਚੁੱਕੋ ਅੱਛਾ ਜੀ ਕਿਉਂਕਿ ਜੰਗਲ ਦੇ ਵਿੱਚ ਹੋਲ ਕੀਤਾ ਸੀ ਕੋਈ ਹੈ ਤਾਂ ਚੀਜ਼ ਤਾਂ ਕੋਈ ਨਹੀਂ ਸੀ ਬਿਲਕੁਲ ਇਹ ਕਰ ਵੀ ਨਹੀਂ ਸਕਦੇ ਵੀ ਆਹ ਕਰ ਲਓ ਅਤੇ ਆਹ ਕਰ ਲਓ ਕਿਉਂਕਿ ਟਾਈਮ ਸ਼ੋਰਟ ਆ ਠੀਕ ਹੈ ਨਾ ਇਹ ਸਾਰਾ ਇੰਪਰੋਵਾਈਜ਼ ਕਰਕੇ ਉਹ ਤਾਂ ਜਦੋਂ ਮੈਂ ਵੜਿਆ ਉਹਦੇ ਬਾਅਦ ਸ਼ੁਰੂ ਹੋ ਗਿਆ ਕਾਲੀ ਮਾਤਾ ਕੀ ਜੈ ਅੱਛਾ ਭਾਰਤ ਮਾਤਾ ਕੀ ਜੈ ਅਤੇ ਬੰਦੇ ਨੂੰ ਲੱਗਦਾ ਨਾ ਯਾਰ ਇਹ ਬਲੀ ਦਾ ਬੱਕਰਾ ਜਾ ਰਿਹਾ ਅੱਛਾ ਉਦੋਂ ਕੀ ਚੱਲ ਰਿਹਾ ਸੀ ਦਿਮਾਗ 'ਚ ਜਦੋਂ ਉਹਨਾਂ ਨੇ ਉਹਦੇ ਵਿੱਚ ਤੁਹਾਨੂੰ ਵਾੜ ਕੇ ਕੈਪਸੂਲ 'ਚ ਅਤੇ ਤੁਹਾਡੇ ਆਪਣੇ ਬਣਾਏ ਕੈਪਸੂਲ 'ਚ ਤੁਸੀਂ ਵੜੇ ਦਰਵਾਜ਼ਾ ਬੰਦ ਹੋ ਗਿਆ ਘੁੱਪ ਹਨੇਰਾ ਹੋਊਗਾ ਰਾਤ ਦੇ 2:30 ਵਜੇ ਆ ਕੀ ਚੱਲ ਰਿਹਾ ਸੀ ਦਿਮਾਗ 'ਚ ਉਹ ਬੰਦੇ ਸੋਚਣ ਦੇ
ਉਹ 65 ਬੰਦੇ ਹੋਰ ਕੁਝ ਨਹੀਂ ਵੀ ਥੱਲੇ ਹੈਗੇ ਮੈਂ ਬਚਾਉਣੇ ਮੈਂ ਕੱਢਣੇ ਅੱਛਾ ਉਹ ਜਦੋਂ ਕੈਪਸੂਲ 10 ਫੁੱਟ ਥੱਲੇ ਗਿਆ ਨਾ ਜੀ ਤੇ ਉਹਨੂੰ ਬੱਧਾ ਸੀ ਸਟੀਲ ਰੋਪ ਨਾਲ ਅੱਛਾ ਨਵੀਂ ਸਟੀਲ ਰੋਪ ਲਈ ਸੀ ਵੀ ਕਦੇ ਮਿਸਐਪ ਨਾ ਹੋ ਜਾਏ ਜੀ ਔਰ ਜਿਹੜੀ ਨਵੀਂ ਸਟੀਲ ਰੋਪ ਹੁੰਦੀ ਨਾ ਜੀ ਜੀ ਇਹਦੀ ਟੋਰਕ ਬਹੁਤ ਹੁੰਦੀ ਆ ਅੱਛਾ ਉਹ ਜਦੋਂ 10 ਫੁੱਟ ਥੱਲੇ ਗਿਆ ਥੋੜ੍ਹੀ ਜਿਹੀ ਲੂਜ਼ ਹੋਈ ਰੋਪ ਕਿਉਂਕਿ ਜਗ੍ਹਾ ਮਿਲ ਗਈ ਬਿਲਕੁਲ ਉਹ ਲੱਗਾ ਘੁੰਮਣ ਕੋਈ ਟੋਰਕ ਆ ਬਿਲਕੁਲ ਸਹੀ ਉਹ ਘੁੰਮੇ ਜਦੋਂ ਜਾ ਕੇ ਜਿੱਥੇ ਉਹਨੇ ਉਹ ਟੋਰਕ ਜਾ ਕੇ ਪੂਰੀ ਬੋਲੇ ਟਾਈਟ ਹੋ ਜਾਏ ਜੀ ਉਹ ਉਲਟਾ ਘੁੰਮਣਾ ਸ਼ੁਰੂ ਕਰ ਦੇ ਯਾਨੀ ਕਿ ਤੁਸੀਂ ਉਹਦੇ ਵਿੱਚ ਹੋ ਅਤੇ ਉਹ ਮਧਾਣੀਆਂ ਨੂੰ ਘੁੰਮ ਰਿਹਾ ਹਾਂ ਤੁਸੀਂ ਇਮੈਜਿਨ ਕਰੋ ਕਿ ਰਾਤ ਦੇ 2:30 ਹੁਣ ਔਰ ਤੁਸੀਂ ਇੱਕ ਪਾਈਪ 'ਚ ਹੋ ਜੀ ਅਤੇ ਪਾਈਪ ਕਿਸੇ ਹੋਲ 'ਚ ਆ ਜੀ ਅਤੇ ਉਹ ਕਦੇ ਰਾਈਟ ਮਤਲਬ ਕਿ ਐਂਟੀ ਕਲੋਕ ਵਾਈਜ਼ ਘੁੰਮਦਾ ਕਦੇ ਕਲੋਕ ਵਾਈਜ਼ ਘੁੰਮਦਾ ਹੋਏ ਹੋਏ ਹੁਣ ਐਸਟ੍ਰੋਨੋਟ ਦੀ ਤਾਂ ਆਪਾਂ ਲਈ ਨਹੀਂ ਕਦੇ ਟ੍ਰੇਨਿੰਗ ਬਿਲਕੁਲ ਸਹੀ ਠੀਕ ਹੈ ਕਿ ਨਹੀਂ ਇੱਕ ਵਾਰ ਤਾਂ ਤੁਹਾਡੀ ਰੀੜ੍ਹ ਦੀ ਹੱਡੀ ਠੰਡੀ ਹੋ ਗਈ ਦਿਮਾਗ 'ਚ ਆਇਆ ਕਿ ਇਹ ਜ਼ਿਆਦਾ ਹੀ ਕੰਮ ਸੋਚ ਲਿਆ ਇਹ ਪੋਸੀਬਲ ਨਹੀਂ ਅੱਛਾ ਤੁਹਾਨੂੰ ਮਹਿਸੂਸ ਹੋਇਆ ਸੀ ਵੀ ਯਾਰ ਇਹ ਔਖਾ ਵਾਪਸ ਚੱਲਿਆ ਜੀ ਅੱਛਾ ਜੀ ਨਾ ਮੈਂ ਨਹੀਂ ਜਾਣਾ ਤੁਹਾਡੇ ਜਦੋਂ ਇਹ ਸੋਚਿਆ ਫਿਰ ਉਹ ਹੈਮਰ ਤੁਸੀਂ ਮਾਰਤਾ ਸੀ ਕਿ ਨਹੀਂ ਨਾ ਕੁਛ ਨਹੀਂ ਕੀਤਾ ਕੁਛ ਨਹੀਂ ਕੀਤਾ ਅੱਛਾ ਜੀ ਨਾ ਮੈਂ ਉਹਨੂੰ ਸਟੋਪ ਕੀਤਾ ਨਾ ਕੁਛ ਨਹੀਂ ਮੈਂ ਸੋਚਣ ਡਿਆ ਸੋਚਣ ਦਾ ਮਤਲਬ ਬੋਲਣ ਨੂੰ ਤਾਂ ਟਾਈਮ ਲੱਗਦਾ ਨਾ ਜੀ 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 ਸੋਚਣ 'ਤੇ ਮਤਲਬ ਕਿ ਫਰੈਸ਼ ਨਾ ਫਿਰ ਟੈਕਣ ਜੇ ਕਹਿੰਦੇ ਤੁਹਾਡੇ ਦਿਮਾਗ 'ਚ ਆਈਡੀਆ ਨਿਕਲ ਜਾਂਦੇ ਫਿਰ ਦਿਮਾਗ 'ਚ ਆਇਆ ਕਿ ਯਾਰ ਜੇ ਮੈਂ ਨਾ ਗਿਆ ਤਾਂ 65 ਬੰਦੇ ਮਰ ਜਾਣਗੇ ਅੱਛਾ ਜੀ ਠੀਕ ਹੈ ਨਾ ਅਤੇ ਜਿੱਦਾਂ ਬੰਦਾ ਆਪਣੇ ਆਪ ਨੂੰ ਆਰਡਰ ਕਰਦਾ ਨਾ ਕੰਸਨਟ੍ਰੇਟ ਮਤਲਬ ਮੈਂ ਹੁਣ ਮੈਂ ਸੋਚਦਾ ਕਿ ਮੈਂ ਆਪਣੀ ਜਿੰਨੀ ਤਾਕਤ ਸੀ ਬ੍ਰੇਨ ਦੀ ਉਹ ਸਾਰੀ ਲਾਤੀ ਵੀ ਕੰਸਨਟ੍ਰੇਟ ਕਰ ਡਰਨਾ ਅੱਛਾ ਫਿਰ ਮੇਰੇ ਦਿਮਾਗ 'ਚ ਆਇਆ ਮੈਂ ਕਿਹਾ ਜਾਂ ਅਰਜਨ ਜਿਹੜਾ ਸੀ ਨਾ ਉਹਨੇ ਅੱਖ 'ਤੇ ਕੰਸਨਟ੍ਰੇਟ ਕੀਤਾ ਸੀ ਜੀ ਉਹਨੂੰ ਬਾਕੀ ਕੁਛ ਨਹੀਂ ਦੇਖਦਾ ਸੀ ਮੈਂ ਵੀ ਬੜੀ ਕੋਸ਼ਿਸ਼ ਕੀਤੀ ਮੈਂ ਅੱਖ ਵੇਖਦਾ ਮੈਨੂੰ ਅੱਖ ਉੱਖ 'ਤੇ ਦਿਸੀ ਕੋਈ ਨਹੀਂ ਜੀ ਇੱਕ ਵਾਈਟ ਲਾਈਟ ਪਿਓਰ ਵਾਈਟ ਲਾਈਟ ਅੱਧਾ ਕਿੰਚ ਹੋਣੀ ਆ ਐਨ ਗੋਲ ਉਹ ਮੈਨੂੰ ਮਤਲਬ ਇੰਨੀ ਫੁੱਟ 1.5 ਫੁੱਟ ਦੂਰ ਦਿੱਤੀ ਅੱਛਾ ਜੀ ਵੈਸੇ ਤਾਂ ਜਿਹੜਾ ਕੈਪਸੂਲ ਸੀ ਨੱਕ ਦੇ ਸਾਹਮਣੇ ਨਾਲ ਲੱਗਾ ਸੀ ਬਾਹਰਲਾ ਪੋਰਸ਼ਨ ਦਾ ਸੀ ਉਹ ਬੰਦ ਸੀਗਾ ਬੰਦ ਸੀਗਾ ਮਤਲਬ ਕਿ ਉਹ ਹੋਲਦਣ ਲੱਗਾ ਉੱਥੇ ਪੱਥਰ ਆ ਪਤਾ ਨਹੀਂ ਕਿੱਥੋਂ ਮੈਨੂੰ ਲਾਈਟ ਦਿਖਾਈ ਦਿੱਤੀ ਉਹ ਜਦੋਂ ਮੈਨੂੰ ਲਾਈਟ ਦਿਖਾਈ ਦਿੱਤੀ ਨਾ ਅਤੇ ਉਹ ਮੈਂ ਲਾਈਟ ਵੇਖਣ ਡਿਆ ਅਤੇ ਉਹਦੀ ਰੋਟੇਸ਼ਨ ਜਿਹੜੀ ਬੰਦ ਹੋ ਗਈ ਯਾਨੀ ਕਿ ਉਹ ਕੈਪਸੂਲ ਤੁਹਾਨੂੰ ਲੱਗਿਆ ਕਿ ਘੁੰਮਣਾ ਬੰਦ ਹੋ ਗਿਆ ਪਰ ਉਹ ਘੁੰਮ ਰਿਹਾ ਸੀ ਬਹੁਤ ਨਹੀਂ ਪਤਾ ਮੈਨੂੰ ਤੁਹਾਨੂੰ ਨਹੀਂ ਪਤਾ ਮੈਨੂੰ ਬਿਲਕੁਲ ਨਹੀਂ ਪਤਾ ਮੈਨੂੰ ਅੱਜ ਤੱਕ ਨਹੀਂ ਪਤਾ ਲੱਗਾ ਵੀ ਉਹ ਰੋਸ਼ਨੀ ਕੀ ਸੀ ਰੋਸ਼ਨੀ ਕੀ ਸੀ ਔਰ ਘੁੰਮਿਆ ਕੀ ਕਿ ਨਹੀਂ ਘੁੰਮਿਆ ਮੈਨੂੰ ਲਾਈਟ ਦਿਸਣ ਡਈ ਆ ਉਹ ਜਦੋਂ ਲਾਈਟ ਮੈਂ ਵੇਖਣੀ ਕੀਤੀ ਨਾ ਤਾਂ ਉਹ ਕਦੋਂ ਥੱਲੇ ਪਹੁੰਚ ਗਿਆ ਉਹ ਵੀ ਮੈਨੂੰ ਪਤਾ ਨਹੀਂ ਅੱਛਾ ਉਹ ਥੱਲੇ ਜਾ ਕੇ ਜੋ ਟੱਕ ਕਰਕੇ ਵੱਜਾ ਨਾ ਤਾਂ ਉਹ ਲਾਈਟ ਵੀ ਚਲੀ ਗਈ ਅਤੇ ਮੈਂ ਥੱਲੇ ਪਹੁੰਚ ਗਿਆ ਅੱਛਾ ਠੀਕ ਹੈ ਨਾ ਜਦੋਂ ਮੈਂ ਥੱਲੇ ਪਹੁੰਚਿਆ ਅਤੇ ਜਿਹੜਾ ਸਾਹਮਣੇ ਮੈਨੂੰ ਬੰਦਾ ਵੇਖਿਆ ਨਾ ਕਿਉਂਕਿ ਟਾਈਮ ਬੜਾ ਸ਼ੋਰਟ ਆ ਜੀ ਜੀ ਮੈਂ ਫਟਾਫਟ ਉਹਨੂੰ ਫੜਿਆ ਕੈਪਸੂਲ 'ਚ ਉਹਦੇ ਸਿਰ ਪਾਇਆ ਅੰਦਰ ਚੁੱਕ ਕੇ ਪੈਰ ਉਹਦੇ ਅੰਦਰ ਰੱਖੇ ਬੰਦ ਕੀਤਾ ਸਿਗਨਲ ਦਿੱਤਾ ਇਹਨੂੰ ਉੱਤੇ ਚੁੱਕੋ ਅੱਛਾ ਜੀ ਹੈ ਨਾ ਜਦੋਂ ਉੱਤੇ ਚੁਕਾ ਦਿੱਤਾ ਉਹਨੂੰ ਜੀ ਜੀ ਅਤੇ ਕਿਉਂਕਿ ਉਹ ਮੈਨੂਅਲ ਲੱਗਾ ਸੀ ਉਹ 20 ਮਿੰਟ ਲੱਗਦੇ ਸੀ ਆਉਣ ਜਾਣ 'ਚ ਅੱਛਾ ਬੰਦਾ 10 ਮਿੰਟ 'ਚ ਥੱਲੇ ਆਊਗੀ ਅਤੇ 10 ਮਿੰਟ ਉੱਤੇ ਜਾਏਗਾ ਜੀ ਗਾੜੀਆਂ ਨੂੰ ਹਾਂ ਅਤੇ 20 ਮਿੰਟ ਮੈਨੂੰ ਮਿਲ ਗਏ ਨਹੀਂ ਪਰ ਜਦੋਂ ਤੁਸੀਂ ਪਹਿਲਾਂ ਬੰਦਾ ਉੱਥੇ ਕੀਤਾ ਤਾਂ ਥੱਲੇ ਤਾਂ ਘੁੱਪ ਹਨੇਰਾ ਹੋਊਗਾ ਘੁੱਪ ਹਨੇਰਾ ਪਾਣੀ ਵਧਣ ਡਿਆ ਵਾ ਹਵਾ ਬੰਦ ਹੋਣ ਡਈ ਆ ਖਤਰਾ ਵਾ ਉਹਨਾਂ ਨੂੰ ਵੀ ਮੈਂ ਹੁਣ ਦੱਸਣਾ ਵੀ ਉਹ ਕੀ ਹੋਇਆ ਉਹਦੇ ਬਾਅਦ ਜੀ 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 ਉਹ ਜਿਹੜੇ 20 ਮਿੰਟ ਵੀ ਮਿਲੇ ਉਹ ਵੀ ਇੱਕ ਸੀਨ ਸੀਗਾ ਅਤੇ ਮੈਨੂੰ ਉਹ ਬੰਦਾ ਜਿਹੜੇ ਉੱਥੇ ਸੀਗੇ ਮੈਨੂੰ ਜਾਣਦਾ ਤਾਂ ਕੋਈ ਨਹੀਂ ਸੀਗਾ ਠੀਕ ਹੈ ਕਿ ਨਹੀਂ ਮੈਨੂੰ ਕਹਿੰਦੇ ਸਰਦਾਰ ਜੀ ਆਪ ਕਹਾਂ ਸੇ ਆ ਗਿਆ ਅੱਛਾ ਮੈਂ ਕਿਹਾ ਯਾਰ ਮੈਂ ਦੇਖਾ ਤੁਮ ਲੋਕ 3 ਦਿਨ ਸੇ ਨੀਚੇ ਪਿਕਨਿਕ ਕਰ ਰਹੇ ਹੋ ਤਾਂ ਮੈਂ ਵੀ ਆ ਗਿਆ ਅੱਛਾ ਜੇ ਮੈਂ ਕਹਾਂ ਕਿ ਮੈਂ ਜਨਰਲ ਮੈਨੇਜਰ ਹਾਂ ਜੀ ਉਹ ਸਟਾਫ ਨੇ ਵਰਕਰ ਨੇ ਬਿਲਕੁਲ ਸਹੀ ਸਾਡਾ ਗੈਪ ਬਹੁਤ ਆ ਉਹਨਾਂ ਨੂੰ ਮੁਸ਼ਕਿਲ ਹੋ ਜਾਏਗੀ ਇਸ ਕਰਕੇ ਮੈਂ ਸ਼ੋਅ ਹੀ ਨਹੀਂ ਕਰਨਾ ਕਿ ਮੈਂ ਅਫਸਰ ਹਾਂ ਅੱਛਾ ਤੁਸੀਂ ਉਹਨਾਂ ਨੂੰ ਇਹ ਨਹੀਂ ਦੱਸਿਆ ਕਿ ਮੈਂ ਤੁਹਾਡਾ ਅਫਸਰ ਹਾਂ ਨਾ 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 ਬਿਲਕੁਲ ਨਹੀਂ ਮੈਂ ਤਾਂ ਉਹਨਾਂ ਨੂੰ ਕਿਹਾ ਵੀ ਯਾਰ ਮੈਂ ਉੱਥੇ ਘੁੰਮਣ ਡਿਆ ਅਤੇ ਮੈਂ ਥੱਲੇ ਆ ਗਿਆ ਮੈਨੂੰ ਕਹਿੰਦਾ ਆਪ ਆਰਮੀ ਸੇ ਆਇਆ ਮੈਂ ਨਾ ਆਪ ਨੇਵੀ ਸੇ ਆਇਆ ਮੈਂ ਨਾ ਆਪ ਫਾਇਰ ਬ੍ਰਿਗੇਡ ਸੇ ਆਇਆ ਮੈਂ ਨਾ ਰੈਸਕਿਊ ਸਟੇਸ਼ਨ 'ਤੇ ਆਇਆ ਮੈਂ ਨਾ ਤੂੰ ਕਹਾਂ ਸੇ ਆ ਗਿਆ ਸਰਦਾਰ ਜੀ ਮੈਂ ਕਿਹਾ ਬੋਲਾਂ ਨਾ ਯਾਰ ਮੈਨੇ ਦੇਖਿਆ ਤੁਮ ਲੋਕ 3 ਦਿਨ ਸੇ ਪਿਕਨਿਕ ਕਰ ਰਹੇ ਮੈਂ ਵੀ ਆ ਗਿਆ ਅੱਛਾ ਜੀ ਠੀਕ ਹੈ ਨਾ ਫਿਰ ਉਹਨਾਂ ਨੇ ਪੁੱਛਿਆ ਮੈਂ ਜਵਾਨ ਦੱਸੋ ਵੀ ਕਿਹਨ 60 ਫੁੱਟ ਲੱਗੀ ਆ ਅੱਛਾ ਜੀ ਅਤੇ 4 ਬੰਦੇ ਜਿਹੜੇ ਫੱਟੜ ਸੀਗੇ ਕਿਉਂਕਿ ਜਿੱਦਾਂ ਹੁਣ ਕੋਈ ਭੱਜਾ ਕੋਈ ਡਿੱਗਾ ਕੋਈ ਕੁਛ ਹੋਇਆ ਕਿਉਂਕਿ ਉਸ ਵੇਲੇ ਤਾਂ ਭਾਜੜ ਪਈ ਹੁੰਦੀ ਆ ਬਿਲਕੁਲ ਸਹੀ ਗੱਲ ਕਾਲੀ ਮਾਈਨ ਦਿਸਦਾ ਹੈ ਕੋਈ ਨਹੀਂ ਕੋਈ ਕੰਧ 'ਚ ਵੱਜ ਰਿਹਾ ਅਤੇ ਕੋਈ ਡਿੱਗ ਰਿਹਾ ਰੋਸ਼ਨੀ ਹੈ ਨਹੀਂ ਸੀ ਥੱਲੇ ਜੀ ਰੋਸ਼ਨੀ ਜਦੋਂ ਤੁਸੀਂ ਇਸ ਵੇਲੇ ਐਮਰਜੈਂਸੀ ਭੱਜਦੇ ਹੋ ਜੀ ਜੀ ਤੁਸੀਂ ਕੈਬ ਲੈਂਬ ਵੀ ਔਨ ਕਰਨ ਦਾ ਟਾਈਮ ਨਹੀਂ ਮਿਲਦਾ ਬਿਲਕੁਲ ਸਹੀ ਗੱਲ ਇੰਨਾ ਤੁਹਾਨੂੰ ਡਰ ਹੋ ਜਾਂਦਾ ਦਹਿਸ਼ਤ ਹੋ ਜਾਂਦੀ ਹੈ
ਵੇ ਜਿੱਦਾਂ ਇੱਧਰ ਭੱਜਣ ਡਏ, ਭੱਜਣ ਡਿਆ ਕਿ ਪਤਾ ਨਹੀਂ ਕੀ ਆ ਭੱਜ ਗਿਆ। ਅੱਛਾ, ਕਿੰਨੇ ਡਿੱਗੇ ਹੋਣੇ ਆ ਥੱਲੇ? ਖੜਕਾ ਰੌਲਾ ਰੱਪਾ ਕਿੰਨਾ ਕੁ ਸੀ, ਕੁਛ ਦੱਸ ਸਕਦੇ ਹੋ? ਜਦੋਂ ਮੈਂ ਉੱਥੋਂ ਗਿਆ ਵਾਂ ਉਦੋਂ ਸਿਰਫ ਜਿਹੜੀ ਆਵਾਜ਼ ਆ ਰਹੀ ਸੀ ਇੱਕ ਤਾਂ ਪਾਣੀ ਵਧਣ ਦੀ ਜੀ, ਬਸ ਇੰਨਾ ਸੀ। ਇਹ ਪਤਾ ਸੀ ਵੀ ਇੱਧਰੋਂ ਉਹ ਮੌਤ ਤੁਰੀ ਆ ਰਹੀ? ਮੌਬ ਨੂੰ ਜੋ ਲਾਈਟ ਵਿਖਾਈ ਨਾ ਥੱਲੇ ਜੀ ਜੀ, ਇਹਨਾਂ ਨੂੰ ਕਿਹਾ ਵੀ ਲਾਗੇ ਜਿੱਥੇ ਜਿੱਥੇ ਜਗ੍ਹਾ ਮਿਲਦੀ ਤੁਸੀਂ ਆ ਜਾਓ। ਅੱਛਾ ਜੀ, ਠੀਕ ਹੈ ਨਾ। ਫਿਰ ਉਹਨਾਂ ਨੇ ਮੈਂ ਕਿਹਾ, ਮੈਂ ਕਿਹਾ ਵੀ ਕਿੰਨੇ ਕੁ ਸੱਟ ਲੱਗੀ ਹੈ? ਚਾਰ ਬੰਦੇ ਸੀ ਜਿਹਨਾਂ ਨੂੰ ਸੱਟਾਂ ਲੱਗੀਆਂ। ਅੱਛਾ ਜੀ, ਉਹਨਾਂ ਨੂੰ ਮੈਂ ਪਰਚੀਆਂ ਉੱਤੋਂ ਬਣਾ ਕੇ ਲੈ ਕੇ ਗਿਆ ਸੀਗਾ। ਅੱਛਾ, ਉਹਨਾਂ ਨੂੰ ਮੈਂ ਵੀਹ ਵੀਹ ਮਿੰਟ ਕਿਹਨੂੰ ਮੈਂ ਉੱਥੇ ਖੜਾ ਰੱਖਾਂਗਾ, ਬਿਲਕੁਲ ਜਿਹੜਾ ਜਿੱਥੇ ਬਹਿਸਦਾ ਬਹਿ ਜਾਓ, ਵਿਚਾਰੇ ਉਹ ਤਾਂ ਮਰਨ ਵਾਲੇ ਹੋਏ ਸੀ। ਉਹਨਾਂ ਨੂੰ ਮੈਂ ਕਿਹਾ ਵੀ ਤੁਸੀਂ, ਮੈਂ ਤਾਂ ਜੋ ਆਏਗਾ ਤੂੰ ਇੱਕ ਨੰਬਰ ਤੋਂ ਦੋ ਨੰਬਰ ਤੋਂ ਤਿੰਨ ਨੰਬਰ ਤੋਂ ਚਾਰ ਨੰਬਰ। ਅੱਛਾ, ਇਹ ਪਹਿਲਾਂ ਦਿਮਾਗ ਲਾਇਆ ਕਿ ਥੱਲੇ ਲੜਾਈ ਪੈ ਸਕਦੀ ਹੈ? ਪਏਗੀ, ਅਸੀਂ ਫਸਟ ਏਸੀ ਚੜ੍ਹਦੇ ਹਾਂ, ਜਹਾਜ਼ 'ਚ ਚੜ੍ਹਦੇ ਧੱਕੇ ਮਾਰਦੇ ਹਾਂ, ਉਹਦੇ ਵਿਚਾਰੇ ਕੋਲੇ ਦੀ ਮੌਤ ਦਿਸਣ ਡਈ ਆ। ਨਹੀਂ, ਮੌਤ ਦਿਸ ਰਹੀ, ਮੌਤ ਦਿਸ ਰਹੀ, ਠੀਕ ਹੈ ਨੀ। ਅਤੇ ਉਹਨਾਂ ਨੂੰ ਮੈਂ ਫਿਰ ਕਿਹਾ, ਮੈਂ ਦੇਖੋ ਵੀ ਗੱਲ ਆ ਇੱਦਾਂ ਕਿ ਮੈਂ ਇੱਥੇ ਇੱਕ ਮਿੰਟ ਨਹੀਂ ਰੁਕਣਾ ਚਾਹੁੰਦਾ। ਉਹਨਾਂ ਦੇ ਦਿਮਾਗ 'ਚ ਆਉਣਾ ਵੀ ਉੱਤੇ ਜਾਣ ਨੂੰ ਤਿਆਰ ਆ। ਮੈਂ ਕਿਹਾ ਇੱਕ ਗੱਲ ਤਾਂ ਮੈਂ ਕਹਿ ਦਿੰਦਾ ਕਿ ਤੁਹਾਨੂੰ ਸਾਰਿਆਂ ਨੂੰ ਮੈਂ ਕੱਢ ਕੇ ਅਤੇ ਫਿਰ ਜਾਊਂਗਾ। ਕਿਆ ਬਾਤ! ਜਦੋਂ ਮੈਂ ਇਹ ਗੱਲ ਕਹੀ ਨਾ, ਫਿਰ ਉਹਨਾਂ ਨੂੰ ਕੌਨਫੀਡੈਂਸ ਹੋਇਆ ਕਿ ਇੱਕ ਐਂਕਰ ਹੈ, ਐਂਕਰ ਹੈਗਾ ਸਾਡਾ ਜਿਹੜਾ ਰਹੇਗਾ। ਬਿਲਕੁਲ। ਅਤੇ ਉਹਦੇ ਚਾਰ ਜਿਹੜੇ ਸੀਗੇ ਉਹਨਾਂ ਨੂੰ ਮੈਂ ਇੱਕ ਇੱਕ ਕਰਕੇ ਭੇਜਿਆ। ਅੱਛਾ ਜੀ, ਫਿਰ ਮੈਂ ਕਿਹਾ ਵੀ ਇੱਕ ਇੱਕ ਕਰਕੇ, ਮਤਲਬ ਵੀਹ ਵੀਹ ਮਿੰਟ ਲੱਗੇ ਉਹਨਾਂ? ਹਾਂ, 20 ਮਿੰਟ ਲੱਗੇ। ਕਿਆ ਬਾਤ! ਯਾਨੀ ਕਿ ਜਦੋਂ ਇੱਕ ਗਿਆ ਹੋਊਗਾ, ਪਹਿਲੀ ਗੱਲ ਤਾਂ ਪਹਿਲਾ ਬੰਦਾ ਜਦੋਂ ਉੱਪਰ ਗਿਆ ਹੋਊਗਾ, ਉੱਪਰ ਥੋੜ੍ਹਾ ਜਿਹਾ ਹੌਸਲਾ ਹੋ ਗਿਆ ਹੋਣਾ ਵੀ ਯਾਰ ਇਹ ਕੰਮ ਕਰਨ ਲੱਗ ਗਿਆ, ਕੰਮ ਸ਼ੁਰੂ ਹੋ ਗਿਆ। ਸ਼ੁਰੂ ਹੋ ਗਿਆ। ਪਰ ਰੌਲਾ ਇਹ ਸੀ ਵੀ ਇੱਕ ਬੰਦੇ ਤੋਂ ਬਾਅਦ ਦੂਜੇ ਦੀ ਵਾਰੀ 20 ਮਿੰਟ ਬਾਅਦ ਆਉਣੀ। ਐਕਚੁਅਲੀ ਰੌਲਾ ਇਹ ਸੀ ਕਿ ਉਹ ਜਿਹੜਾ ਬੋਰ ਹੋ ਲਿਆ ਉਹਦੇ 'ਚ ਪਾਣੀ ਜਾ ਰਿਹਾ ਵਾ, ਬੋਰ ਹੋਲ ਜਿਹੜਾ ਉਹ ਬਲਜ ਕਰ ਰਿਹਾ ਵਾ, ਬੋਰ ਹੋਲ ਕਿੰਨੋ ਕਦੋਂ ਕਲੈਪਸ ਕਰ ਜਾਏਗਾ, ਕਦੋਂ ਇਹ ਸਿਸਟਮ ਫੇਲ ਕਰ ਜਾਏਗਾ, ਕੋਈ ਪਤਾ ਨਹੀਂ। ਪਾਣੀ ਪਾਣੀ ਉਹ ਜਿਹੜਾ ਤੁਸੀਂ ਟੋਆ ਮਾਰਿਆ ਸੀ, ਬੋਰ ਕੀਤਾ ਸੀ, ਉਹਦੇ 'ਚ ਵੀ ਜਾ ਰਿਹਾ ਸੀ? ਉਹ ਜਾਏਗਾ ਹੀ, ਆਫਟਰ ਖੂਹ ਆ, ਖੂਹ 'ਚ ਪਾਣੀ ਹੁੰਦਾ ਹੀ ਆ। ਬਿਲਕੁਲ ਸਹੀ ਗੱਲ, ਉਹ ਖੂਹ ਦਾ ਪਾਣੀ ਜਾਣਾ ਕਿੱਥੇ ਸੀਗਾ? ਇਹ ਉੱਥੇ ਖੂਹ ਜਿੱਥੇ ਤੀਕਰ ਪੁੱਟਿਆ ਉੱਥੇ ਤੀਕਰ ਜਾਣਾ, ਅਤੇ ਜਿਹੜਾ ਖੂਹ ਦਾ ਲੇਅਰ ਆ ਪਾਣੀ ਦੀ ਉਹ ਤੋਂ ਥੱਲੇ ਹੀ ਕੰਮ ਕਰਨ ਰਹੇ ਆ। ਅਤੇ ਉਹ ਜਦੋਂ ਪਾਣੀ ਜਾਏਗਾ ਉਹਨੇ ਤੁਹਾਡੇ ਜਿੰਨੀਆਂ ਕੰਧਾਂ ਹੈਗੀਆਂ ਨੇ ਉਹਨਾਂ ਖੋਰਨਾ ਵਾ, ਖੋਰਨਾ ਉਹ ਜਦੋਂ ਖੋਰੇਗਾ ਅਤੇ ਕਿਉਂਕਿ ਲਾਈਨ 'ਤੇ ਕੀਤਾ ਨਹੀਂਗਾ, ਬਿਲਕੁਲ ਸਹੀ, ਉਹ ਸਾਰਾ ਜਿਹੜਾ ਐਕਸਪੈਂਡ ਕਰੇਗਾ, ਜਦੋਂ ਐਕਸਪੈਂਡ ਕਰੇਗਾ ਉਹ ਲੋਡ ਨਹੀਂ ਲਏਗਾ, ਹੋਲ ਕਲੈਪਸ ਕਰ ਜਾਏਗੀ। ਮਤਲਬ ਮੈਂ ਹੁਣ ਜੋ ਸਮਝ ਪਾ ਰਿਹਾ ਦਹਿਸ਼ਤ ਨੂੰ, ਉਹ ਇਹ ਹੈ ਕਿ ਵੀ ਇੱਕ ਪਾਸੇ ਪਾਣੀ ਉਹ ਹੈ ਜਿਹੜਾ ਉਹ ਪਿਛਲੇ ਪਾਸਿਓਂ ਭਰ ਰਿਹਾ, ਇੱਕ ਪਾਸੇ ਉਹ ਪਾਣੀ ਹੈ ਜਿਸ ਪਾਸਿਓਂ ਤੁਸੀਂ ਜਾ ਰਹੇ ਹੋ, ਉਧਰੋਂ ਵੀ ਡਿੱਗ ਰਿਹਾ, ਉਧਰੋਂ ਵੀ ਡਿੱਗ ਰਿਹਾ, ਨਾਲ ਪੱਥਰ ਵੀ ਡਿੱਗ ਰਿਹਾ, ਨਾਲ ਪੱਥਰ ਡਿੱਗ ਰਿਹਾ, ਤੇ ਹੁਣ ਜਾਣਾ ਵੀ ਉਸੇ ਰਸਤੇ ਤੋਂ ਜਾਣਾ। ਅੱਛਾ, ਜਿੱਥੇ ਮੈਂ ਜਾ ਕੇ ਖੜਾ ਹੋਇਆ ਵਾ ਉਹ ਜਿਹੜਾ ਬੋਰ ਕੀਤਾ ਸੀਗਾ ਉਹਦੀ ਜਿੰਨੀ ਮਿੱਟੀ ਪੱਥਰ ਹੈ ਉੱਥੇ ਹੀ ਪਿਆ ਸੀਗਾ, ਉਹਨੂੰ ਥੱਲੇ ਚੁੱਕਿਆ ਤਾਂ ਨਹੀਂਗਾ। ਬਿਲਕੁਲ ਸਹੀ ਗੱਲ, ਉਹਦੇ 'ਚ ਜਾ ਕੇ ਜਦੋਂ ਪੈਰ ਰੱਖੇ ਵਿੱਚ ਤੁਹਾਡੇ ਗੋਡਿਆਂ ਗੋਡਿਆਂ ਤੱਕ ਤੁਸੀਂ ਫਸ ਗਏ ਵਿੱਚ। ਅੱਛਾ, ਠੀਕ ਹੈ ਨੀ, ਉਹ ਦਲਦਲ ਦਲਦਲ ਆ। ਅੱਛਾ, ਉੱਥੋਂ ਪੈਰ ਨਹੀਂ ਨਿਕਲ ਰਹੇ, ਉੱਥੇ ਤੁਸੀਂ ਪੋਜੀਸ਼ਨ ਛੱਡ ਨਹੀਂ ਸਕਦੇ ਕਿਉਂਕਿ ਜਦੋਂ ਉੱਤੋਂ ਕੈਪਸੂਲ ਆਏਗਾ ਉਹਨੂੰ ਤੁਸੀਂ ਫੜ ਕੇ ਅਤੇ ਉਹਨੂੰ ਪੋਜੀਸ਼ਨ ਕਰਨਾ, ਕਿਉਂਕਿ ਜੇ ਉਹਦਾ ਜਿਹੜਾ ਦਰਵਾਜ਼ਾ ਦੂਜੇ ਬੰਨੇ ਚਲਾ ਗਿਆ ਤਾਂ ਬੰਦਾ ਨਹੀਂ ਵੜ ਸਕਦਾ। ਬਿਲਕੁਲ ਸਹੀ, ਅਤੇ ਜਦੋਂ ਉੱਤੋਂ ਹੀ ਆਏਗਾ ਉਹਨੂੰ ਉੱਤੋਂ ਹੀ ਫੜਨਾ, ਹੁਣ ਜੇ ਫੜ ਰਹੇ ਹੋ ਹੁਣ ਪੱਥਰ ਡਿੱਗੇ ਜਾਂ ਕੁਛ ਡਿੱਗੇ ਤੁਸੀਂ ਕੁਛ ਨਹੀਂ ਕਰ ਸਕਦੇ। ਬਿਲਕੁਲ ਸਹੀ, ਅਤੇ ਆਹ ਜਿੰਨੇ ਤੁਸੀਂ ਕਿ ਬੋਡੀ ਇਹ ਸਾਰੀ ਮਤਲਬ ਕਿ ਬਲੀਡ ਕਰ ਰਹੀ ਸੀ। ਉਹ ਅੱਛਾ ਜੀ, ਆਫਟਰ ਆਲ 150-100 ਫੁੱਟ ਤੋਂ ਪੱਥਰ ਡਿੱਗ ਕੇ ਵੱਜਣ ਡਿਆ, ਇਹ ਵੱਜਣਾ ਹੀ ਆ, ਉੱਥੇ ਕਿਹੜੀ ਸ਼ੀਲਡ ਰਹੀ ਆਪਾਂ? ਬਿਲਕੁਲ ਸਹੀ, ਠੀਕ ਹੈ ਨਾ। ਅੱਛਾ, ਜੇ ਹਟ ਵੀ ਨਹੀਂ ਸਕਦੇ ਉੱਥੋਂ, ਜੇ ਹਟ ਗਏ ਤਾਂ ਨਹੀਂ ਕੰਮ ਚੱਲਦਾ, ਵੱਜਦਾ ਪੱਥਰ ਵੱਜੀ ਜਾਣ ਦਿਓ, ਠੀਕ। ਔਰ ਇੱਕ ਇੱਕ ਕਰਕੇ ਫਿਰ ਜਦੋਂ ਇਹ ਚਾਰ ਕੱਢੇ, ਫਿਰ ਮੈਂ ਕਿਹਾ ਵੀ ਕਿਸੇ ਨੂੰ ਬੁਖਾਰ ਬਖੂਰ ਹੈਗਾ, ਉਹ ਸੀਗੇ ਚਾਰ ਕੁ ਬੰਦੇ, ਉਹਨਾਂ ਨੂੰ ਕੱਢਿਆ। ਅੱਛਾ, ਫਿਰ ਮੈਂ ਇਹ ਕਿਹਾ ਉਹਨਾਂ ਨੂੰ, ਮੈਂ ਗੱਲ ਸੁਣੋ ਬਈ, ਜਿਹੜਾ ਬੰਦਾ ਸਭ ਤੋਂ ਲੋਅਰ ਕੈਟਾਗਰੀ ਹੈ ਨਾ ਜੀ, ਉਹ ਪਹਿਲਾਂ ਜਾਏਗਾ। ਅੱਛਾ ਜੀ, ਮਜ਼ਦੂਰ ਆ, ਮਜ਼ਦੂਰਾਂ 'ਚ ਵੀ ਕੈਟਾਗਰੀ ਹੈ ਨਾ, ਜਿਹੜਾ ਸਭ ਤੋਂ ਲੋਅਰ ਕੈਟਾਗਰੀ 'ਚ ਆ ਜੀ ਉਹ ਪਹਿਲਾਂ ਜਾਏਗਾ, ਫਿਰ ਜਿਹੜਾ ਵਾ ਸਕਿੱਲਡ ਵਰਕਰ ਜਾਏਗਾ ਜੀ, ਫਿਰ ਸੁਪਰਵਾਈਜ਼ਰ ਸਟਾਫ ਜਾਏਗਾ, ਫਿਰ ਸੀਨੀਅਰ ਸੁਪਰਵਾਈਜ਼ਰ ਜਿਹੜੇ ਉਹ ਜਾਣਗੇ, ਐਂਡ 'ਤੇ ਮੈਂ ਜਾਊਂ, ਐਂਡ 'ਤੇ ਮੈਂ ਜਾਊਂਗਾ। ਕਿਆ ਵਾ, ਠੀਕ ਹੈ ਨਾ। ਜਦੋਂ ਅਸੀਂ 10 ਕੁ ਬੰਦੇ ਕੱਢ ਲਏ ਨਾ ਜੀ, ਫਿਰ ਉਹ ਇਹ 'ਚ ਮੇਰਾ ਉਹ ਕੋਈ ਨਹੀਂ, ਇਹ ਉਤਲਿਆਂ ਦਾ ਸੀ ਕੰਮ ਜੀ। ਉਹਨਾਂ ਵੇਖਿਆ ਵੀ ਇਹ ਜਿਹੜਾ ਬਿਲਕੁਲ ਸਬੂਤ ਚੱਲ ਰਿਹਾ ਜੀ, ਹੱਥ ਨਾਲ ਵਿੰਚ ਸੀਗੀ ਜਾਂ ਸਮੂਥ ਚੱਲ ਰਹੀ ਹੈ ਜੀ ਜੀ, ਉਹਨਾਂ ਕਿਹਾ ਵੀ ਇਹਨੂੰ ਰੱਸੇ ਨੂੰ ਜਿਹੜੇ ਨਾ ਮੋਟਰਾਈਜ਼ ਵਿੰਚ 'ਤੇ ਲਾ ਦਿਓ। ਅੱਛਾ, ਡੀਜ਼ਲ ਦੀ ਵਿੰਚ ਸੀਗੀ, ਉਹ 'ਤੇ ਲਾਤਾ, ਜਦੋਂ ਉਸ 'ਤੇ ਲਾਇਆ ਤਾਂ ਫਿਰ ਉਹ 4 ਮਿੰਟ 'ਚ ਇੱਕ ਇਹ ਇਹ ਜਦੋਂ ਇਹ ਲਾਉਣਾ ਹੋਊਗਾ ਉਦੋਂ ਕੁਛ ਟਾਈਮ ਦੀ ਸਾਰਾ ਕੁਛ ਰੁਕਿਆ ਹੋਣਾ, ਤੁਹਾਡਾ ਉੱਪਰ ਕਮਿਊਨੀਕੇਟ ਹੁੰਦਾ ਸੀ? ਨਾ, ਕੋਈ ਕਮਿਊਨੀਕੇਸ਼ਨ। ਜਦੋਂ ਥੋੜ੍ਹਾ ਜਿਹਾ ਵੱਧ ਟਾਈਮ ਲੱਗਾ ਤਾਂ ਤੁਹਾਨੂੰ ਥੋੜ੍ਹਾ ਮਹਿਸੂਸ ਨਹੀਂ ਹੋਇਆ? ਦੇਖੋ ਹੈ ਕੀ ਸੀਗਾ, ਮੈਂ ਇੱਕ ਹੋਰ ਕੰਮ ਕੀਤਾ ਇਹਦੇ 'ਚ, ਉਹ ਜਿਹੜਾ ਕੈਪਸੂਲ ਸੀ ਨਾ ਉਹਦੇ ਥੱਲੇ ਇੱਕ ਰੱਸੀ ਬੱਧੀ। ਅੱਛਾ ਜੀ, ਠੀਕ ਹੈ ਨਾ। ਉਸ ਰੱਸੀ ਤੋਂ ਮੈਨੂੰ ਇਹ ਪਤਾ ਲੱਗਦਾ ਵੀ ਕੈਪਸੂਲ ਕਿੱਥੇ ਆ। ਅੱਛਾ ਜੀ,
ਜੇ ਤਾਂ ਰੱਸੀ ਸਾੜੀ ਆ ਕੇ ਥੱਲੇ ਬੈਠ ਗਈ ਤਾਂ ਕੈਪਸੂਲ ਇੱਥੇ ਆ, ਅਤੇ ਜੇ ਰੱਸੀ ਬਿਲਕੁਲ ਖੜ੍ਹੀ ਹੋ ਗਈ ਐਂਡ ਮੇਰੇ ਕੋਲ ਪਹੁੰਚ ਗਿਆ ਜਾਂ ਮਤਲਬ ਕੈਪਸੂਲ ਉੱਤੇ ਪਹੁੰਚ ਗਿਆ, ਔਰ ਜਦੋਂ ਮੈਂ ਵੇਖਿਆ ਵੀ ਉੱਤੇ ਹੀ ਆ ਰੱਸੀ ਥੱਲੇ ਮੂਵ ਨਹੀਂ ਕਰ ਰਹੀ, ਇਹਦਾ ਮਤਲਬ ਕੈਪਸੂਲ ਉੱਤੇ ਟੈਟ ਹੈਗਾ ਵਾ ਔਰ ਠੀਕ ਆ, ਰਾਹ 'ਚ ਨਹੀਂ ਫਸਿਆ ਕਿਤੇ ਜੀ, ਕਿਉਂਕਿ ਜੇ ਰਾਹ 'ਚ ਫਸ ਜਾਏਗਾ ਤਾਂ ਕੁਛ ਰੱਸੀ ਥੱਲੇ ਬੈਠੀ ਹੋਏਗੀ, ਮਤਲਬ ਤੁਹਾਨੂੰ ਆਈਡੀਆ ਇਹ ਤੋਂ ਮਿਲਦਾ ਸੀ, ਇਹ ਤੋਂ ਆਈਡੀਆ ਮਿਲਦਾ ਸੀ, ਉਹ ਜੋ 10-15 ਮਿੰਟ ਇਹਨਾਂ ਨੇ ਕੀਤਾ ਅਤੇ ਮੈਨੂੰ ਇਹ ਲੱਗਾ ਕੋਈ ਯਾ ਤਾਂ ਉੱਥੇ ਕੈਪਸੂਲ ਗੜਬੜ ਹੋਇਆ, ਇਹ ਨਹੀਂ ਮੇਰੇ ਦਿਮਾਗ 'ਚ ਆਇਆ ਕਿ ਇਹਨਾਂ ਮੋਟਰਾਂ ਦੇ ਵਿੱਚ ਲਾਤੀ ਹੈ। ਅੱਛਾ ਜੀ, ਉਹ ਜਦੋਂ ਮੋਟਰਾਂ ਦੇ ਵਿੱਚ ਲਾਈ ਫਿਰ ਉਹ 2-2, 4-4 ਮਿੰਟ 'ਚ ਬੰਦੇ ਨਿਕਲਣੇ ਸ਼ੁਰੂ ਹੋ ਗਏ। ਅੱਛਾ ਜੀ, ਅੱਛਾ ਪ੍ਰੋਬਲਮ ਇਹ ਹੀ ਸੀ ਨਾ ਵੀ ਇੱਕ ਤਾਂ ਹੋਲ ਕਲੈਪਸ ਕਰੂ, ਇੱਕ ਮੈਂ ਉੱਧਰ ਵੇਖਣ ਡਿਆ ਪਾਣੀ ਵਧਣ ਡਿਆ ਵਾ, ਇੱਕ ਮੇਰਾ ਉੱਧਰੋਂ ਵੇਖਣ ਡਿਆ, ਇੱਕ ਮੈਂ ਮਤਲਬ ਕਿ ਸੁੰਘਣ ਡਿਆ ਵਾ ਵੀ ਪਿੱਛੋਂ ਗੈਸਿਸ ਨਾ ਆ ਜਾਣ। ਅੱਛਾ ਜੀ, ਜੇ ਗੈਸਾਂ ਆ ਗਈਆਂ ਤਾਂ ਵੈਸੇ ਮਰ ਜਾਂਗੇ। ਇੱਕ ਸਭ ਨੂੰ ਸੀ ਮੈਨੂੰ ਪਹਿਲਾਂ, ਅਜੇ ਵੀ ਇੰਨਾ ਕਰਨ ਤੋਂ ਬਾਅਦ ਵੀ ਉਹਨਾਂ ਨੇ ਮੈਨੂੰ ਪਹਿਲਾਂ। ਅੱਛਾ, ਲੜਾਈ ਸੀਗੀ ਉਦੋਂ? ਹਾਂ, ਇੱਕ ਬੰਦੇ ਨੂੰ ਮੈਂ ਮਤਲਬ ਵੈਸੇ ਮਤਲਬ ਜੰਪ ਕਰਾਇਆ ਸੀਗਾ, ਕਿਉਂ ਜਿਹੜੀ ਸੀ। ਅੱਛਾ, ਉਹ ਮੇਰੇ ਕੋਲ ਆਇਆ ਅਤੇ ਉਹਨੇ ਮੈਨੂੰ ਹੌਲੀ ਜਿਹੀ ਕੁਛ ਕਿਹਾ ਅਤੇ ਮੈਂ ਉਹਨੂੰ ਕਿਹਾ ਠੀਕ ਆ ਜਾ ਬੇਟਾ। ਉਹਨੂੰ ਮੈਂ ਕਿਉਂ ਜੰਪ ਕਰਾਇਆ, ਉਹ ਦੋ ਭਰਾ ਕੰਮ ਕਰਦੇ ਸੀ ਉੱਥੇ ਉਸ ਮਾਈਨ 'ਚ, ਇੱਕ ਡੁੱਬ ਗਿਆ ਸੀ। ਉਹ ਅੱਛਾ ਜੀ, ਉਹ ਜੋ ਡੁੱਬ ਗਿਆ ਮੇਰੇ ਕੋਲ ਆਇਆ ਕਹਿੰਦਾ ਜੀ ਮੇਰਾ ਇੱਕ ਭਰਾ ਉਹ 'ਚ ਮਰ ਗਿਆ ਅਤੇ ਤੁਸੀਂ ਮੈਨੂੰ ਉੱਤੇ ਭੇਜ ਦਿਓ ਜੀ ਤਾਂ ਕਿ ਮੇਰੇ ਘਰ ਵਾਲੇ ਇੱਕ ਤਾਂ ਵੇਖ ਲੈਣ, ਠੀਕ ਹੈ ਨਾ। ਉਹਨੂੰ ਜਦੋਂ ਮੈਂ ਕਿਹਾ, ਮੈਂ ਕਿਹਾ ਰੁਕ ਜਾ ਇੱਥੇ ਤੂੰ, ਅਗਲੀ ਵਾਰ ਤੇਰੀ, ਇਹ ਲੱਗੇ ਚੁੱਕ ਚੁੱਕ ਕਰਨ, ਮੈਂ ਦੇਖੋ ਮੈਂ ਜੋ ਮੈਂ ਕਰ ਰਿਹਾ ਮੈਂ ਠੀਕ ਕਰ ਰਿਹਾ। ਉਹਨਾਂ ਨੂੰ ਮੈਂ ਦੱਸਿਆ ਨਹੀਂ ਮੇਰਾ ਭਰਾ ਮਰ ਗਿਆ। ਅੱਛਾ ਜੀ, ਠੀਕ ਹੈ ਨਹੀਂ। ਖੈਰ ਉਹ ਹੀ ਮੰਨ ਗਏ, ਕਿਉਂਕਿ ਉਹਨੇ ਵੇਖਿਆ ਵੀ ਬਾਹਰਲਾ ਬੰਦਾ ਵਾ ਜੀ, ਇਹ ਆਇਆ ਵਾ ਜੀ, ਸਾਨੂੰ ਕੀ ਕਰਾਂਗੇ, ਅਖੀਰ ਤਾਂ ਕੱਢਣੀ ਆਇਆ, ਕੱਢਣੀ ਨਾਲੇ ਨੇ ਵੀ ਕਿਹਾ ਵੀ ਮੈਂ ਸਭ ਤੋਂ ਐਂਡ 'ਤੇ ਜਾਊਂ। ਹਾਂ, ਠੀਕ ਹੈ ਨਾ। ਉਹਨੂੰ ਮੈਂ ਇੱਕ ਮਤਲਬ ਕਿ ਕੀਤਾ, ਬਾਕੀ ਮੈਂ ਫਿਰ ਇੱਕ ਇੱਕ ਕਰਕੇ ਸਾਰੇ ਕੱਢੇ। ਅੱਛਾ ਜੀ, ਸਾਰੇ ਕੱਢੇ ਅਤੇ ਰਹਿ ਗਿਆ ਮੈਂ ਫਿਰ ਇਕੱਲਾ। ਅੱਛਾ ਜੀ, ਉਦੋਂ ਕੀ ਮਹਿਸੂਸ ਹੋਇਆ ਸੀ ਜਦੋਂ 65 ਬੰਦੇ ਚੱਲ ਗਏ ਸੀ ਤੁਸੀਂ ਥੱਲੇ? ਆਮ ਲੋਕਾਂ ਨੇ ਮੈਨੂੰ ਇਹ ਕਿਹਾ ਕਿ ਤੈਨੂੰ ਡਰ ਲੱਗਾ ਉਦੋਂ? ਵੈਸੇ ਮੈਨੂੰ ਉਸ ਵੇਲੇ ਕੋਈ ਡਰ ਨਹੀਂ ਲੱਗਾ। ਅੱਛਾ ਜੀ, ਉਸ ਵੇਲੇ ਮੇਰੇ ਦਿਮਾਗ 'ਚ ਇੱਕੋ ਹੀ ਆਇਆ ਕਿ ਜਿਸ ਕੰਮ ਵਾਸਤੇ ਮੈਂ ਆਇਆ ਸੀਗਾ ਉਹ ਕੰਮ ਪੂਰਾ ਹੋ ਗਿਆ। ਠੀਕ, ਉਹ ਜਿਹੜਾ ਉੱਤੋਂ ਪਾਣੀ ਆ ਰਿਹਾ ਸੀ ਨਾ, ਉਹ ਛੋਟਾ ਜਿਹਾ ਹੈਮਰ ਮੈਂ ਰੱਖਿਆ ਸੀਗਾ, ਉਹਨੂੰ ਮੈਂ ਹੈਮਰ ਨੂੰ ਰੱਖਿਆ ਕੱਚ 'ਚ ਅਤੇ ਜਿਹੜਾ ਪਾਣੀ ਆ ਰਿਹਾ ਸੀ ਉਹਦੇ ਨਾਲ ਮੈਂ ਹੱਥ ਧੋਣ ਲੱਗਾ। ਅੱਛਾ ਜੀ, ਉੱਤੇ ਜਾਣਾ ਵੀ ਹੁਣ ਮੈਂ ਜਦੋਂ ਥੋੜ੍ਹਾ ਠੀਕ ਹੋ ਕੇ ਜਾਵਾਂ, ਉਹ ਮੈਂ ਹੱਥ ਜਦੋਂ ਧੋਣ ਲੱਗਾ ਤਾਂ ਇੱਕ ਆਇਆ ਪੱਥਰ ਵਜਾ। ਅੱਛਾ ਜੀ, ਹੱਥ 'ਤੇ ਉਹ ਜੋ ਹੱਥ ਵਜਾ ਹੱਥ ਹੈ ਹੋਇਆ ਉਹ ਜਿਹੜਾ ਹੈਮਰ ਸੀਗਾ ਉਹ ਡਿੱਗ ਪਿਆ। ਅੱਛਾ ਜੀ, ਜਿੱਥੋਂ ਇਸ਼ਾਰਾ ਜਾਣਾ ਸੀ ਉੱਪਰ ਉਹ ਡਿੱਗ ਪਿਆ, ਡਿੱਗ ਪਿਆ ਥੱਲੇ ਤੇ ਉਹ ਸੀਗਾ ਸਾਰਾ ਗਾਰਾ, ਉਹ ਗਾਰਾ ਹੀ ਡਿੱਗ ਪਿਆ ਜਿੱਥੇ ਹੈ ਨਾ, ਠੀਕ ਹੈ ਕਿ ਨਹੀਂ, ਕਿੱਥੇ ਡਿੱਗਾ ਸਮਝ, ਅਤੇ ਜੇ ਨਾ ਹੋਏਗਾ ਤਾਂ ਮੈਂ ਚੜ੍ਹ ਨਹੀਂ ਸਕਦਾ। ਅੱਛਾ ਜੀ, ਵਜਾਓ ਕਿੱਦਾਂ, ਸਿਗਨਲ ਕੀ ਦਊ, ਖਾਧਾ ਦਊ ਸਿਗਨਲ, ਕੋਈ ਚੀਜ਼ ਹੀ ਆ ਨਹੀਂ, ਠੀਕ ਹੈ ਨਹੀਂ। ਮੈਂ ਉਹ ਗਾਰੇ ਜਿੱਦਾਂ ਦਾ ਅੰਨੇ ਵਾਂਗੂ ਹੱਥ ਮਾਰਦਾ, ਚਾਰੇ ਬੰਨੇ ਹੱਥ ਉੱਤੇ ਮਾਰਿਆ, ਬਾਈ ਚਾਂਸ ਮੈਨੂੰ ਲੱਭ ਪਿਆ। ਅੱਛਾ ਜੀ, ਲੱਭ ਪਿਆ, ਫਿਰ ਮੈਂ ਉਹਨੂੰ ਵੀ ਧੋਤਾ, ਆਪਣੇ ਹੱਥ ਵੀ ਧੋਤੇ, ਉਹਨੇ ਚਿਰ ਨੂੰ ਫਿਰ ਕੈਪਸੂਲ ਆ ਗਿਆ ਜੀ, ਕੈਪਸੂਲ ਆ ਗਿਆ ਅਤੇ ਮੈਂ ਖੋਲ੍ਹਿਆ, ਉਹਦੇ ਵਿੱਚ ਵੜਿਆ, ਸਿਗਨਲ ਦਿੱਤਾ, ਉੱਤੇ ਆਇਆ ਜੀ, ਉੱਤੇ ਆਇਆ ਤਾਂ ਫਿਰ ਤਾਂ ਹਿਸਟਰੀ ਬਣ ਗਈ। ਬਿਲਕੁਲ ਸਰ, ਮੈਂ ਆਪਣੇ ਬੇਨਤੀ ਕਰਾਂ ਜੇ ਸਾਡੇ ਟੈਕਨੀਕਲ ਸਟਾਫ ਜੇ ਸਾਨੂੰ ਦਿਖਾ ਸਕਣ ਤਾਂ ਉਸ ਵੇਲੇ ਦੀ ਅਸੀਂ ਬੜੀ ਕੋਸ਼ਿਸ਼ ਕਰਕੇ ਇੱਕ ਵੀਡੀਓ ਗਿੱਲ ਸਾਹਿਬ ਲੱਭੀ ਹੈ ਅਤੇ ਤੁਸੀਂ ਸਾਨੂੰ ਅਸੀਂ ਕੋਸ਼ਿਸ਼ ਕਰਦੇ ਪਲੇ ਕਰਨ ਦੀ, ਤੁਸੀਂ ਆਹ ਦੇਖੋ ਆਹੀ ਹੈ ਜੀ ਉਹ ਪਿੱਟ ਜਿਹੜੀ ਤੁਹਾਡੇ ਸਾਹਮਣੇ ਆ ਰਹੀ ਜੀ ਨਜ਼ਰ? ਹਾਂ, ਇਹ ਆ। ਹਾਂ ਬਿਲਕੁਲ, ਇਹਦੇ 'ਚ ਪਾਣੀ ਗਿਆ ਸੀਗਾ, ਇਹਦੇ 'ਚ ਪਾਣੀ ਗਿਆ ਸੀ। ਹਾਂਜੀ, ਅਤੇ ਆਹ ਜਿਹੜੀ ਚੀਜ਼ ਚੱਲ ਰਹੀ ਹੈ ਜੀ, ਇਹ ਜਿਹੜੀ ਬੋਰਹੋਲ ਕਰ ਰਹੇ ਸੀ। ਅੱਛਾ ਜੀ, ਹਾਂਜੀ, ਇਹ ਉਸ ਸਮੇਂ ਦੀ ਵੀਡੀਓ, ਇਹ ਉਸ ਸਮੇਂ ਦੀ। ਅਤੇ ਆਹ ਆਹ ਧਰਤੀ ਦੇ ਵਿੱਚ ਬੋਰ ਕੀਤਾ, ਬੋਰ ਕਰਨ ਰਹੇ ਆ, ਉੱਤੇ ਪਾਣੀ ਪਾ ਰਿਹਾ ਤਾਂ ਕਿ ਬਿੱਟ ਠੰਡੀ ਰਹੇ। ਅੱਛਾ ਜੀ, ਅੱਛਾ ਜੀ, ਆ ਇਹ ਆ ਇਹ ਕੀ ਚੀਜ਼ ਆ ਜੀ? ਹਾਂਜੀ, ਇਹ ਥੋੜ੍ਹੀ ਜਿਹੀ ਉੱਤੇ ਜਿਹੜੇ ਕੱਚਾ ਸੀ ਨਾ ਜੀ ਜੀ, ਉਹਦੇ 'ਚ ਕੇਸਿੰਗ ਕੀਤੀ ਸੀਗੀ 10 ਫੁੱਟ 8। ਅੱਛਾ ਜੀ, ਆ ਕੇਸਿੰਗ ਨੂੰ ਕੇਸਿੰਗ ਕਰਕੇ ਆ ਜਿੰਨੀ ਵੱਧ ਗਈ ਉਹ ਫਿਰ ਕੱਟ। ਆ ਤੁਸੀਂ ਹੋ ਜੀ? ਆ ਮੈਂ ਹਾਂ ਜੀ। ਇਹ ਨੇ ਜੀ ਗਿੱਲ ਸਾਹਿਬ ਉਸ ਸਮੇਂ ਦੇ ਉੱਪਰ ਵਿੱਚ ਜਾਣ ਲੱਗਿਆ ਜੀ, ਜਾਣ ਲੱਗਾ ਜੀ, ਜਾਣ ਲੱਗਾ ਇਹ ਆ ਕੈਪਸੂਲ ਦੇ ਵਿੱਚ ਵੜ ਗਿਆ ਜੀ ਮੈਂ। ਕਿਆ ਬਾਤ ਹੈ, ਉਸ ਤੋਂ ਬਾਅਦ ਕੈਪਸੂਲ ਥੱਲੇ ਚਲਾ ਗਿਆ? ਕੈਪਸੂਲ ਥੱਲੇ ਜਾ ਰਿਹਾ ਜੀ ਜੀ। ਆ ਬੰਦੇ ਕੱਢਣ ਲਈ ਇਹ ਪਹਿਲਾ ਬੰਦਾ ਨਿਕਲਿਆ ਜੀ। ਉਹ ਅੱਛਾ ਜੀ, ਹਾਂਜੀ, ਇਹਨਾਂ ਨੂੰ ਕੱਢ ਕੇ ਆ ਤੁਸੀਂ ਆ ਗਏ ਉਸ ਤੋਂ ਬਾਅਦ? ਹਾਂ, ਮੈਂ ਲਾਸਟ ਮੈਂ ਨਿਕਲਿਆ ਜੀ ਬਾਹਰ। ਮੇਰਾ ਖਿਆਲ ਹਾਰ ਪਾਏ ਲੋਕਾਂ ਨੇ ਬਹੁਤ ਜ਼ਿਆਦਾ, ਬੜੇ ਪਾਏ ਜੀ, ਬੜੇ ਪਾਏ। ਅੱਛਾ ਜੀ, ਹਾਂਜੀ, ਅਤੇ ਕਿਆ ਬਾਤ। ਅੱਛਾ ਗਿੱਲ ਸਾਹਿਬ, ਇਹ ਬਾਹਰ ਆ ਕੇ ਜਿਹੜੇ ਬੰਦੇ ਉਦੋਂ ਇਹ ਕਹਿੰਦੇ ਸੀ ਵੀ ਆਹ ਸਰਦਾਰ ਮਰਵਾ ਦੂਗਾ ਸਾਰਿਆਂ ਨੂੰ, ਉਹਨਾਂ ਦਾ ਕੀ ਰਿਐਕਸ਼ਨ ਸੀ?
ਬਾਜੀ ਮੈਂ ਬਾਹਰ ਆਇਆ ਤੇ ਫਿਰ ਮੈਂ ਗਿਆ ਉੱਥੇ ਤਾਂ ਹੀ ਆਪਣੇ ਚੇਅਰਮੈਨ ਕੋਲ। ਅੱਛਾ ਜੀ। ਮੈਂ ਉਹਨੂੰ ਕਿਹਾ, ਮੈਂ ਕਿਹਾ ਸਰ ਆਈ ਥਿੰਕ ਆਵ ਅਰਨਡ ਏ ਕੱਪ ਆਫ ਟੀ। ਕੀ ਬਾਤ ਹੈ ਜੀ। ਕਹਿੰਦਾ ਯੂ ਆਰ ਨਾਟ ਅਰਨਡ ਏ ਕੱਪ ਆਫ ਟੀ, ਯੂ ਆਰ ਅਰਨਡ ਲੋਟ। ਠੀਕ ਹੈ ਨਾ। ਉਸ ਵੇਲੇ ਤਾਂ ਫਿਰ ਤੁਹਾਨੂੰ ਪਤਾ ਨਾ ਸਾਡੇ ਹਿੰਦੁਸਤਾਨੀ ਜੀ, ਉਹ ਤੁਹਾਨੂੰ ਮਤਲਬ ਕਿ ਹਰ ਚੀਜ਼ ਪ੍ਰੋਮਿਸ ਕਰ ਦਿੰਦੇ ਆ। ਬਿਲਕੁਲ ਸਹੀ ਆ। ਇਹ ਬੰਦਾ ਜਿਹੜਾ ਗਿਆ ਵਾ ਇਹਦਾ ਨਾਂ ਗੋਲਡਨ ਲੈਟਰ 'ਚ ਲਿਖਿਆ ਜਾਏਗਾ, ਇਸ ਬੰਦੇ ਨੂੰ ਅੱਜ ਤੋਂ ਪ੍ਰਮੋਸ਼ਨ ਦਿੱਤੀ ਜਾਏਗੀ, ਇਹ ਬੰਦੇ ਨੂੰ ਲੱਖ ਰੁਪਈਆ ਇਨਾਮ ਦਿੱਤਾ ਜਾਏਗਾ। ਉਹ ਕਈ ਕੁਛ ਹੋ ਜਾਂਦਾ ਉਸ ਵੇਲੇ। ਉਹਦੇ ਬਾਅਦ ਤੁਸੀਂ ਘਰ ਜਾਓ, ਨਹਾਓ ਧੋ, ਤੂੰ ਕੌਣ ਅਤੇ ਮੈਂ ਕੌਣ। ਇਹ ਕਿਤੇ ਨਾ ਕਿਤੇ ਦੁੱਖ ਹੈਗਾ ਇਸ ਚੀਜ਼ ਦਾ। ਅੱਛਾ ਇੱਕ ਗੱਲ ਦੱਸੋ ਗਿੱਲ ਸਾਹਿਬ, ਇਹ ਜਿਹੜੀ ਟੈਕਨੀਕ ਤੁਸੀਂ ਵਰਤੀ ਸੀ, ਇਹ ਦੁਨੀਆ ਦੇ ਵਿੱਚ ਪਹਿਲੀ ਵਾਰ ਤੁਸੀਂ ਵਰਤੀ? ਪਹਿਲੀ ਵਾਰ। ਇਸ ਤੋਂ ਪਹਿਲਾਂ ਕਦੀ ਕਿਸੇ ਨੇ ਨਹੀਂ ਵਰਤੀ। ਅਤੇ ਜਿਹੜਾ ਤੁਹਾਨੂੰ ਇਹ ਸਰਵੋਤਮ ਜੀਵਨ ਰਕਸ਼ਾ ਪਦਕ ਮਿਲਿਆ, ਜਿੱਦਾਂ ਤੁਸੀਂ ਮੈਨੂੰ ਦੱਸ ਰਹੇ ਸੀ ਕਿ ਇਹੀ ਇੱਕ ਇਕੱਲਾ ਇਕੱਲਾ ਮੈਡਲ ਹੈ ਜਿਹੜਾ ਪਿਓਰ ਗੋਲਡ ਦਾ ਹੁੰਦਾ? ਬਿਲਕੁਲ ਜੀ, ਇਕੱਲਾ ਹੀ ਮੈਡਲ ਆ। ਉਹ ਮੈਂ ਸੋਚਦਾ ਵੀ ਕਿਉਂ ਆ। ਅੱਛਾ ਜੀ। ਅਤੇ ਮੇਰੇ ਸ਼ਾਇਦ ਗਲਤ ਹੋਇਆ ਜਾਂ ਠੀਕ ਹੋਵੇ, ਮੇਰੇ ਦਿਮਾਗ 'ਚ ਆਉਂਦਾ ਵੀ ਇਹ ਆਮ ਪੋਸਥਾਮਸ ਮਿਲਦਾ ਜੀ, ਜਿੰਨਿਆਂ ਨੂੰ ਵੀ ਮਿਲਿਆ ਜੀ ਅੱਜ ਤੱਕਰ, ਸ਼ਾਇਦ ਹੀ ਆ ਕੋਈ ਇੱਕ ਅੱਧੇ ਨੂੰ। ਜਿੱਦਾਂ ਮੈਨੂੰ ਇਹ ਮਿਲਿਆ ਸੀਗਾ ਅਤੇ ਮੇਰਾ ਇੱਕ ਅਫਸਰ ਸੀਗਾ ਅਤੇ ਮੈਨੂੰ ਕਹਿੰਦਾ ਸਰ ਕੋਂਗਰੈਚੁਲੇਸ਼ਨਸ ਜੀ। ਮੈਂ ਕਿਹਾ ਥੈਂਕ ਯੂ। ਕਹਿੰਦਾ ਅਗੇਨ ਕੋਂਗਰੈਚੁਲੇਸ਼ਨਸ। ਅੱਛਾ। ਮੈਂ ਕਿਹਾ ਥੈਂਕ ਯੂ, ਬਟ ਵਟ ਫਾਰ ਦਾ ਸੈਕਿੰਡ ਕੋਂਗਰੈਚੁਲੇਸ਼ਨ? ਕਹਿੰਦਾ ਯੂ ਆਰ ਸਟਿਲ ਅਲਾਈਵ। ਅੱਛਾ ਜੀ, ਵੀ ਤੁਹਾਨੂੰ ਜਿਉਂਦੇ ਜੀ ਮਿਲਿਆ? ਜਿਉਂਦੇ ਜੀ ਮਿਲ ਗਿਆ। ਅਤੇ ਸ਼ਾਇਦ ਇਸ ਕਰਕੇ ਦਿੰਦੇ ਆ ਵੀ ਜਾਂਦੀ ਵਾਰ ਦਿਆ ਵੀ ਉਹ ਸੋਨਾ ਕੰਮ ਆ ਜਾਏ। ਕਿਆ ਬਾਤ ਹੈ। ਦੇਖੋ ਪਹਿਲੀ ਗੱਲ ਤਾਂ ਇਹ ਗਿੱਲ ਸਾਹਿਬ, ਤੁਸੀਂ ਬੜੇ ਜ਼ਿੰਦਾ ਦਿਲ ਇਨਸਾਨ ਆ, ਵੀ ਮੇਰਾ ਖਿਆਲ ਇਸ ਇਹੀ ਨੇਚਰ ਸੀ ਜਿਹਦਾ ਕਰਕੇ ਤੁਸੀਂ ਇੰਨਾ ਹੌਸਲਾ ਕਰ ਪਾਏ ਅਤੇ ਸਾਰਾ ਕੁਛ ਕਰ ਪਾਏ। ਹੌਸਲਾ ਜੀ ਕੋਈ ਮੇਰਾ ਨਹੀਂ ਜੀ। ਅੱਛਾ ਜੀ। ਇਹ ਉਸ ਵੇਲੇ ਬਾਬੇ ਦੀ ਮਿਹਰ ਸੀ। ਮੈਨੂੰ ਅੱਜ ਕੋਈ ਕਿਹਾ ਤੂੰ ਜਾ, ਮੈਂ ਬਿਲਕੁਲ ਨਹੀਂ ਜਾਵਾਂਗਾ। ਅੱਛਾ ਜੀ। ਬਸ ਉਸ ਦਿਨ ਕੀ ਇਹ ਦਿਮਾਗ 'ਚ ਸੀਗਾ, ਕਿਹੜੀ ਫੋਰਸ ਸੀਗੀ ਜਿਹਨੇ ਉਹਦੇ 'ਚ, ਹੁਣ ਵੇਖੋ ਉਹ ਕੈਪਸੂਲ 65 ਵਾਰ ਜੀ ਖਾਲੀ ਗਿਆ ਥੱਲੇ ਜੀ, ਔਰ ਉੱਥੇ ਲੱਖ ਬੰਦਾ ਸੀਗਾ, ਕਿਸੇ ਇੱਕ ਨੇ ਕੋਸ਼ਿਸ਼ ਨਹੀਂ ਕੀਤੀ ਕਿ ਮੈਂ ਥੱਲੇ ਚਲ ਜਾਂਦਾ ਜੀ ਅਤੇ ਉਹਨੂੰ ਮੈਂ ਰਿਲੀਵ ਕਰਦਾ ਅਤੇ ਮੈਂ ਜਾ ਕੇ ਉਹਦੀ ਹੈਲਪ ਕਰਦਾ। ਕਿਉਂ? ਚਲੋ 50 ਕੱਢ ਲਿਆ, 10-15 ਹੁਣ ਮੈਂ ਕੱਢ ਲਿਆ। ਕਿਉਂ ਨਹੀਂ ਗਿਆ ਕੋਈ? ਕਿਉਂਕਿ ਇੱਕ ਹਰ ਵਾਇੰਟ ਦੇ ਬਾਅਦ ਜਿਹੜੀ ਸੀਗੀ ਪ੍ਰੋਬਲਮ ਉਹ ਵੱਧਦੀ ਜਾ ਰਹੀ ਸੀ। ਠੀਕ ਹੈ ਨਾ। ਬਿਲਕੁਲ। ਪਹਿਲਾਂ ਜਿਹੜੀ ਘੰਟੇ ਬਾਅਦ ਕਲੈਪਸ ਕਰਨਾ ਸੀਗਾ, ਹੁਣ ਉਹ 55 ਮਿੰਟ ਬਾਅਦ ਕਰਨਾ, ਹੁਣ 50 ਮਿੰਟ ਬਾਅਦ ਕਰਨਾ ਜੀ ਜੀ। ਜਿਉਂ ਜਿਉਂ ਨਿਕਲੀ ਜਾ ਰਹੀ ਗਈ ਉਹਦਾ ਟਾਈਮ ਘੱਟਦੇ ਜਾ ਰਿਹਾ ਸੀ, ਇਸ ਕਰਕੇ ਮੌਤ ਨੇੜੇ ਆ ਰਹੀ, ਹਰ ਆਦਮੀ ਨੂੰ ਦਿੱਤਾ ਸੀ। ਔਰ ਆਮ ਤੇ ਇਹ ਸੀਗਾ ਕੋਈ ਸਰਦਾਰ ਬੇਵਕੂਫ ਆ, ਇਹਨੇ ਕਿਹੜਾ ਵਾਪਸ ਆਉਣਾ। ਅੱਛਾ, ਇੱਕ ਤੁਸੀਂ ਇੰਸੀਡੈਂਟ ਦੱਸ ਰਹੇ ਸੀ ਕਿ 2011 ਦੇ ਵਿੱਚ ਸ਼ਾਇਦ ਨਾਸਾ ਵਾਲਿਆਂ ਨੇ ਕਲੇਮ ਕਰਤਾ ਸੀ ਕਿ ਅਸੀਂ ਟੈਕਨੀਕ ਪਹਿਲੀ ਵਾਰ ਬਣਾਈ। ਇਹ ਚਿੱਲੀ 'ਚ ਐਕਸੀਡੈਂਟ ਹੋਇਆ ਸੀ ਜੀ ਇੱਕ। ਅੱਛਾ ਜੀ। ਚਿੱਲੀ 'ਚ ਐਕਸੀਡੈਂਟ ਹੋਇਆ, ਉਹ 'ਚ 33 ਬੰਦੇ ਫਸੇ ਸੀ। ਅੱਛਾ ਜੀ। ਅਤੇ ਬਾਈ ਚਾਂਸ ਮੈਂ ਵੀ ਚਿੱਲੀ ਗੌਰਮੈਂਟ ਨੂੰ ਕਿਹਾ ਸੀਗਾ ਕਿ ਜੇ ਤੁਸੀਂ ਕਹੋ ਤਾਂ ਮੈਂ ਤੁਹਾਡੀ ਹੈਲਪ ਕਰ ਸਕਦਾ। ਉਹਨਾਂ ਮੈਨੂੰ ਕਿਹਾ ਕਿ ਅਸੀਂ ਇਹ ਕੰਮ ਨਾਸਾ ਨੂੰ ਦੇ ਦਿੱਤਾ। ਅੱਛਾ, ਵੈਰੀ ਗੁੱਡ। ਐਨੀਵੇ ਨਾਸਾ ਨੇ ਕਾਫੀ ਦਿਨਾਂ ਬਾਅਦ, ਜਿੱਦਾਂ ਅਸੀਂ 72 ਘੰਟੇ ਬਾਅਦ ਬੰਦੇ ਕੱਢ ਲਏ ਨਾ, ਇਹਨਾਂ ਕਾਫੀ ਮਹੀਨਿਆਂ ਬਾਅਦ, ਅੱਛਾ ਜੀ, ਰੋਟੀ ਪਾਣੀ ਭੇਜਦੇ ਗਏ, ਇਹਨਾਂ ਕਾਫੀ ਮਹੀਨਿਆਂ ਬਾਅਦ ਬੰਦੇ ਕੱਢੇ, ਕੱਢ ਕੇ ਤੇ ਫਿਰ ਇਹਨਾਂ ਕਿਹਾ ਜੀ ਕਿ ਇਟ ਇਜ਼ ਫਾਰ ਦਾ ਫਸਟ ਟਾਈਮ ਇਨ ਹਿਸਟਰੀ ਆਫ ਮਾਈਨਿੰਗ ਕਿ ਅਸੀਂ ਨਵੀਂ ਟੈਕਨੀਕ ਲਾਈ ਅਤੇ ਅਸੀਂ ਬੰਦੇ ਬਚਾ ਲਏ। ਇਹ ਕੋਈ ਸੀਗਾ ਉੱਥੇ ਅਮੈਰੀਕਾ ਦਾ ਕੋਈ ਚੈਨਲ ਸੀਗੀ। ਅੱਛਾ। ਉਹਨਾਂ ਨੂੰ ਮੈਨੂੰ ਟੈਲੀਫੋਨ ਆਇਆ ਕਿ ਨਾਸਾ ਨੇ ਇੱਦਾਂ ਇੱਦਾਂ ਕਿਹਾ ਵਾ ਅਤੇ ਤੁਸੀਂ ਇੰਟਰਵਿਊ ਦਿਓਗੇ? ਮੈਂ ਕਿਹਾ ਜੀ ਯਸ ਬਿਲਕੁਲ ਰੈਡੀ ਆ, ਪੰਜਾਬੀ 'ਚ ਹਿੰਦੀ 'ਚ ਜਿੱਥੇ ਕਹੋ ਮੈਂ ਬੋਲ ਦਿੰਦਾ। ਅਤੇ ਉਹਨਾਂ ਕਿਹਾ, ਮੈਂ ਕਿਹਾ ਵੀ ਮੈਨੂੰ ਬੜੀ ਖੁਸ਼ੀ ਆ ਕਿ ਨਾਸਾ ਨੇ 33 ਬੰਦੇ ਬਚਾਏ, 33 ਜਾਨਾਂ ਬਚੀਆਂ, 33 ਫੈਮਿਲੀਜ਼ ਬਚ ਗਈਆਂ। ਲੇਕਿਨ ਨਾਸਾ ਐਡੀ ਵੱਡੀ ਕੰਪਨੀ, ਉਹਨੂੰ ਇੰਨਾ ਵੱਡਾ ਝੂਠ ਨਹੀਂ ਸੀ ਬੋਲਣਾ ਚਾਹੀਦਾ ਕਿ ਉਹਨਾਂ ਨੇ ਪਹਿਲੀ ਵਾਰ ਕੀਤਾ। ਵੀ ਐਜ਼ ਇੰਡੀਅਨ ਇੰਜੀਨੀਅਰਸ ਡਿਡ ਇਟ 22 ਈਅਰਸ ਅਰਲੀਅਰ ਜੀ, ਉਸ ਤੋਂ 22 ਸਾਲ ਪਹਿਲਾਂ। 22 ਸਾਲ ਪਹਿਲਾਂ, ਠੀਕ ਹੈ ਨਾ। ਇਸ ਕਰਕੇ ਉਹਨਾਂ ਨੂੰ ਇਹ ਨਹੀਂ ਕਲੇਮ ਕਰਨਾ। ਹਾਂ, ਇਹ ਕਲੇਮ ਕਰਦੇ ਕਿ 1999 ਤੋਂ ਬਾਅਦ ਅਸੀਂ ਪਹਿਲੇ ਬੰਦੇ ਹਾਂ ਜਿਹਨਾਂ ਸਕਸੈਸਫੁਲੀ ਬੰਦੇ ਕੱਢੇ ਆ। ਠੀਕ ਹੈ। ਅੱਛਾ, ਇੱਕ ਗੱਲ ਦੱਸਿਓ ਗਿੱਲ ਸਾਹਿਬ, ਇਹ ਤੁਹਾਡੇ ਇਸ ਪੂਰੇ ਕਹਿ ਲਓ ਕਿ ਵੀ ਇੰਸੀਡੈਂਟ ਦੇ ਉੱਪਰ ਹੁਣ ਸ਼ਾਇਦ ਫਿਲਮ ਵੀ ਬਣ ਰਹੀ ਹੈ ਜੀ? ਹਾਂਜੀ, ਫਿਲਮ ਬਣ ਜੀ, ਉਹਦੇ ਬਾਰੇ ਦੱਸਣਾ ਚਾਹੋਗੇ? ਫਿਲਮ ਤਾਂ ਇੰਨਾ ਹੀ ਆ ਜੀ, ਜਿਹੜਾ ਮੈਨੂੰ ਪਤਾ ਵਾ ਜੀ ਜੀ ਕਿ ਇੱਕ ਟੀਨੂ ਦਸਾਈ ਆ, ਡਾਇਰੈਕਟਰ ਆ ਜੀ ਜੀ, ਉਹ ਇਸ 'ਤੇ ਵਰਕਆਊਟ ਕਰ ਰਿਹਾ ਜੀ, ਅਤੇ ਵੇਖੋ ਹੁਣ ਕਿੱਦਣ ਬਣਾਉਂਦਾ। ਸੋ ਬਹੁਤ ਜਲਦ ਇਹ ਜਿਹੜੀ ਕਹਾਣੀ ਆ ਤੁਸੀਂ ਪ੍ਰਾਈਮ ਏਸ਼ੀਆ ਟੀ ਵੀ 'ਤੇ ਸੁਣੀ ਹੈ ਜੀ, ਸਰਦਾਰ ਜਸਵੰਤ ਸਿੰਘ ਗਿੱਲ ਹੋਰਾਂ ਦੀ। ਇਸ ਕਹਾਣੀ ਨੂੰ ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਹਿੰਦੀ ਸਿਨੇਮੇ ਦੇ ਵਿੱਚ ਵੱਡੇ ਪਰਦੇ 'ਤੇ ਵੀ ਦੇਖੋਗੇ। ਹੁਣ ਉਹਦੇ 'ਚ ਹੀਰੋ ਕੌਣ ਹੁੰਦਾ ਅਤੇ ਉਸ ਇੰਸੀਡੈਂਟ ਨੂੰ ਉਹ ਕਿਵੇਂ ਫਿਲਮਾਉਂਦੇ ਨੇ,
ਇਹਤੋਂ ਇਹ ਤਾਂ ਆਉਣ ਵਾਲੇ ਟਾਈਮ ਵਿੱਚ ਪਤਾ ਲੱਗੇਗਾ। ਪਰ ਜਿਉਂਦੇ ਜੀ ਅਸੀਂ ਤੁਹਾਨੂੰ ਇਹਨਾਂ ਦੇ ਮੂੰਹ ਇਹਨਾਂ ਦੀ ਬਹਾਦਰੀ ਦੀ ਕਹਾਣੀ ਸੁਣਾ ਦਿੱਤੀ। ਅੱਛਾ ਇੱਕ ਗੱਲ ਦੱਸਿਓ ਕਿ ਜਦੋਂ ਇਹ ਸਾਰਾ ਵਾਪਰ ਗਿਆ ਸੀ, ਪਰਿਵਾਰ ਨੂੰ ਜਦੋਂ ਮਿਲੇ ਸੀ, ਉਹਨਾਂ ਦਾ ਕੀ ਰਿਐਕਸ਼ਨ ਸੀਗਾ? ਐਕਚੁਅਲੀ 16 ਤਰੀਕ ਨਾ ਇਹ ਪ੍ਰਾਈਮ ਨਿਊਜ਼ ਸੀਗੀ ਦੂਰਦਰਸ਼ਨ ਦੀ। ਅੱਛਾ, ਉਦੋਂ ਤਾਂ ਮੇਰੇ ਖਿਆਲ ਇੱਕ ਦੋ ਚੈਨਲਾਂ ਸੀ, ਦੂਰਦਰਸ਼ਨ ਹੀ ਸੀਗਾ ਜੀ ਸਰ? ਦੂਰਦਰਸ਼ਨ ਉਹੀ ਮੈਂ ਕਿਹਾ ਦੇ ਜੀ ਜੀ। ਅਤੇ ਸ਼ਾਮ ਨੂੰ ਜਿਹੜੀ ਮੇਨ ਨਿਊਜ਼ ਸੀਗੀ, ਪਹਿਲਾਂ ਹਿੰਦੀ ਆਉਂਦੀ, ਫਿਰ ਅੰਗਰੇਜ਼ੀ ਆਉਂਦੀ, ਜਾਂ ਅੰਗਰੇਜ਼ੀ ਆਉਂਦੀ, ਹਿੰਦੀ ਆਉਂਦੀ। ਅਤੇ ਉਹ ਮੇਰੇ ਮਤਲਬ ਕਿ ਮੇਰੀ ਮਦਰ, ਮੇਰਾ ਛੋਟਾ ਬ੍ਰਦਰ ਅਤੇ ਮੇਰਾ ਬੇਟਾ ਇਕੱਠੇ ਬੈਠੇ ਸੀਗੇ ਅਤੇ ਟੀ ਵੀ ਵੇਖਣ ਡਏ ਸੀਗੇ। ਅੱਛਾ, ਟੀ ਵੀ ਵੇਖਣ ਡਏ ਸੀਗੇ ਅਤੇ ਉਹ ਮੈਂ ਜਦੋਂ ਨਿਕਲਿਆ ਨਾ ਅੰਦਰੋਂ, ਅਤੇ ਉਹ ਮੇਰੀ ਮਦਰ ਨੇ ਦੇਖਿਆ ਅਤੇ ਉਹਨੂੰ ਇਹ ਨਹੀਂ ਪਤਾ ਲੱਗਾ ਕਿ ਇਹ ਅੰਦਰ ਜਾ ਰਿਹਾ ਜਾਂ ਨਿਕਲ ਆਇਆ। ਅੱਛਾ, ਉਹ ਮੇਰੇ ਛੋਟੇ ਬ੍ਰਦਰ ਨੂੰ ਕਹਿੰਦੀ ਆ, ਉਹਨੂੰ ਰੋਕ 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 ਰੋਕ, ਇਹਨੂੰ ਰੋਕ ਕਿੱਥੇ ਜਾ ਰਿਹਾ? ਅੱਛਾ, ਕੋਈ ਕੀ ਪਤਾ? ਉਹ ਕਹਿੰਦਾ ਬੀਜੀ ਰੋਕਣ ਦੀ ਕੋਈ ਗੱਲ ਨਹੀਂ ਗੀ, ਇਹ ਜਾ ਨਹੀਂ ਰਿਹਾ, ਹੁਣ ਆ ਗਿਆ ਵਾ, ਵਾਪਸ ਆ ਗਿਆ, ਵਾਪਸ ਆ ਗਿਆ ਵਾ। ਅਤੇ ਨਿਊਜ਼ ਸੁਣੀ ਨਹੀਂ ਧਿਆਨ ਨਾਲ, 65 ਬੰਦੇ ਇਹਨੇ ਕੱਟਤੇ ਆ ਅਤੇ ਹੁਣ ਲਾਸਟ ਇਹ ਆਪ ਨਿਕਲ ਆਇਆ ਵਾ, ਸਮਝੇ ਨਾ ਜੀ? ਅਤੇ ਉਹਨਾਂ ਨੂੰ ਉਦੋਂ ਪਤਾ ਲੱਗਾ ਜਦੋਂ ਟੀ ਵੀ ਦੀ ਨਿਊਜ਼ ਆ ਗਈ। ਬਾਕੀ ਨਾ ਮੈਂ ਕਿਸੇ ਨੂੰ ਦੱਸਿਆ ਸੀਗਾ ਜੀ ਜੀ, ਮੈਨੂੰ ਬੜਿਆਂ ਨੇ ਕਿਹਾ, ਮੈਂ ਨਹੀਂ ਵੀ ਇਹ ਘਰ 'ਚ ਡਿਸਕਸ ਕਰਨ ਵਾਲੀ ਗੱਲ ਨਹੀਂ, ਫਿਰ ਬੰਦਾ ਨਹੀਂ ਕੰਮ ਕਰ ਸਕਦਾ। ਬਿਲਕੁਲ ਸਹੀ ਗੱਲ। ਅੱਛਾ ਇੱਕ ਗੱਲ ਦੱਸੋ ਗਿੱਲ ਸਾਹਿਬ, ਇਸ ਮੁਲਕ ਨੇ ਮੁੱਲ ਪਾਇਆ ਜੀ ਤੁਹਾਡਾ? ਦੇਖੋ ਜੀ, ਮੁਲਕ ਤਾਂ ਆਪਣਾ ਹੀ ਆ, ਨਹੀਂ ਉਹ ਰਹਿਣਾ, ਮੈਂ ਨਹੀਂ ਕਹਿੰਦਾ ਆਪਾਂ ਮੁਲਕ ਦੇ ਪ੍ਰਤੀ ਵਿਰੋਧ ਦਾ ਝੰਡਾ ਪੱਟ ਲਈਏ, ਪਰ ਫਿਰ ਵੀ ਤੁਹਾਨੂੰ ਲੱਗਿਆ ਕਿ ਜੋ ਕਾਰਨਾਮਾ ਤੁਸੀਂ ਕੀਤਾ ਸੀ? ਜਿਹੜਾ ਮੈਂ ਕੀਤਾ ਉਹ ਤਾਂ ਠੀਕ ਕੀਤਾ, ਮੁਲਕ ਨੂੰ ਚਾਹੀਦਾ ਸੀ ਕਿ ਇਨਕੈਸ਼ ਕਰਦਾ, ਨਹੀਂ ਕੀਤਾ, ਇਹਨੇ ਇਨਕੈਸ਼ ਨਹੀਂ ਕੀਤਾ। ਜੇ ਸਾਡੇ ਮੁਲਕ ਨੇ ਇਨਕੈਸ਼ ਕੀਤਾ ਹੁੰਦਾ ਤਾਂ ਉੱਧਰ ਨਾਸਾ ਇਹ ਨਾ ਕਹਿੰਦਾ ਕਿ ਅਸੀਂ ਫਾਰ ਦਾ ਫਸਟ ਟਾਈਮ ਮੈਂ ਕੰਮ ਕੀਤਾ, ਠੀਕ ਹੈ ਨਾ ਜੀ? ਸਾਨੂੰ ਆਪਣੇ ਬੰਦਿਆਂ ਨੂੰ ਚੁੱਕਣਾ ਚਾਹੀਦਾ, ਬਿਲਕੁਲ ਸਹੀ, ਉਹ ਅਸੀਂ ਨਹੀਂ ਕਰਦੇ। ਅੱਛਾ, ਤੁਸੀਂ ਜਦੋਂ ਹੁਣ ਦੁਬਾਰਾ ਵਾਪਸ ਉੱਧਰ ਜਾਂਦੇ ਹੋ ਤਾਂ ਉਹਨਾਂ ਫੈਮਿਲੀਜ਼ ਦੇ ਵਿੱਚ ਤੁਹਾਡਾ ਸਤਿਕਾਰ ਜਾਂ ਉਹ ਕਿਵੇਂ ਦੇਖਦੇ ਨੇ ਤੁਹਾਨੂੰ? ਮੈਂ ਸੱਚੀ ਦੱਸਾਂ ਜੀ ਜੀ, ਮਤਲਬ ਉਹ ਬਹੁਤ ਜ਼ਿਆਦਾ ਪਿਆਰ ਕਰਦੇ। ਪਰ ਮੈਂ ਦੱਸਣਾ ਕਿ ਮੈਂ ਪਿਛਲੇ ਸਾਲ ਗਿਆ ਉੱਥੇ, ਇਹ ਪਿਕਚਰ ਦੇ ਸੰਬੰਧ 'ਚ ਇਹ ਮੈਨੂੰ ਲੈ ਕੇ ਗਏ ਜੀ, ਅਤੇ ਕਿਸੇ ਨੂੰ ਪਤਾ ਲੱਗਾ ਕਿ ਮੈਂ ਉੱਥੇ ਆ ਰਿਹਾ। ਅੱਛਾ ਜੀ। ਅਤੇ ਉਹਨਾਂ ਨੇ ਮੈਨੂੰ ਟੈਲੀਫੋਨ ਕੀਤਾ, ਸਰ ਅਸੀਂ ਫਲਾਣੇ ਪੈਟਰੋਲ ਪੰਪ 'ਤੇ ਖੜ੍ਹੇ ਹਾਂ GT ਰੋਡ 'ਤੇ, ਸਾਨੂੰ ਮਿਲਿਓ। ਅਤੇ ਮੈਂ ਹੁਣ 20 ਸਾਲ ਦੇ ਬਾਅਦ ਗਿਆ ਸੀਗਾ, ਉਹ ਮੈਂ ਜਦੋਂ ਗੱਡੀ ਅੱਗੇ ਨਾ ਗਈ ਨਾ 100 ਫੁੱਟ, ਫਿਰ ਮੈਨੂੰ ਪੈਟਰੋਲ ਪੰਪ 'ਤੇ ਇੱਧਰ ਸੀਗਾ, ਮੈਂ ਕਿਹਾ ਗੱਡੀ ਰੋਕ, ਗੱਡੀ ਰੋਕੀ ਤਾਂ ਉਹਨਾਂ ਵੇਖਿਆ ਵੀ ਗੱਡੀ ਰੁਕੀ ਆ, ਉਹ ਭੱਜ ਕੇ ਆਏ, ਨਾਲ ਮੇਰੇ ਇਹ ਸਾਰੇ ਸੀਗੇ ਡਾਇਰੈਕਟਰ ਸ਼ਰੈਕਟਰ ਜਿੰਨੇ ਆ, ਅਤੇ ਉਹ ਆਏ ਅਤੇ ਉਹ GT ਰੋਡ 'ਤੇ ਲੰਮੇ ਪੈ ਗਏ। ਅੱਛਾ ਜੀ। ਲੰਮੇ ਪੈ ਗਏ ਅਤੇ ਉਹ ਜਦੋਂ ਨਾ ਥੱਲੇ ਪਿਆ ਕਰਕੇ, ਅਤੇ ਉਹ ਡਾਇਰੈਕਟਰ ਵੇਖੇ ਵੀ ਇਹ ਕਿਆ ਹੈ, ਉਹ ਕਹਿੰਦਾ ਯਹੀ ਤੋਂ ਹੈ ਜਿਹਨਾਂ ਨੇ ਹਮਕੋ ਜ਼ਿੰਦਗੀ ਦੀ ਆ, ਕਹਿੰਦਾ ਅਸੀਂ ਉੱਤੇ ਭਗਵਾਨ ਦੀ ਫੋਟੋ ਰੱਖੀ ਆ, ਉਦੋਂ ਦੀ ਥੱਲੇ ਇਹਨਾਂ ਦੀ ਫੋਟੋ ਰੱਖੀ ਆ ਤੁਹਾਡੀ, ਹਾਂ, ਅਤੇ ਥੱਲੇ ਆਪਣੇ ਮਾਂ ਪਿਓ ਦੀ ਫੋਟੋ ਰੱਖੀ ਆ, ਅਜੇ ਵੀ ਉਹਨਾਂ ਦੇ ਘਰਾਂ 'ਚ ਲੱਗੀ, ਘਰਾਂ 'ਚ ਲੱਗੀ, ਮੈਂ ਤੁਹਾਨੂੰ ਕਿੰਨਾ ਅੱਛਾ ਲੱਗਦਾ। ਅੱਛਾ ਇੱਕ ਗੱਲ ਦੱਸੋ, ਤੁਸੀਂ ਉਹਨਾਂ ਨੂੰ ਜਦੋਂ ਥੱਲੇ ਗਏ ਸੀ ਉਦੋਂ ਨਹੀਂ ਸੀ ਦੱਸਿਆ ਕਿ ਮੈਂ ਤੁਹਾਡਾ ਉਹ ਅਫਸਰ ਹਾਂ ਜਿਹਨੂੰ ਤੁਸੀਂ ਕਦੀ ਨਹੀਂ ਦੇਖ ਸਕਦੇ? ਜਦੋਂ ਤੁਸੀਂ ਨੈਕਸਟ ਡੇ ਉਹਨਾਂ ਨੂੰ ਮਿਲਣ ਗਏ ਸੀ, ਮੈਂ ਉਸੇ ਦਿਨ ਸ਼ਾਮ ਨੂੰ ਹੋਸਪਿਟਲ, ਸਾਰੇ ਹੋਸਪਿਟਲ ਭੇਜਤੇ ਸੀ। ਅੱਛਾ ਜੀ। ਜਦੋਂ ਮੈਂ ਉੱਥੇ ਗਿਆ ਉਹਨਾਂ ਨੂੰ ਪਤਾ ਲੱਗ ਗਿਆ, ਪਤਾ ਲੱਗ ਗਿਆ, ਸਰ ਆਪ GM ਸਾਹਿਬ ਹੈ? ਮੈਂ ਕਿਹਾ ਹਾਂ, ਆਫਿਸ ਵਿੱਚ ਮੈਂ GM ਹਾਂ, ਬਾਹਰ ਮੈਂ GS ਗਿੱਲ ਹੂੰ। ਆਪ ਹਮਾਰੇ ਲਈ ਨੀਚੇ ਚਲਾ ਗਿਆ? ਮੈਂ ਕਿਉਂ ਬਈ, ਤੂੰ ਵੀ ਇਨਸਾਨ ਹੈ, ਮੈਂ ਵੀ ਇਨਸਾਨ ਹਾਂ, ਇਸ ਨੇ ਕਿਹਾ ਆਪ ਹਮਕੋ ਉਠਾ ਕੇ ਅੰਦਰ ਕੀਆ, ਅਤੇ ਮੈਂ ਕਿਹਾ ਜਬ ਤੁਮ ਅੰਦਰ ਨਹੀਂ ਜਾ ਸਕਦੇ, ਮੈਂ ਕਿਆ ਕਰੂੰਗਾ, ਉਠਾ ਕੇ ਕਰੂੰਗਾ, ਆਪਨੇ ਮਾਰਾ ਜੂਤਾ ਵੀ ਅੰਦਰ ਰੱਖ ਦਿਆ। ਮੈਂ ਕਿਹਾ ਆਪ ਜੂਤਾ ਕਹੇ ਮਾਰਾ ਉਠਾਇਆ? ਮੈਂ ਕਿਉਂ ਬਿੱਦੂਆ ਚੁੱਕਣ ਲੱਗਿਆ, ਮੈਨੂੰ ਕੋਈ ਸ਼ਰਮ ਆਉਂਦੀ ਹੈ? ਮੇਰੇ ਹੱਥ ਗੰਦੇ ਹੁੰਦੇ ਆ, ਮੈਂ ਮੈਨੂੰ ਕੋਈ ਸ਼ਰਮ ਨਹੀਂ ਆਉਂਦੀ। ਕਿਆ ਬਾਤ। ਅੱਛਾ ਗਿੱਲ ਸਾਹਿਬ, ਗੱਲਾਂ ਕਰਦੇ ਕਰਦੇ ਮੈਨੂੰ ਐਂ ਸੀ ਵੀ ਇਹਦਾ ਪ੍ਰੋਗਰਾਮ ਦਾ ਸਮਾਂ 2 ਘੰਟੇ ਚਾਹੀਦਾ ਸੀ, ਪਰ 2 ਘੰਟੇ ਹੈ ਨਹੀਂ ਕਿਉਂਕਿ 1 ਘੰਟਾ ਹੀ ਆਪਣੇ ਕੋਲੇ, ਦੇਖੋ 1 ਘੰਟਾ ਲੰਘ ਵੀ ਗਿਆ। ਕੋਈ ਗੱਲ ਤੁਸੀਂ ਹੁਣ ਕਹਿਣੀ ਚਾਹੋ ਜੀ ਇਸ ਪਲੈਟਫਾਰਮ ਤੋਂ ਜਿਹੜੀ ਮੈਂ ਪੁੱਛਣੀ ਭੁੱਲ ਗਿਆ ਹੋਵਾਂ ਤਾਂ ਜ਼ਰੂਰ ਕਹੋ ਜੀ ਪਲੀਜ਼। ਮੈਂ ਤਾਂ ਇੰਨੀ ਗੱਲ ਕਹਾਂਗਾ ਜੀ ਕਿ ਇਸ ਐਪੀਸੋਡ ਨੇ ਮੈਨੂੰ ਬੜਾ ਸਕੂਨ ਦਿੱਤਾ, ਤੁਹਾਡੇ ਵਰਗੇ ਮਹਾਂਪੁਰਸ਼ਾਂ ਦੇ ਵੀ ਦਰਸ਼ਨ ਹੋ ਗਏ, ਨਹੀਂ ਇੱਦਾਂ ਨਾ ਕਰਦੇ ਸਾਨੂੰ, ਇੰਨੀ ਵੱਡੀ ਵੱਡੀਆਂ ਚੈਨਲ 'ਤੇ ਮੇਰਾ ਨਾਮ ਹੋ ਗਿਆ ਜੀ। ਹੁਣ ਕੈਨੇਡਾ 'ਚ ਵੀ ਮਤਲਬ ਇੱਕ MP ਨੇ ਜੌਨ ਐਲਡਰਿੰਗ ਜੀ, ਉਹਨਾਂ ਨੇ ਮੈਨੂੰ ਇੱਕ ਭੇਜਿਆ ਪੱਤਰ ਜੀ, ਉਹਨਾਂ ਨੇ ਲਿਖਿਆ ਆਮ ਯੋਰ MP ਔਰ ਸਰ, ਮਤਲਬ ਕਿ ਉਹਨਾਂ ਮੈਨੂੰ ਆਨਰੇਰੀ ਮਤਲਬ ਬਰੇਵਰੀ ਅਵਾਰਡ ਦਾ ਚਿੱਠੀ ਭੇਜੀ ਆ ਕੈਨੇਡਾ ਤੋਂ।
ਤੇ ਉੱਥੇ ਵੀ ਆਪਣਾ ਬੇਟਾ ਮੇਰਾ ਉੱਥੇ ਹੀ ਕੈਨੇਡਾ ਹੈਗਾ। ਅੱਛਾ ਜੀ। ਉਹਦਾ ਇੱਕ ਬੜਾ ਕਲੋਜ਼ ਦੋਸਤ ਆ, ਉਹ ਵੀ ਗਿੱਲ ਆ, ਅਤੇ ਉਹ ਵੀ ਆਪਣੇ ਬੱਚਿਆਂ ਵਰਗਾ, ਉਹ ਬੜਾ ਖੁਸ਼ ਆ ਤੁਹਾਡਾ। ਠੀਕ ਹੈ ਨਾ। ਵੈਸੇ ਗਿੱਲ ਸਾਹਿਬ, ਤੁਹਾਡੀ ਇਸ ਕਹਾਣੀ ਤੋਂ ਨਾ ਬਹੁਤ ਸਾਰੇ ਲੋਕਾਂ ਨੂੰ ਇੰਸਪੀਰੇਸ਼ਨ ਮਿਲੀ ਹੋਣੀ ਆ ਕਿ ਜ਼ਿੰਦਗੀ 'ਚ ਬੰਦਾ ਵਾਕਿਆ ਕੁਛ ਕਰਨਾ ਚਾਹੇ ਕਿਸੇ ਲਈ, ਬਿਨਾਂ ਕਿਸੇ ਲਾਲਚ ਤੋਂ, ਅਤੇ ਵਾਕਿਆ ਕੀਤਾ ਜਾ ਸਕਦਾ। ਤੁਸੀਂ ਸਾਡੇ ਲਈ ਸਮਾਂ ਕੱਢਿਆ ਅਤੇ ਆਪਣੀ ਇਹ ਵਾਲੀ ਕਹਾਣੀ ਸਾਡੇ ਨਾਲ ਸਾਂਝੀ ਕੀਤੀ। ਸਾਡੇ ਜ਼ਰੀਏ ਤਾਂ ਮੇਰੇ ਖਿਆਲ ਲੱਖਾਂ ਲੋਕਾਂ ਨਾਲ ਹੋ ਗਈ ਹੋਣੀ ਆ, ਅਤੇ ਕਈਆਂ ਨੂੰ ਤੁਹਾਡੇ ਤੋਂ ਇਹ ਇੰਸਪੀਰੇਸ਼ਨ ਮਿਲੂਗੀ। ਮੇਰਾ ਖਿਆਲ ਹੁਣ ਜਿਹੜੇ ਤੁਸੀਂ ਇੰਜੀਨੀਅਰਿੰਗ ਕਰ ਰਹੇ ਸਟੂਡੈਂਟਸ ਨੇ, ਉਹਨਾਂ ਨੂੰ ਵੀ ਮੋਟੀਵੇਟ ਕਰਦੇ ਹੋ, ਉਹਨਾਂ ਨੂੰ ਸਿਖਾਉਂਦੇ ਹੋ? ਬਿਲਕੁਲ ਬਿਲਕੁਲ। ਹੈ ਨਾ, ਕਿ ਤੁਸੀਂ ਵੀ ਜ਼ਿੰਦਗੀ ਜੇ ਇੰਜੀਨੀਅਰ ਬਣਨਾ ਤਾਂ ਇਹ ਨਾ ਹੋਵੇ ਵੀ ਮੈਂ ਫਲਾਨੇ ਥਾਂ ਦੇ ਉੱਪਰ ਇੰਜੀਨੀਅਰ ਨਾਂ ਦਾ ਹੀ ਬਣ ਗਿਆ, ਕੁਛ ਕਰਕੇ ਵੀ ਵਿਖਾਓ। ਗਿੱਲ ਸਾਹਿਬ, ਤੁਸੀਂ ਸਮਾਂ ਕੱਢਿਆ, ਤੁਹਾਡਾ ਬਹੁਤ ਬਹੁਤ ਧੰਨਵਾਦ। ਇਸ ਦੇ ਨਾਲ ਹੀ ਆਪਾਂ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ ਜੀ, ਅਤੇ ਮੈਂ ਬੇਨਤੀ ਕਰਾਂਗਾ ਕਿ ਇਸ ਵੀਡੀਓ ਨੂੰ ਜੇ ਤੁਸੀਂ ਯੂਟਿਊਬ 'ਤੇ ਇੱਧਰ ਉੱਧਰ ਜਿੱਥੇ ਵੀ ਦੇਖੋ, ਇਹਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ, ਤਾਂ ਜੋ ਇਹ ਕਹਾਣੀ ਇਸ ਮੁਲਕ ਤੋਂ ਇਲਾਵਾ ਜਿੱਥੇ ਜਿੱਥੇ ਵੀ ਪੰਜਾਬੀ ਬੈਠਾ ਉਹਦੇ ਕੰਨਾਂ ਤੱਕ ਪਹੁੰਚੇ ਜ਼ਰੂਰ, ਕਿ ਅੰਮ੍ਰਿਤਸਰ ਤੋਂ ਉੱਠ ਕੇ ਸਰਦਾਰ ਜਸਵੰਤ ਨੇ ਕਿਹੜਾ ਕਾਰਨਾਮਾ 1999 ਦੇ ਵਿੱਚ ਕੀਤਾ ਸੀ, ਜਿਹਨੂੰ ਇਸ ਮੁਲਕ ਦੇ ਵਿੱਚ ਹੁਣ ਤੱਕ ਬਹੁਤੇ ਲੋਕਾਂ ਨੇ ਜਾਣਿਆ ਹੀ ਨਹੀਂ। ਫਿਲਹਾਲ ਦਿਓ ਗੁਰਪ੍ਰੀਤ ਸੰਧਾ ਵਾਲੀ ਨੂੰ ਇਜਾਜ਼ਤ। ਦੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ। ਪ੍ਰਾਈਮ ਏਸ਼ੀਆ ਟੀਵੀ ਦਿਲ ਦੀਆਂ ਗਹਿਰਾਈਆਂ 'ਚੋਂ ਆਪ ਸਭ ਵੱਲੋਂ ਦਿੱਤੇ ਪਿਆਰ ਲਈ ਧੰਨਵਾਦੀ ਹੈ ਕਿ ਥੋੜ੍ਹੇ ਜਿਹੇ ਸਮੇਂ ਵਿੱਚ ਹੀ ਤੁਸੀਂ ਸਾਨੂੰ ਘਰ ਘਰ ਦੀ ਪਸੰਦ ਬਣਾ ਦਿੱਤਾ ਹੈ। ਅਜਿਹੇ 'ਚ ਅਸੀਂ ਪਹਿਲਾਂ ਨਾਲੋਂ ਵੀ ਜ਼ਿਆਦਾ ਮਿਹਨਤ ਨਾਲ ਹੋਰ ਨਵੇਂ ਪ੍ਰੋਗਰਾਮ ਲੈ ਕੇ ਆ ਰਹੇ ਹਾਂ, ਪਰ ਤੁਹਾਡੇ ਸਾਥ ਤੋਂ ਬਿਨਾਂ ਅਸੀਂ ਕੁਝ ਵੀ ਨਹੀਂ ਹਾਂ। ਸੋ ਯੂਟਿਊਬ 'ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ, ਅਤੇ ਬੈੱਲ ਦਾ ਬਟਨ ਜ਼ਰੂਰ ਦਬਾਉਣਾ, ਤਾਂ ਜੋ ਨਵੇਂ ਪ੍ਰੋਗਰਾਮਾਂ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। ਇਹਨਾਂ ਪਲੈਟਫਾਰਮਸ 'ਤੇ ਵੀ ਤੁਸੀਂ ਸਾਨੂੰ ਦੇਖ ਸਕਦੇ ਹੋ, ਅਤੇ ਇਸ ਦੇ ਨਾਲ ਹੀ ਇਹਨਾਂ ਸਾਰੇ ਪਲੈਟਫਾਰਮਸ 'ਤੇ ਵੀ ਅਸੀਂ ਅਵੇਲੇਬਲ ਹਾਂ, ਅਤੇ ਸਾਡਾ ਫੇਸਬੁੱਕ ਪੇਜ ਵੀ ਲਾਈਕ ਕਰਨਾ। ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ।